ਮੁਤਾ ਕੀ ਇਹ ਹਦਾਇਤ ਹੈ ਪਾਕਾਂ ਵਾਸਤੇ ਜੇ ਪਾਕ ਉਸ ਨੂੰ ਫਿਰ ਤੁਸੀਂ ਹਦਾਇਤ ਦੇ ਸੀ ਅੰਦਰ ਜਾ ਸੀ ਤਾਂ ਹਦਾਇਤ ਉਸੀ ਨਾ ਬਾਰ ਬਾਰ ਕੀ ਹਦਾਇਤ ਉਸੀ ਜਿਸ ਤਰ੍ਹਾਂ ਦਵਾਈ ਨਾਲ ਤਲਕ ਮੈਂ ਦਿਲਾਂ ਨੇ ਤੇ ਕੁਰਾਨ ਨਾਲ ਤਲਕ ਦਿਲ ਦਾ ਬੇਸ਼ੱਕ ਦਵਾਈ ਮੈਂ ਦੇ ਵਿੱਚ ਜਾ ਸੀ ਤੇ ਸ਼ਫਾ ਉਸੀ ਤੇ ਕੁਰਾਨ ਦਿਲ ਵਿੱਚ ਜਾ ਸੀ ਤੇ ਤੁਸੀਂ ਹਦਾਇਤ ਉਸੀ ਨਾ ਅਗਰ ਕੁਰਾਨ ਨਹੀਂ ਜਾਣਾ ਤੇ ਫਿਰ ਕੁਰਾਨ ਅਸਾਂ ਹੀ ਦੋਂਗੂ ਪੜ੍ਹਨ ਤੱਕ ਹੈ ਅਸਾਂ ਹੀ ਕੋ ਪੜ੍ਹਨਾ ਤੱਕ ਹੈ ਤੁਸੀਂ ਬਤਲ ਫਿਰਕੇ ਵਾਲੇ ਵੀ ਕੁਰਾਨ ਪੜ੍ਹ ਰਹੇ ਨਾ ਫਿਰ ਉਹਨਾਂ ਕੋ ਹਦਾਇਤ ਕਿਉਂ ਨਹੀਂ ਵਾਹ ਪਾਕ ਇਹਨਾਂ ਨੇ ਦਿਲ ਪਾਕ ਨਹੀਂ ਤਬ ਉਹਨਾਂ ਕੋ ਹਦਾਇਤ ਨਹੀਂ ਤੇ ਦਿਲ ਪਾਕ ਕਰਨ ਵਾਸਤੇ ਫਿਰ ਤਰੀਕਾ ਹੈ ਨਾ ਹਦੀਸ ਵਿੱਚ ਹੈਗਾ ਹਰ ਚੀਜ਼ ਕੀ ਸਾਫ਼ ਕਰਨ ਵਾਸਤੇ ਕੋਈ ਨਾ ਕੋਈ ਹਥਿਆਰ ਹੈ ਔਰ ਇਸ ਦਿਲ ਕੀ ਸਾਫ਼ ਕਰਨ ਵਾਸਤੇ ਅੱਲਾਹ ਨਾਲ ਜ਼ਿਕਰ ਜਦ ਤੁਸਾਂ ਅੰਦਰ 24 ਘੰਟੇ ਅੱਲਾਹ 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 ਸ਼ੁਰੂ ਹੋ ਜਾਸੀ ਨਾ ਅੱਲਾਹ ਅੱਲਾਹ ਨੇ ਤਾਸੀਰ ਨਾਲ ਉਹ ਦਿਲ ਪਾਕ ਹੋਣਾ ਸ਼ੁਰੂ ਹੋ ਜਾਸੀ ਨਾ ਫਿਰ ਜਿਸ ਵੇਲੇ ਦਿਲ ਪਾਕ ਹੋ ਸੀ ਉਸ ਵੇਲੇ ਫਿਰ ਪਾਕ ਚੀਜ਼ ਅੰਦਰ ਜਾ ਸੀ ਨਾ ਉਸ ਵੇਲੇ ਕੁਰਾਨ ਵੀ ਅੰਦਰ ਜਾ ਸੀ ਤੇ ਨਮਾਜ਼ ਵੀ ਅੰਦਰ ਜਾ ਸੀ ਨਾ ਇਹ ਸਾਡਾ ਮਤਲਬ ਹੈ ਨਾ ਇਹ ਵੀ ਇੱਕ ਇਲਮ ਹੈ ਹਜ਼ਰਤ ਅਬੂ ਹੁਰੈਰਾ ਫਰਮਾਇਆ ਸੀ ਕਿ ਮੀ ਹਜ਼ੂਰ ਪਾਕ ਕੋਲੋਂ 2 ਇਲਮ ਹਾਸਲ ਹੋਏ ਨੇ ਇੱਕ ਤੁਸਾਂ ਕੀ ਦੱਸ ਛੁੜਿਆ ਦੂਸਰਾ ਅਗਰ ਦੱਸਾਂ ਤੂੰ ਤੁਸਾਂ ਮੈਨੂੰ ਕਤਲ ਕਰ ਦਿਓ ਕੀ ਹਦੀਸ ਹੈ ਬਕਾਇਦਾ ਹਜ਼ੂਰ ਪਾਕ ਫਰਮਾਇਆ ਮੈਨੂੰ 3 ਇਲਮ ਹਾਸਲ ਹੋਏ ਇੱਕ ਆਮ ਲੋਕਾਂ ਵਾਸਤੇ ਇੱਕ ਖਾਸ ਵਾਸਤੇ ਇੱਕ ਸਿਰਫ ਮੇਰਾ ਵਾਸਤੇ ਇਹ ਇਲਮ ਹੈ ਇਹ ਜਿਹੜਾ ਇਲਮ ਸੀ ਉਹ ਜਿਹੜਾ ਜ਼ਹਿਰੀ ਇਲਮ ਹੈ ਨਾ ਉਹ ਆਮ ਲੋਕਾਂ ਵਾਸਤੇ ਆਇਆ ਇਹਨਾਂ ਕੀ ਪਾਕ ਕਰਨ ਵਾਸਤੇ ਆਇਆ ਤੁਸੀਂ ਹੁਣ ਕੁਰਾਨ ਨਾਲ ਪਾਕ ਹੋ ਗਏ ਹੋ ਅੱਗੇ ਤਰੱਕੀ ਕਿਸ ਨਾਲ ਕਰ ਸੋ ਅੱਗੇ ਮੇਰੇ ਕੋਲ ਹੋਰ ਇਲਮ ਹੋ ਸੀ ਨਾ ਜਿਸ ਨੇ ਤੁਸੀਂ ਵਲੀ ਵਰਾ ਬਣ ਸੋ ਆਸ਼ਿਕ ਬਣ ਸੋ ਨਾ ਉਹ ਜਿਹੜਾ ਇਲਮ ਹੋਰ ਸੀ ਨਾ ਜਿਸ ਤਰ੍ਹਾਂ ਇਹ ਇਲਮ ਕੁਰਾਨ ਆਇਆ ਵੇ ਨਜ਼ਰੀਏ ਆਇਆ ਹਜ਼ੂਰ ਪਾਕ ਨੇ ਸੀਨੇ ਵਿੱਚ ਆਇਆ ਫਿਰ ਜ਼ਬਾਨ ਤੋਂ ਆਪ ਬੋਲਣਾ ਸ਼ੁਰੂ ਹੋ ਗਏ ਤੇ ਲੋਕ ਲਿਖਣਾ ਸ਼ੁਰੂ ਹੋ ਗਏ ਉਹ ਜਿਹੜਾ ਇਲਮ ਆਇਆ ਉਹ ਵੀ ਵਿਜੇ ਵੇ ਨਜ਼ਰੀਆ ਆਇਆ ਲੇਕਿਨ ਉਹ ਸੀਨੇ ਵਿੱਚ ਹੀ ਮਹਿਫੂਜ਼ ਰਿਹਾ ਉਹ ਬਾਹਰ ਨਹੀਂ ਆਇਆ ਉਸਨੇ ਤਲਕ ਸੀਨਾ ਬਈ ਸੀਨਾ ਸੀ ਲੇਕਿਨ ਉਸਨੇ ਕੁਛ ਆਇਤਾਂ ਜਿਹੜੀਆਂ ਨਾ ਉਹ ਹਜ਼ੂਰ ਪਾਕ ਦੇ ਮੂੰਹ ਮੁਬਾਰਕ ਵਿੱਚ ਨਿਕਲੀਆਂ ਜਿਹੜੀਆਂ ਬਾਹਰ ਵਿੱਚ ਮਨਸੂਖ ਕਰ ਦਿੱਤੀਆਂ ਕਿਉਂਕਿ ਉਸ ਦਾ ਤਲਕ ਇਸ ਬਾਤ ਨਹੀਂ ਇਲਮ ਹੁਣ ਸਾਡੇ ਵਿੱਚ ਸਾਰਾ ਜ਼ਹਿਰੀ ਇਲਮ ਹੈ ਨਹੀਂ ਮੁਕੰਮਲ ਹੋਇਆ ਨਾ ਮੁਕੰਮਲ ਕਿਉਂ ਹੋਇਆ ਸੁਣ ਲਓ ਨਾ ਪਹਿਲਾਂ ਗੱਲ ਦੋ ਕਿਸਮ ਦੇ ਇਲਮ ਫਰਮਾ ਰਹੇ ਇੱਕ ਜ਼ਹਿਰੀ ਹੈ ਇੱਕ ਬਾਤਨੀ ਹੈ ਬਾਤ ਤੋਂ ਨਿਕਲਿਆ ਜਿਹੜਾ ਕਹਿੰਦੇ ਨੇ ਨਾ ਕੋਈ ਸ਼ੈਤਾਨ ਨੇ ਕਿਹਾ ਲੇਕਿਨ ਉਹ ਬਾਅਦ ਚ ਮਨਸੂਖ ਮਨਸੂਖ ਇਸ ਮਾਰ ਕਰਦੇ ਹਨ ਉਹਨਾਂ ਤੱਲਕ ਬਾਤਨ ਨਾਲ ਸੀ ਨਾ ਉਹਨਾਂ ਨੂੰ ਤੱਲਕ ਸਿਰ ਵਲੀਆਂ ਨਾਲ ਸੀ ਨਾ ਉਹ ਮਨਸੂਖ ਉਹ ਉਹਨਾਂ ਨੇ ਸੀਨੇ ਚ ਰਿਹਾ ਨਾ ਮਨਸੂਖ ਦਾ ਮਤਲਬ ਕੋਈ ਜਿਹੜੀ ਜ਼ਬਾਨ ਤਹਿਰੀਰ ਨਿਕਲਿਆ ਨਾ ਬਾਹਰ ਉਹਨਾਂ ਲਿਖ ਕੇ ਦਾਣਾ ਬਾਅਦ ਚ ਨਾ ਕਹਿੰਦੇ ਇਹ ਆਇਤ ਜਿਹੜੀ ਮਨਸੂਖ ਕਰ ਦਿਓ ਇਹ ਮੇਰੇ ਸਿਰਫ ਸੀਨੇ ਨਾਲ ਤੱਲਕ ਹੈ ਸੀ ਉਹ ਫਿਰ ਸੀਨਾ ਬਈ ਸੀਨਾ ਵਲੀ ਚ ਰਿਹਾ ਨਾ ਤਫਸੀਲ ਬਿਆਨ ਕਰਨੇ ਸਾਡੇ ਜ਼ਿਆਦਾ ਉਲਮਾ ਜਿਹੜੇ ਨੇ ਇਸ ਇਲਮ ਵਿੱਚ ਨਹੀਂ ਹੈ ਇਹ ਸੀਨੇ ਨੇ ਇਲਮ ਤਾਂ ਮਿਲਣਾ ਨਾ ਜਿਸ ਤਰ੍ਹਾਂ ਇਹ ਜ਼ਹਿਰੀ ਇਲਮ ਸਫੈਦ ਕਾਗਜ਼ ਚਾਹੀਦਾ ਨਾ ਇਸ ਬਾਤ ਨਹੀਂ ਇਲਮ ਵਾਸਤੇ ਸਫੈਦ ਸੀਨਾ ਚਾਹੀਦਾ ਨਾ ਅੱਲਾ ਜਦ ਤੱਕ ਤੁਸੀਂ ਸਫੈਦ ਸੀਨਾ ਨਹੀਂ ਹੋਣਾ ਉਹ ਇਲਮ ਮਿਲਦਾ ਨਹੀਂ ਤਾਂ ਪਹਿਲੇ ਉਸਨੇ ਅਸੀਂ ਆਪਣਾ ਸੀਨਾ ਸਾਫ਼ ਕਰਨਾ ਪਿਆ ਅੱਲਾ 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 ਜੇ ਸੀਨਾ ਸਾਫ਼ ਪਾਕ ਹੋਣਾ ਨਾ ਤਾਂ ਫਿਰ ਹਜ਼ੂਰ ਪਾਕ ਸੀਨੇ ਨਾਲ ਲਾਣੇ ਨਾ ਤਾਂ ਉਹ ਫਿਰ ਇਲਮ ਇਸ ਵਿੱਚ ਆ ਜਾਣਾ ਉਹ ਇਲਮ ਬਾਤ ਨਹੀਂ ਹੈ ਔਰ ਇਹੀ ਵਜ੍ਹਾ ਹੈ ਇਹੀ ਨਮਾਜ਼ਾਂ ਜਿਹੜੀਆਂ ਖਾਜਾ ਸਾਹਿਬ ਪੜ੍ਹੀਆਂ ਇਹੀ ਨਮਾਜ਼ਾਂ ਜਿਹੜੀ ਤੁਸੀਂ ਪੜ੍ਹਨੇ ਹੋ ਉਹ ਖਾਜਾ ਦਾਤਾ ਕਿਸ ਤਰ੍ਹਾਂ ਬਣ ਗਏ ਨਮਾਜ਼ ਤਾਂ ਉਹੀ ਹੈ ਤਾਂ ਸਜੂਦ ਵੀ ਹੋਈ ਨਾ ਕਾਲੇ ਕਾਗਜ਼ ਦੇ ਉੱਤੇ ਕਾਲੇ ਸਿਆਹੀ ਨਾਲ ਲਿਖਦੇ ਰਹੋ ਤੇ ਕੱਖ ਵੀ ਨਜ਼ਰ ਨਹੀਂ ਆਸੀ ਇਹ ਜ਼ਾਹਿਰੀ ਹੈ ਨਾ ਅਗਰ ਸਬਤ ਹੁੰਦੇ ਤਾਂ ਜੇ ਕਿਤੇ ਲਿਖੋ ਕਾਲਾ ਕਾਗਜ਼ ਦੇ ਤੇ ਕਾਲਾ ਪੈਨ ਦੇ ਤੇ ਔਰ ਬਾਤ ਨਹੀਂ ਵੀ ਇਹ ਹੈ ਕਿ ਦਿਲ ਤਾਂ ਕਾਲਾ ਸਾਡਾ ਜੋ ਮਰਜ਼ੀ ਕਾਲੀ ਸਾਹਿਬ ਨਾਲ ਲਿਖਦੇ ਰਹੀ ਤਾਂ ਦੱਸ ਨਹੀਂ ਕੋਈ ਅੱਛਾ ਹੁਣ ਤਕਰੀਬਨ 20 ਸਾਲ ਹੋ ਗਏ ਇਸੇ ਇਲਮ ਮੈਂ ਪ੍ਰਚਾਰ ਕਰ ਰਿਹਾ ਔਰ ਇਸੇ ਇਲਮ ਨੂੰ ਪ੍ਰਚਾਰ ਦੀ ਵਜ੍ਹਾ ਦੇ ਹਜ਼ਾਰਾਂ ਲੋਕ ਲੱਖਾਂ ਲੋਕ ਜਿਹੜੇ ਮੁਸਤਫੀਜ਼ ਵੀ ਹੋ ਗਏ ਬੇਸ਼ੱਕ ਮੈਂ ਇੱਥੇ ਦੂਸਰਾ ਚੱਕਰ ਹੈ ਅਮਰੀਕਾ ਕਈ ਦਫ਼ਾ ਜਾ ਚੁੱਕਾ ਤਕਰੀਬਨ ਦੁਨੀਆ ਹਰ ਮਮਾਲਿਕ ਜਾ ਚੁੱਕੇ ਹਾਂ ਇਸ ਵਿੱਚ ਕਾਫ਼ੀ ਪ੍ਰਚਾਰ ਵੀ ਹੋਇਆ ਲੇਕਿਨ ਹੁਣ 3-4 ਸਾਲ ਤੋਂ ਜਿਸ ਸਾਡਾ ਆਲਮ ਮਸ਼ਕੂਕ ਹੋਣਾ ਸ਼ੁਰੂ ਹੋ ਗਿਆ ਉਸਦੀ ਵਜ੍ਹਾ ਇਹ ਹੋਇਆ ਕਿ ਚੰਨ ਦੀ ਤਸਵੀਰ ਪਵਾ ਜਿਹੜੇ ਰਾਤੀ ਜ਼ਿਕਰ ਹੋ ਰਿਹਾ ਸੀ ਇਸ ਇਲਮ ਉੱਪਰ ਨੂੰ ਇਤਰਾਜ਼ ਨਹੀਂ ਹੈ ਇਨਕਾਰ ਵੀ ਨਹੀਂ ਜੀ ਬਿਲਕੁਲ
ਉਹਨਾਂ ਦੇ ਇੱਕ ਬੇਸ ਚਾਹੀਦਾ ਸੀ, ਗ੍ਰਾਉਂਡ ਨਾਲ ਬੇਸ ਚਾਹੀਦੀ ਸੀ ਜੀ ਸਰ। ਉਹ ਫਿਰ ਚੰਦ ਤੇ ਤਸਵੀਰ ਆ ਗਈ। ਹੁਣ ਮੈਂ ਵੀ ਮੰਨਣਾ ਕਿ ਹਜ਼ੂਰ ਪਾਕ ਨੇ ਤਸਵੀਰ ਨਹੀਂ ਆਈ ਜਾਂ ਕਿਸੇ ਨੇ ਤਸਵੀਰ ਨਹੀਂ ਆਈ, ਤਾਂ ਇਹ ਤਸਵੀਰ ਕਿਉਂ ਆਈ? ਮੈਂ ਮੰਨਣਾ ਸੀ ਕਿਉਂ ਆਈ, ਕਈ ਅਰਸਾ ਮੈਂ ਸੋਚਣਾ ਰਿਹਾ, ਇਹ ਨਾ ਕਿ ਆਉਣੀ ਹੈ ਫੋਟੋ ਕਿਤੇ, ਲੇਕਿਨ ਮੈਂ ਸੋਚਣਾ ਆਈ ਕਿਉਂ ਹੈ? ਹਜ਼ੂਰ ਪਾਕ ਤੂੰ ਬੜ ਕੇ ਵੀ ਕੋਈ ਨਹੀਂ ਹੋ ਸਕਣਾ, ਨਬੀ ਵੀ ਕੋਈ ਨਹੀਂ ਹੋ ਸਕਣਾ, ਹੋਰ ਕੋਈ ਨਬੀ ਵੀ ਹੋਰ ਕਰ ਨਬੋਤ ਦਾਵਾ ਕਰ ਸੀ ਤੋ ਕਾਫਰ ਹੈ, ਤਾਂ ਫਿਰ ਇਹ ਕਿਉਂ ਆਈ? ਫਿਰ ਕਾਫੀ ਅਰਸੇ ਬਾਅਦ ਇਹ ਰਾਸ ਇੱਕ ਖੋਲਾ ਕਿ ਤੇਰੀ ਡਿਊਟੀ ਹੈ ਨਾ, ਇਹ ਹਰ ਬਣੀ ਨੂੰ ਇਨਸਾਨ ਉੱਪਰ ਲਗਾ ਦਿੱਤੀ ਗਈ ਹੈ, ਖਾ ਉਹ ਹਿੰਦੂ ਹੈ ਜਾਂ ਸਿੱਖ ਹੈ ਜਾਂ ਈਸਾਈ ਹੈ, ਖਾ ਉਹ ਗੈਰ ਮਜ਼ਹਬ ਹੈ, ਮੁਸਲਮਾਨ ਤੂੰ ਮੰਨਣਾ ਪਿਆ ਨਾ, ਮੁਸਲਮਾਨ ਦਾ ਕਲਬ ਚੱਲਣਾ ਤੂੰ ਮੰਨਣਾ ਹੈ, ਉਹ ਤੂੰ ਨਮਾਜ਼ ਪੜ੍ਹਨਾ ਮੁਸਲਮਾਨ ਕਿਨ ਸੀ, ਤਸਵੀਰ ਕਰਸੇ ਮੁਸਲਮਾਨ ਕਿਨ ਸੀ, ਲੇਕਿਨ ਉਹ ਗੈਰ ਮਜ਼ਹਬ ਤੋਂ ਨਾ ਤੁਹਾਡੀ ਨਮਾਜ਼ ਕੀ ਮੰਨਣਾ, ਤੁਹਾਡੇ ਕੁਰਾਨ ਕੀ ਮੰਨਣਾ, ਨਾ ਤੁਹਾਡੇ ਕਲਬ ਕੀ ਮੰਨਣਾ, ਉਹ ਤੂੰ ਕਿਸ ਤਰ੍ਹਾਂ ਮੰਨ ਸੀ? ਉਹ ਤੂੰ ਕਿਸ ਤਰ੍ਹਾਂ ਮੰਨ ਸੀ? ਉਹਨਾਂ ਦੀ ਮਨਾਉਣ ਵਾਸੀਆਂ ਇਹ ਜਿਹੜੀ ਤਸਵੀਰ ਹੈ ਇਹ ਚੰਦ ਦਿੱਤੀ ਗਈ ਹੈ। ਫਿਰ ਮੈਂ ਇਸ ਨਾਲ ਤਜਰਬਾ ਕੀਤਾ ਹੈ, ਮੈਂ ਆਇਰਲੈਂਡ ਗਿਆ, ਉੱਥੇ ਕੁਛ ਹਿੰਦੂ ਆ ਗਏ, ਆਏ ਕਹਿਣ ਲੱਗੇ ਜੀ ਸਾਡੇ ਕੋਲ ਜ਼ਿਕਰ ਦਿਓ ਤਰੀਕਾ ਦੱਸੋ, ਮੈਂ ਕੁਛ ਪੁੱਛੋ ਤਾਂ ਸਹੀ ਨਾ, ਉਹ ਮੁਤਮਿਨ ਤਾਂ ਹੋਰ ਪੈ ਰਹੇ, ਉਸ ਤੋਂ ਬਾਅਦ ਤੁਸੀਂ ਸਿੱਖਿਆ ਨਾ, ਕਹਿਣ ਲੱਗੇ ਅਸਾਂ ਮੁਤਮਿਨ ਹਾਂ, ਕਿਸਾਂ ਮੁਤਮਿਨ ਹਾਂ, ਅਸਾਂ ਚੰਦ ਤਾਂ ਸੂਰਤ ਤੱਕੀ ਹੈ, ਅਸਾਂ ਮੁਤਮਿਨ ਹਾਂ ਸਾਡੇ ਕੋਲ ਜ਼ਿਕਰ ਦਿਓ, ਬੇਸ਼ੱਕ ਦਰੁਸਤ ਹੱਕ, ਔਰ ਉਸੇ ਵਜ੍ਹਾ ਤੋਂ ਬੇਸ਼ੁਮਾਰ ਹਿੰਦੂਆਂ ਨੇ ਸਿੱਖਾਂ ਨੇ ਈਸਾਈ ਨੇ ਜ਼ਿਕਰ ਚੱਲੇ ਨੇ, ਚਾਹਣ ਵਿੱਚ ਤਸਵੀਰ ਨਾ ਆਉਣੇ ਦਾ ਮਕਸਦ ਇਹ ਹੈ ਕਿ ਉਹਨਾਂ ਲੋਕਾਂ ਨੂੰ ਯਕੀਨ ਹੋਇਆ ਅੱਲਾਹ ਤਾਲਾ ਚਾਹਣਾ ਕਿ ਇਸ ਵੇਲੇ ਸਾਰੇ ਲੋਕ ਜਿਹੜੇ ਨਾ ਇਹ ਕੀ ਹੁਣ ਜ਼ਬਾਨੋਂ ਇੱਕ ਨਹੀਂ ਹੋ ਸਕਣੇ ਲੇਕਿਨ ਦਿਲੋਂ ਤੇ ਇੱਕ ਹੋ ਸਕਣੇ ਨਾ, ਤੇ ਜਿਸ ਵੇਲੇ ਦਿਲੋਂ ਇੱਕ ਹੋ ਗਏ ਤਾਂ ਫਿਰ ਅੰਬ ਨਹੀਂ ਮੰਨੇ ਨਾ, ਇੱਧਰ ਵੀ ਅੱਲਾਹ ਭਲੇ ਮਜ਼ਹਬ ਦੂਆ ਸਹੀ, ਇੱਧਰ ਵੀ ਅੱਲਾਹ ਇੱਧਰ ਵੀ ਅੱਲਾਹ ਕਿਉਂ ਨਾ ਸੁਣਾ ਪਿਆ ਜੋ, ਬਾਹਰੋਂ ਹਿੰਦੂ ਸਿੱਖ ਹੈ ਅੰਦਰੋਂ ਸਾਰੇ ਮੁਸਲਮਾਨ ਨਾ, ਇਹ ਮਜ਼ਹਬ ਇਹਨਾਂ ਜਿਸਮਾਂ ਦਾ ਮਜ਼ਹਬ ਹੈ, ਇਹ ਜਿਹੜੇ ਅੰਦਰ ਰੂਹਾਂ ਉਹਨਾਂ ਦਾ ਮਜ਼ਹਬ ਹੈ, ਬਈ ਜਿਸ ਵੇਲੇ ਰੂਹਾਂ ਬਣੀਆਂ ਨਾ ਸਰ ਕਿਹੜਾ ਮਜ਼ਹਬ ਸੀ ਉਸ ਟਾਈਮ ਤਾਂ ਸਾਰੀਆਂ ਰੂਹਾਂ ਅੱਲਾਹ ਤਾਲਾ ਨੇ ਵਾਦਾ ਕਰਕੇ ਜੀ, ਜਿਸ ਵੇਲੇ ਜਾਸਮ ਉਸਲ ਕਿਹੜਾ ਮਜ਼ਹਬ ਸੀ, ਮਜ਼ਹਬ ਤੇ ਜਿਸਮ ਨਾ ਉਹਨਾਂ ਦੇ ਜਿਸਮ ਖਤਮ ਹੋ ਗਏ ਤਾਂ ਮਜ਼ਹਬ ਵੀ ਕਬਰੇ ਰਹਿ ਗਏ ਨਾ, ਅਗਰ ਇਹ ਮਾਲ ਜਾ ਸੁਣਨਾ ਤਾਂ ਅੱਲਾਹ ਲੈ ਜਾ ਸੀ ਨਾ, ਇਸ ਨੂੰ ਸਾਡੀ ਇਹ ਡਿਊਟੀ ਹੈ ਕਿ ਹਰ ਬਣੀ ਇਨਸਾਨ ਕੀ ਪਹਿਲੇ ਅਸੀਂ ਘਬਰਾਉਣੇ ਸਾਂ, ਅਸਾਂ ਸਿੱਖਾਂ ਵਿੱਚ ਕਿਸਾਂ ਗੱਲ ਕਰ ਸਕਦੇ ਹਾਂ ਜਾ ਕੇ ਜੀ, ਉਹ ਤਾਂ ਸਾਡੀ ਪਲੀਜ਼ ਸਮਝਣਾ, ਉਹ ਤਾਂ ਕਹਿਣਾ ਹੈ ਕਿ ਅਗਰ ਕੁੱਤਾ ਜਿਹੜਾ ਨਾ ਬਰਤਨ ਕੀ ਮੂੰਹ ਮਾਰਿਆ ਨਾ ਤੋ ਧੋ ਕੇ ਨਾ ਖੈਰ ਹੈ, ਅਗਰ ਮੁਸਲਾ ਜਿਹੜਾ ਨਾ ਉਸ ਮੂੰਹ ਮਾਰਿਆ ਨਾ ਉਸੀ ਤੋੜ ਹੀ ਛੋੜੇ ਪਾ ਕੇ ਨਹੀਂ ਹੋ ਸਕਣਾ, ਉਸਕੀ ਅਸਾਂ ਕਿਸ ਤਰ੍ਹਾਂ ਜਾ ਕੇ ਤਾਲੀਮ ਦੇ ਸਾਂ, ਉਸ ਤਸਵੀਰ ਦਾ ਅਸਰ ਹੋਇਆ ਨਾ, ਅੱਜ ਅਸਾਂ ਗੁਰਦੁਆਰਿਆਂ ਵਿੱਚ ਜਾ ਕੇ ਖਿਤਾਬ ਕਰ ਰਹੇ ਹਾਂ, ਅੱਜ ਅਸਾਂ ਮੰਦਰਾਂ ਵਿੱਚ ਚਰਚਾਂ ਵਿੱਚ ਜਾ ਕੇ ਖਿਤਾਬ ਕਰ ਰਹੇ ਹਾਂ, ਔਰ ਇਸ ਸਬੂਤ ਨਾਲ ਸਾਡੇ ਕੋਲ ਰੈਡੀ ਹੈ, ਅਖਬਾਰਾਂ ਵਿੱਚ ਖਬਰਾਂ ਸੁਣ ਲਿਆ ਸੁਣਾ, ਗੁਰਦੁਆਰੇ ਵੜਨ ਦੇਣਾ ਤੁਸੀਂ ਕੋਈ ਕਿ ਜੋ ਆ ਖਿਤਾਬ ਕਰ ਇੱਥੇ, ਜਾਂ ਤੁਸੀਂ ਕਿਸੇ ਸਿੱਖੀ ਮਸੀਤੀ ਆਸੋ ਅੱਜ ਇੱਥੇ ਖਿਤਾਬ ਕਰ, ਇਹ ਉਸ ਤਸਵੀਰ ਨਾਲ ਅਸਰ ਹੈ, ਜਿਸ ਤਸਵੀਰ ਦੇ ਜ਼ਰੀਏ ਉਹਨਾਂ ਸਾਡੇ ਮੰਦਰਾਂ ਵਿੱਚ ਚਰਚਾਂ ਵਿੱਚ ਜਿਹੜੀ ਹੈ। ਹੁਣ ਰਾਤ ਸਵਾਲ ਉਹ ਫਿਰ ਪੁੱਛਦੇ ਕਿ ਆ ਤੂੰ ਈਸਾ ਹੈ, ਅਗਰ ਨਬੀ ਨੇ ਆਹਣਾ ਨਬੀ ਨਹੀਂ ਆ ਸਕਣਾ ਕਿ ਤੂੰ ਈਸਾ ਹੈ, ਮੈਂ ਨਾ ਈਸਾ ਵੀ ਨਹੀਂ ਹੋ ਸਕਣਾ, ਕਿਉਂ ਈਸਾ ਜਿਸ ਤਰ੍ਹਾਂ ਉੱਠ ਗਏ ਉਸਨੇ ਸਿਰ ਵਾਪਸ ਸਨ, ਉਹ ਤਾਂ ਪੈਦਾ ਹੋਣੇ ਨਹੀਂ ਲੱਗੇ, ਮੈਂ ਤਾਂ ਮਾਂ ਪਿਓ 'ਚ ਪੈਦਾ ਹੋ ਗਿਆ, ਫਿਰ ਆਣੇ ਨੂੰ ਤੂੰ ਮਹਿਦੀ ਹੈ, ਮੈਂ ਕਿਹਾ ਮਹਿਦੀ ਵੀ ਨਹੀਂ, ਮਹਿਦੀ ਨਹੀਂ ਮੈਂ ਸ਼ਨਾਖਤ ਕਰਾ ਸਕਾਂ ਕਿ ਜਿਸ ਤਰ੍ਹਾਂ ਹਜ਼ੂਰ ਪਾਕ ਨੇ ਪਿੱਛੇ ਮੋਹਰੇ ਨਬੋਤ ਸੀ ਕਲਮੇ ਨਾਲ, ਇਸੀ ਤਰ੍ਹਾਂ ਮਹਿਦੀ ਅਲੈਹਿ ਸਲਾਮ ਨੇ ਪਿੱਛੇ ਮੋਹਰੇ ਮਹਿਦੀ ਤੋਂ ਸੀ ਕਲਮੇ ਦੇ ਸਾਥ, ਉਹ ਜਿਸ ਨੂੰ ਵੀ ਪਿੱਛੇ ਹੋ ਸੀ ਅਸੀਂ ਮੰਨਣਾ ਪਿਆ ਸੀ, ਇਹ ਚੀਜ਼ ਅਸਲੀਅਤ ਇਹ ਚੀਜ਼ ਹੈ ਜਿਹੜੀ ਮੈਂ ਤੁਸੀਂ ਆ ਗਿਆ ਸੀ ਤੁਸੀਂ ਆਓ ਅਸਾਂ ਤੁਸੀਂ ਦੱਸਾਂ। ਰਹਾ ਸਵਾਲ ਇਹ ਆਣੇ ਤੂੰ ਨਹੀਂ ਹੋਰ ਕੀ ਹੋ ਸਕਣਾ, ਤੂੰ ਜਿਹੜਾ ਵੀ ਹੋਸੀ ਤੁਸੀਂ ਉਸਕੀ ਆਖ ਸੋ, ਉਸਕੀ ਆਖ ਸੋ ਨਾ, ਹਜ਼ੂਰ ਪਾਕ ਨਹੀਂ ਨਹੀਂ ਆਏ ਤੋ ਤਣੀ ਕਿਉਂ ਆ ਗਏ, ਜਾਂ ਅਗਰ ਤੁਸੀਂ ਉਸਕੀ ਮੰਨੇ ਹੀ ਨਾ, ਅਗਰ ਤੁਸੀਂ ਨਹੀਂ ਮੰਨਦੇ ਹੋ ਨਾ ਤੁਸੀਂ ਆਪਣਾ ਇਮਾਨ ਦਾ ਨੁਕਸਾਨ ਕਰੇ, ਇਹ ਗਲਾਸ ਹੈ ਮੰਨਣਾ ਪੈਸੀ ਗਲਾਸ ਹੈ, ਦਿਸਣਾ ਜੇ ਪਿਆ ਸਾਰਿਆਂ ਨੂੰ ਦਿਸਣਾ, ਅਗਰ ਤੱਕ ਕੇ ਵੀ ਤੁਸੀਂ ਆਪਣਾ ਨਾ ਮੰਨੇ ਕਮਰੇ 'ਚ ਕੈਸੇ ਆ ਗਿਆ, ਫਿਰ ਤੁਸੀਂ ਮੁਨਾਫ, ਬੇਸ਼ੱਕ ਦੋਸਤ ਇਹ ਮੰਨੋ ਕਮਰੇ 'ਚ ਆ ਗਿਆ, ਲੇਕਿਨ ਫਿਰ ਇਹ ਆਇਆ ਕਿਸ ਤਰੀਕੇ ਨਾਲ, ਕਿਉਂ ਆਇਆ ਉਸ ਆਉਂਦਾ ਮੁਸਲਮਾਨ ਵੀ ਹੋਏ ਕੰਮ ਵੀ ਤਬਲੀਗ ਨਾ ਕਰ ਰਿਹਾ ਹੋਵੇ, ਔਰ ਲੋਕਾਂ ਦੇ ਕਲਬ ਵੀ ਚੱਲ ਰਹੇ ਹੋਣ, ਅੱਲਾਹ ਹੋ ਰਹੀ ਹੋਇਆ,
تو پھر بھی اتنا بڑا دعویٰ جھوٹا نہیں کر سکتا بالکل یہ میرا ایمان بھی ہے مطلب کر نہیں سکتا آخرت کا بھی یقین ہوئے کہ آخرت آنی ہے موت آنی ہے حساب کتاب ہونا اور پھر جھوٹا دعویٰ اتنا بڑا چیلنج کر نہیں سکتا اس تو پہلے بھی 100 سال پہلے مرزا غلام احمد نے دعویٰ کیا چند دعویٰ نہیں نہیں چند ہے لیکن انہوں نے چند تو بھی بڑا دعویٰ کیا نبوت دا کہ میں ہی امام مہدی ہوں بڑا دعویٰ پنڈ سی اتنے بہ کے مینو الہام کیا اللہ نے کہ میں تیری تبلیغ کو زمین کے کناروں تک پہنچاؤں گا اور اج وہ وقت ہے کہ 160 ملکوں کے وچ وہ جماعت کا جڑا نا پرچار ہو رہا ہے اپنا ایم ٹی وی جڑا ہے وہ اپنا انہوں کا اسٹیشن پورا انگلینڈ کو جاری ہو رہے ہیں سارے اور پوری دنیا کے وچ جماعت نے اور بھی الام بڑے کہے سن جڑے اس دور کی غلط ثابت ہوئے سن اس اور بھی بڑے الام کہے سن کئی مولانا دے نال مبالے بھی ہوئے وہ غلط ہوئے عمرے یہ وہ سارا کچھ اس نے تے نبوت دا بھی دعویٰ کیتا نا صرف اس نے کیا کہ حضور صلی اللہ علیہ وسلم اس دور وچ او سن حضور صلی اللہ علیہ وسلم سن اور اس دور وچ میں ہاں اس دا جڑا نا مطلب مین پوائنٹ یہ ہے کہ اس نے کیا کہ میں امام مہدی تک بھی کوئی پرابلم نہیں ہے امام مہدی کے اندر جو مرضی کے اندر او دے نال وہ کافر نہیں ہوندا نبوت دا اس نے کیا کہ میں او محمد ہاں جڑا اس دور وچ عرب وچ پیدا ہوئے اور اج دا اس میں انہاں دی بدلی ہوئی شکل وچ کوئی محمد ہاں تے اے چیزاں منسوخ کر دتیاں گیاں باقی قران اسی طرح رہیا جہاد منسوخ کر دتا گیا اے انگریزاں دی چال سی اور 14 آیتاں منسوخ کر دتیاں او منسوخ کر دیندے جڑے انہاں دے خلاف جاندے سن برے صغیر نو گورن کرن واسطے وشو سے چھوڑیا کہ حضور پاک نے سمجھ غلطی ہو گئی سی بالکل صحیح اور جڑا کال دھیان ہے اس نے اور کا دھیان کرتا سی تو دو نقطہ نہ کہ کال دھیان نہیں سی کا دھیان شاید دا اشارہ سی اس تھا مطلب اسلام لیا اسلام دی تبلیغ کیتنے بندے منیا سارے کہندے سن کہ حضور صلی اللہ علیہ وسلم سچے نے اج تک انہوں نے کوئی جھوٹ نہیں بولیا سب کچھ او دے باوجود بھی بندے نے 4 سال انہاں دے نال اور مکہ دے وچ انہوں نے کتنا عرصہ تبلیغ کیتی ہے کتنے نعرے حضرت نوح علیہ السلام نے 900 سال کیتی ہے نبوت دی تبلیغ کتنے نعرے بندے انہاں دی کشتی دے وچ اسی دا یہ مطلب تے نہیں ہے کہ سچا بندہ جڑا او دی سارے گل من نبی سارے من دے سارے مسلمان اچھا شاہ صاحب جس ٹائم گردوارے تسی تولو لوگ پوچھتے ہیں کہ سانو ذکر دے ہو سویانی زبان اس دا نام اللہ او پھر کہندے نے کہ نہیں اللہ صرف مسلمانوں واسطے ہے اسی انہوں نے قائل کردے ہاں کہ مسلمانوں واسطے نہیں کہ حضور پاک دے والد دا نام عبداللہ سی سبحان اللہ اس دا مطلب ہے نہ پہلے دا ہن والد تو مسلمان ہی سی نا وہ اس گل تے قائل ہو جاندے نے پھر اسی ان کہندے ہیں کہ اصلی نا اللہ ہے جڑا فرشتیاں اور اللہ دی گل درمیان ہوندی ہے باقی جتنے بھی نبی آئے نا انہاں دے کلمے نال اللہ آیا ہے بے شک آدم و صفی اللہ یا نوح نبی اللہ اللہ نال آیا ہے پہلے قائل کرانے اللہ اس اصلی لفظ ہے یہ باقی جڑے نا یہ علاقائی زبان الفاظ ہیں وہ پھر قائل ہو جاتے ہیں پھر اسی ان کہہ دیں پھر تسی اپنے اندر اللہ الگ کرو کیونکہ گرو نانک نے بھی کیا ہے ایشور اللہ تیرا نام رام بھی تو رحم بھی تو اس میں سانو کافی سپورٹ مل جاتی ہے انہوں نے کلمہ سکھایا سی نہیں سکھا کیا سی ایشور اللہ تیرا نام رام بھی تو رحم بھی تو یہ سانو ہندوؤں میں بھی سکھا نہیں اسی سپورٹ مل جاتی ہے پھر اسی انہوں نے دس دیا ہے کہ تھی اپنے دل کی دھڑکن اللہ الگ مسلمان نہیں ہو اللہ الگ اگر اللہ نہ مل گیا تو اس کا مطلب نے اللہ نے تمہیں چاہ لیا نا جس اللہ نے تمہیں چاہ لیا تو جس مذہب نہ اللہ ہے تسی آٹومیٹک اس مذہب نہ ہو ہی جاؤ گے اگر ہو کچھ بھی نہیں تو تمہارے دن اگر اللہ شروع ہو گیا تو تمہارے دل اللہ کی محبت ہو ہی جاسی نا
ਤੇ ਜਿੱਥੇ ਮੁਹੱਬਤ ਪਹੁੰਚਾਉਂਦੀ ਹੈ ਨਾ ਉੱਥੇ ਇਬਾਦਤ ਵੀ ਕੋਈ ਨਹੀਂ ਬੇਸ਼ੱਕ ਤੇ ਜਿੱਥੇ ਇਸ਼ਕ ਪਹੁੰਚਾਉਂਦਾ ਉੱਥੇ ਇਮਾਨ ਵਾਲੇ ਨੂੰ ਖਬਰ ਕੋਈ ਨਹੀਂ ਹਾਏ ਹਾਏ ਸਿਰਫ ਅੱਲਾਹ ਦੀ ਦਾਵਤ ਦੇ ਰਹੇ ਹਾਂ ਅੱਲਾਹ ਦਾ ਜ਼ਿਕਰ ਕਰਦੇ ਨੇ ਜੀ ਜੀ ਔਰ ਹਜ਼ੂਰ ਸੱਲੱਲਾਹੁ ਅਲੈਹਿ ਵਸੱਲਮ ਉਹਨਾਂ ਦੇ ਤਰੀਕੇ ਤੇ ਉਹਨਾਂ ਦੇ ਸ਼ਰੀਅਤ ਤੇ ਅਮਲ ਹੀ ਨਹੀਂ ਕਹੋ ਉਹਨਾਂ ਨੂੰ ਮੰਨਦੇ ਹੀ ਨਹੀਂ ਉਹ ਆਪਣੇ ਗੁਰੂ ਨੂੰ ਹੀ ਸਾਹਮਣੇ ਰੱਖ ਕੇ ਜਿਹਨਾਂ ਨੂੰ ਕਹਿ ਰਹੇ ਤੋ ਅੱਲਾਹ ਦਾ ਹੀ ਜ਼ਿਕਰ ਕਰੀ ਜਾਂਦੇ ਨੇ ਤੋ ਮੁਸਲਮਾਨ ਤੇ ਨਾ ਹੋਏ ਤੇ ਗੱਲ ਤੋਂ ਸੁਣਾਉਣਾ ਤੁਹਾਡੀ ਨਜ਼ਰ ਹਾਲ ਤੇ ਹੈ ਨਾ ਅੱਲਾਹ ਦੀ ਨਜ਼ਰ ਨਜ਼ਰ ਤਾਂ ਮੁਸਤਕਬਲ ਉੱਤੇ ਹੋਏਗੀ ਨਾ ਕਿ ਮੈਂ ਇਸ ਨੂੰ ਕੀ ਬਣਾਉਣਾ ਤਾਂ ਉਸਦਾ ਕਲਬ ਅੱਲਾਹ ਦੇ ਸ਼ੁਰੂ ਹੋਇਆ ਨਾ ਇਹ ਅੱਲਾਹ ਦਾ ਨਾ ਮੈਂ ਉਹਨਾਂ ਨੂੰ ਚਲਾ ਸਕਦਾ ਕਲਬ ਨਾ ਉਹ ਖੁਦ ਆਪਣੀ ਮਿਹਨਤ ਜਦ ਤੱਕ ਅੱਲਾਹ ਦਾ ਕਰਮ ਨਾ ਹੋਇਆ ਨਾ ਜਦ ਤੱਕ ਸਾਡੇ ਮੁਸਲਮਾਨਾਂ ਦੀ ਕਲਬ ਨਹੀਂ ਚੱਲਦੇ ਉਸਦੀ ਕਰਮ ਤੋਂ ਬਗੈਰ ਤਾਂ ਉਹਨਾਂ ਦੀ ਕਲਬ ਕਿਸ ਤਰ੍ਹਾਂ ਚੱਲਣਗੇ ਜੋ ਉਹਨਾਂ ਦਾ ਕਰਮ ਹੁੰਦਾ ਹੈ ਤਾਂ ਮੁਸਤਕਬਲ ਉਹ ਮੁਸਲਮਾਨ ਹੋ ਹੀ ਜਾਂਦੇ ਨੇ ਬੇਸ਼ੱਕ ਔਰ ਹੋ ਰਹੇ ਨੇ ਬੇਸ਼ੱਕ ਪਹਿਲੇ ਤੋਂ ਮੁਸਲਮਾਨ ਹੋਏ ਤੁਸੀਂ ਮੁਸਲਮਾਨ ਕਰ ਹੀ ਨਹੀਂ ਸਕਦੇ ਹੋ ਜਾਓ ਇੱਕ ਕਾਫਰ ਨੂੰ ਮੁਸਲਮਾਨ ਕਰਕੇ ਦੱਸੋ ਤੇ ਆਪ ਹੀ ਨਹੀਂ ਸਹੀ ਤਰੀਕੇ ਨਾਲ ਚੱਲ ਇਸ ਤਰੀਕੇ ਨੇ ਕਿ ਤਰੀਕਾ ਕਾ ਹੈ ਇੱਕ ਤਰੀਕਾ ਕਾ ਹੈ ਕਿ ਉਹਨਾਂ ਪਹਿਲੇ ਅੱਲਾਹ ਅੱਲਾਹ ਲਗਾਓ ਫਿਰ ਜਿਸ ਅੱਲਾਹ ਦੀ ਮੁਹੱਬਤ ਆਈ ਤਾਂ ਖੁਦਾ ਵੀ ਨਹੀਂ ਤਾਂ ਜੁਦਾ ਵੀ ਨਹੀਂ ਤਾਂ ਅੱਲਾਹ ਦੇ ਰਸੂਲ ਦੀ ਮੁਹੱਬਤ ਆ ਜਾਏਗੀ ਆਪਣੇ ਆਪ ਚੇਂਜ ਦੇਖਣਗੇ ਤੇ ਕੁਝ ਹੋਣਗੇ ਨਾ ਸਰ ਹੁਣ ਇੱਥੇ ਗੋਰੇ ਨਾਲ ਮੇਰੀਆਂ ਕੋਈ ਪਾਦਰੀਆਂ ਨਾਲ ਵੀ ਡਿਸਕਸ਼ਨ ਹੋਈਆਂ ਨੇ ਕ੍ਰਿਸਚੀਅਨਿਟੀ ਤੇ ਇਸਲਾਮ ਤੇ ਬੜੀ ਬੜੀ ਮਗਰ ਕੋਈ ਵੀ ਮੁਸਲਮਾਨ ਦਾ ਸਾਡੇ ਨਹੀਂ ਕਿਉਂਕਿ ਅਸੀਂ ਦਿਖਾ ਕੁਝ ਨਹੀਂ ਰਹੇ ਅਮਾਲ ਦਾ ਤਲਕ ਜਿਹੜਾ ਨਾ ਮੁਗਲਾਂ ਨੇ ਕੀਤੇ ਸਨ ਕਿਉਂਕਿ ਉਹ ਭੁੱਖੇ ਸਨ ਜਾਂ ਕੋਈ ਹੋਰ ਵਜੂਹਾਤ ਸਨ ਜਾਂ ਵਲੀ ਉੱਲਾ ਸਨ ਉਸ ਦੌਰ ਵਿੱਚ ਉਹਨਾਂ ਨੇ ਕੋਈ ਕਰਾਮਾਤ ਦਿਖਾਈ ਕੋਈ ਦਿਖਾਇਆ ਅੱਜ ਤੱਕ ਗੋਰਾ ਰੱਜਿਆ ਸੋਸ਼ਲ ਲੈਣ ਵਾਲਾ ਜਦੋਂ ਅਸੀਂ ਉਸਨੂੰ ਜੋ ਮਰਜ਼ੀ ਕਹਾਣੀ ਸੁਣਾਉਂਦੇ ਰਹੇ ਦੁੱਧ ਦੀਆਂ ਨਹਿਰਾਂ ਵਗਣ ਗਈਆਂ ਇਹ ਹੋਏਗਾ ਸਾਡੇ ਕੋਲ ਹੈ ਇੱਥੇ ਅਗਰ ਇਹ ਜੰਨਤ ਹੈ ਸਾਡੀ ਜੰਨਤ ਹੀ ਹੈ ਨਾ ਤੁਹਾਨੂੰ ਜੰਨਤ ਦੀ ਜ਼ਰੂਰਤ ਹੋਣੀ ਕਿਉਂਕਿ ਤੁਸੀਂ ਭੁੱਖੇ ਲਓਗੇ ਅਸੀਂ ਤਾਂ ਕੋਈ ਚੀਜ਼ ਨਹੀਂ ਉਹਨਾਂ ਨੂੰ ਖਾ ਸਕਦੇ ਹੁਣ ਇਹ ਜਿਹੜੀ ਇਹਨਾਂ ਨੇ ਅੱਜ ਮੇਰੇ ਇਲਮ ਵਿੱਚ ਵੀ ਇਹ ਨੌਲੇਜ ਚਾਹੀ ਹੈ ਕਿ ਇੱਕ ਚੇਂਜ ਜਿਹੜੀ ਉਹਨਾਂ ਨੂੰ ਕਰ ਸਕਦੀ ਹੈ ਉਹਨਾਂ ਦੇ ਇਸ ਰੂਪ ਤੋਂ ਕਿਸੇ ਹੋਰ ਰੂਪ ਤੋਂ ਉਹ ਰੂਹਾਨੀਅਤ ਆ ਰਹੀ ਹੈ ਨਾ ਜਿਸਮਾਨੀ ਉਹਨਾਂ ਕੋਲ ਹਰ ਚੀਜ਼ ਹੈ ਐਵਰੀਥਿੰਗ ਵਟ ਦੇ ਵਿਸ਼ ਉਹਨਾਂ ਕੋਲ ਹਰ ਚੀਜ਼ ਮੌਜੂਦ ਹੈ ਸਾਰੀਆਂ ਫੈਸਿਲਿਟੀਜ਼ ਨੇ ਅਗਰ ਉਹ ਆਪਣੇ ਅੰਦਰ ਕੋਈ ਚੀਜ਼ ਚੇਂਜ ਮਹਿਸੂਸ ਕਰਨਗੇ ਤਾਂ ਉਹ ਇਸਲਾਮ ਵਾਲੀ ਸਾਈਡ ਤੇ ਰਾਗਬ ਹੋਣਗੇ ਨਹੀਂ ਤਾਂ ਡਿਸਕਸ਼ਨਾਂ ਕਰਦੇ ਰਹਿਣਗੇ ਸਭ ਕੁਝ ਕਰਦੇ ਰਹਿਣ ਕੁਝ ਵੀ ਨਹੀਂ ਹੁੰਦਾ ਤੇ ਦਵਾਈ ਅੰਦਰ ਜਾਏਗੀ ਤਾਂ ਖੁਦ ਖੁਦ ਹੀ ਚੇਂਜਿੰਗ ਸ਼ੁਰੂ ਹੋ ਜਾਏਗੀ ਅੱਲਾਹ ਦੇ ਬੰਦਿਆਂ ਨਾਲ ਕੰਮ ਅਜ਼ ਕੰਮ ਹੁੰਦੀ ਰਹੀ ਹੈ ਮੇਰਾ ਅੱਲਾਹ ਕਹਿਣ ਦੇ ਨਾਲ ਜਿਹੜੇ ਨੇ ਸਾਈ ਜਾਂ ਅਕੀਦਾ ਉਹਨਾਂ ਦਾ ਉਹੀ ਰਹੇ ਔਰ ਮੇਰਾ ਅੱਲਾਹ ਹੀ ਕਹੀ ਜਾਣ ਲੱਗਿਆ ਵੀ ਤਾਂ ਭਗਵਾਨ ਕਹਿੰਦੇ ਨੇ ਸ਼ਾਹ ਸਾਹਿਬ ਮੇਰੀ ਅਰਜ਼ ਸੀ ਕਿ ਕਿਤਨੇ ਕੁ ਕੋ ਅੱਗੇ ਗੈਰ ਮੁਸਲਮ ਜਿਹੜੇ ਨੇ ਇਸ ਜ਼ਿਕਰ ਦੇ ਨਾਲ ਕੋ ਮੁਸਲਮਾਨ ਹੋਏ ਮਤਲਬ ਕਾਫੀ ਉਹਨਾਂ ਦਾ ਇਸਲਾਮੀ ਤਰਫ ਹੋ ਗਿਆ ਬਲਕਿ ਉਹ ਇੱਥੇ ਤੱਕ ਕਹਿੰਦੇ ਨੇ ਕਿ ਅਸੀਂ ਉਹ ਜਿਸ ਮੰਦਰ ਵਿੱਚ ਜਾਂਦੇ ਹਾਂ ਨਾ ਇਬਾਦਤ ਕਰਦੇ ਹਾਂ ਚੱਕਰ ਆ ਜਾਂਦਾ ਅਸੀਂ ਬਾਤ ਮੰਦਰ ਦੀ ਬਾਤ ਨਹੀਂ ਕਰ ਸਕਦੇ ਇਤਨੀ ਚੈਨਿੰਗ ਆ ਗਈ ਉਹ ਜਿਹੜੇ ਕਹਿੰਦੇ ਸਨ ਅੱਗੇ ਸਾਡਾ ਹਿੰਦੂ ਮੁਸਲਿਮ ਨਫਾਕ ਸੀ ਆਪਣੇ ਦਿਲਾਂ ਵਿੱਚ ਉਹ ਹੁਣ ਖਤਮ ਹੋ ਗਿਆ ਹੁਣ ਅਸੀਂ ਸਮਝਦੇ ਹਾਂ ਅਸੀਂ ਬੇਸ਼ੱਕ ਇਹ ਚੈਨਿੰਗ ਆ ਗਈ ਹੁਣ ਅਸੀਂ ਕਹਿੰਦੇ ਹਾਂ ਕਿ ਉਹਨਾਂ ਦਾ ਹੋਰ ਜ਼ਿਆਦਾ ਅਕੀਦਾ ਹੋਵੇ ਨਾ ਉਸ ਟਾਈਮ ਅਸੀਂ ਉਹਨੂੰ ਕਹਾਂਗੇ ਕਿ ਹੁਣ ਕਲਮਾ ਵੀ ਪੜ੍ਹ ਲਓ ਇੱਕਦਮ ਅਸੀਂ ਉਹਨੂੰ ਕਲਮਾ ਨਹੀਂ ਪੜ੍ਹਾ ਸਕਦੇ ਇੱਕਦਮ ਕੁਰਾਨ ਵੀ ਤੁਹਾਨੂੰ ਹਦਾਇਤ ਨਹੀਂ ਦੇ ਸਕਿਆ 23 ਸਾਲ ਹੋਏ ਆਸਤਾ 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 23 ਸਾਲ ਜਿਹੜਾ ਕੰਪਲੀਟ ਹੋਇਆ ਨਾ ਆਸਤਾ ਆਸਤਾ ਤੁਹਾਨੂੰ ਚਰਚਾਂ ਬਲਕਿ ਉਹਨਾਂ ਹੁਣ ਤਾਂ ਕਹਿਣ ਦੇ ਰਹੇ ਕਲਮਾ ਪੜ ਕਲਮਾ ਪੜ ਪੜ ਵੀ ਗਏ ਸਦਾ ਪੜਤੇ ਵੀ ਹੈ ਪੜਾ ਸਾਹਮਣੇ ਕੋਈ ਤਾਂ ਬਲਕਿ ਤੁਸੀਂ ਦੇਖੋਗੇ ਨਾ ਜਿਹੜੇ ਕਹਿੰਦੇ ਸਨ ਅਸੀਂ ਸਿਰਫ ਅੱਲਾਹ ਅੱਲਾਹ ਕਰਾਂਗੇ ਜ਼ਿਕਰ ਮੁਹੰਮਦ ਰਸੂਲਾ ਨਹੀਂ ਕਰਾਂਗੇ ਉਹ ਬਹਿ ਕੇ ਅਸੀਂ ਉਹਨਾਂ ਨੂੰ ਮੁਹੰਮਦ ਰਸੂਲਾ ਵੀ ਪੜਾਇਆ ਇਹ ਇਸ ਆਦਮੀ ਬੈਠ ਕੇ ਜ਼ਿਕਰ ਕਰਾਇਆ ਬਿਲਕੁਲ ਪੜਦਾ ਨਾ ਬੇਸ਼ੱਕ ਪੜ ਵੀਡੀਓ ਕਿਸਟਮ ਮੌਜੂਦ ਨੇ ਹਰ ਚੀਜ਼ ਵੀਡੀਓ ਕਿਸਟਮ ਮੌਜੂਦ ਹੈ ਅਗਰ ਇਹ ਰਿਜ਼ਲਟ ਸਾਹਮਣੇ ਨਾ ਆਉਣ ਤਾਂ ਫਿਰ ਅਸੀਂ ਵਕਤ ਜ਼ਾਇਆ ਹੋ ਰਿਹਾ ਸਾਰਾ ਕੰਮ ਅੱਗੇ ਕਰੋ ਰਿਜ਼ਲਟ ਆ ਰਿਹਾ ਤੇਰਾ ਸਵਾਲ ਸੀ ਖੁਦ ਕਟਰ ਮੁਸਲਮਾਨ ਇਹ ਤਰੀਕਾ ਕਾਰ ਹੈ ਉਹਨਾਂ ਲੋਕਾਂ ਵਾਸਤੇ ਇਹ ਵੀ ਅੱਲਾਹ ਦੀ ਰਜ਼ਾ ਨਾਲ ਹੈ ਕਿ ਕਿਸ ਤਰੀਕੇ ਨਾਲ ਉਹਨਾਂ ਨੂੰ ਤੁਸੀਂ ਮੁਸਲਮਾਨ ਬਣਾ ਤੇਰਾ ਸਵਾਲ ਇੱਕਦਮ ਤੁਸੀਂ ਜਾਣ ਹੈ ਦਾੜੀ ਰੱਖ ਨਮਾਜ਼ ਪੜ੍ਹ ਕੁਰਾਨ ਪੜ੍ਹ ਉਹਨਾਂ ਨੂੰ ਬੜੇ ਨਹੀਂ ਦੇਣ ਲੱਗਾ ਬੇਸ਼ੱਕ ਜ਼ਬਰਦਸਤੀ ਨਹੀਂ ਉਸ ਨਾਲ ਗੱਲ ਜਿਹੜੇ ਉਹ ਆਵਾਮ ਦੇ ਥੱਲੇ ਸ਼ਿਕੂ ਬਸ
ਮਤਲਬ ਮੈਂ ਮਾਜ਼ਰਤ ਚਾਹੁੰਦਾ ਲੋਕਾਂ ਨੂੰ ਇਸ ਤਰ੍ਹਾਂ ਦਾ ਰਵੱਈਆ ਨਹੀਂ ਕਰਨਾ ਚਾਹੀਦਾ, ਮਗਰ ਕੁਝ ਲੋਕ ਜਿਹੜੇ ਨੇ ਉਹ ਕੁਝ ਹਿਸਟੋਰੀਕਲੀ ਡਰੇ ਨੇ ਕਿ ਕੱਲ੍ਹ ਮਿਲਦੇ ਨੇ। ਇੱਕ ਬੰਦਾ ਇਹ ਕਹਿ ਰਿਹਾ ਸੀ ਜੀ ਕਿ ਇਹ ਸ਼ਾਹ ਸਾਹਿਬ ਨੇ ਸੀ, ਸਾਡੇ ਬਜ਼ੁਰਗ ਨੇ, ਮੋਹਤਰਮ ਨੇ, ਠੀਕ ਹੈ ਜੋ ਕੁਝ ਫਰਮਾ ਰਹੇ, ਮਗਰ ਕੱਲ੍ਹ ਜਿਸ ਤਰ੍ਹਾਂ ਮਿਰਜ਼ਾ ਸੀ ਉਹ ਵੀ ਸਟਾਰਟ ਦੇ ਵਿੱਚ ਉਹਨੇ ਇਸਲਾਮ ਵਾਸਤੇ ਇਸੇ ਤਰ੍ਹਾਂ ਦੀਆਂ ਮਤਲਬ ਜਿਹੜਾ ਸਟਾਰਟ ਕੀਤਾ, ਮੌਲਵੀ ਬਣਿਆ, ਮੋਬਾਇਲੇ ਕੀਤੇ ਇਸਾਈਆਂ ਦੇ ਨਾਲ, ਆਹਿਸਤਾ ਆਹਿਸਤਾ ਉਸਨੇ ਜਨਾਬ ਉਹ ਇਮਾਮੀਅਤ ਦਾ ਔਰ ਬਾਅਦ ਵਿੱਚ ਨਬੂਵਤ ਦਾ ਦਾਅਵਾ ਕੀਤਾ। ਇੱਕ ਬੰਦਾ ਇੱਥੇ ਤੱਕ ਮਤਲਬ ਕਹਿ ਰਿਹਾ ਕਿ ਇਹਨਾਂ ਦੀ ਗੱਲ ਕਰਨਾ ਮੈਂ ਕਿ ਕਿਸੇ ਦੇ ਇਹ ਸ਼ੱਕ ਨਹੀਂ ਕਰਨਾ ਚਾਹੀਦਾ। ਇੱਕ ਅਗਰ ਬਜ਼ੁਰਗ ਨੇ ਜਾਂ ਵਲੀਉੱਲਾ ਨੇ ਤਾਂ ਉਹਨਾਂ ਦੀ ਗੱਲ ਸੁਣੋ, ਮਤਲਬ ਉਹ ਕਹਿੰਦਾ ਕਿ ਇੰਝ ਲੋਕ ਜਿਹੜੇ ਸਟਾਰਟ ਹੁੰਦੇ ਨੇ, ਅਤੇ ਇਸ ਤਰ੍ਹਾਂ ਦੀ ਜਿਹੜੀ ਹੈ ਨਾ ਚੀਜ਼ ਉਹ ਮਤਲਬ ਅਗਰ ਤੁਸੀਂ ਥੋੜ੍ਹਾ ਜਿਹਾ ਉੱਥੇ ਕੱਲ੍ਹ ਇਹ ਕਲੀਅਰ ਕਰ ਦਿੰਦੇ ਨਾ, ਮਤਲਬ ਕਹਿ ਦਿੰਦੇ ਲੋਕਾਂ ਨੂੰ, ਫਰਮਾ ਦਿੰਦੇ ਕਿ ਬਈ ਕੱਲ੍ਹ ਮੇਰੇ ਬਾਰੇ ਤੁਸੀਂ ਇਹ ਨਾ ਸੋਚਣਾ ਕਿ ਮੈਂ ਇਹ ਕਰ ਸਕਾਂਗਾ, ਅਤੇ ਉਹ ਥੋੜ੍ਹਾ ਜਿਹਾ ਜਿਹੜਾ ਨਾ ਫਿਰ ਜ਼ਿਆਦਾ ਲੋਕ ਰਾਊਗਾ ਬੋਲਦੇ ਨੇ, ਕਰੀ ਬੋਲਦੇ ਨੇ, ਕਿਉਂ ਜੀ ਕਿਉਂਕਿ ਇਹ ਇਹ ਜਿਹੜੇ ਸ਼ਕੂਕ ਨੇ ਨਾ ਉਹ ਲੋਕ ਕਹਿੰਦੇ ਨੇ ਕਿ ਜੀ ਉਹ ਮਿਸਾਲ ਇੱਕ ਮਿਰਜ਼ੇ ਵਾਲੀ ਮੌਜੂਦ ਹੈ, ਕਰੋੜਾਂ ਦੇ ਹਿਸਾਬ ਤੱਕ ਲੋਕ ਜਿਹੜੇ ਨੇ ਉਹ ਮੁਸਲਮਾਨ, ਅਸੀਂ ਤਾਂ ਕਹਿੰਦੇ ਹਾਂ ਕਾਫਰ ਹੋ ਗਏ, ਜਿਹੜਾ ਮਰਜ਼ੀ ਹੈ ਤਾਂ ਚਲਾਂਗੇ ਉਹ ਕਾਫਰ ਹੋ ਗਿਆ, ਕਿਉਂਕਿ ਜੇ ਹਜ਼ੂਰ ਸੱਲ ਵਸਲਮ ਤੋਂ ਬਾਅਦ ਜਿਸ ਸ਼ਖਸ ਨੇ ਵੀ ਨਬੂਵਤ ਦਾ ਦਾਅਵਾ ਕੀਤਾ ਉਹ ਕਾਫਰ ਹੋ ਗਿਆ, ਔਰ ਉਹ ਬਦਤਰੀਨ ਕਾਫਰ ਹੋਇਆ ਕਿ ਉਹ ਹਜ਼ੂਰ ਸੱਲ ਵਸਲਮ ਦੇ ਮੁਤਾਬਕ ਔਰ ਹਜ਼ੂਰ ਸੱਲ ਵਸਲਮ ਦੇ ਕਰੀਬ ਔਰ ਸ਼ਿਰਕਤ ਕਰਨੀ ਉਸ ਤਿੰਨ ਚੀਜ਼ਾਂ ਨਾਲ। ਇਸ ਤੋਂ ਪਹਿਲੇ ਮੈਂ ਇੱਕ ਦੁਨੀਆਦਾਰ ਆਦਮੀ ਸੀ, ਉਹਨਾਂ ਨੂੰ ਦੀਨ ਦਾ ਪਤਾ ਹੀ ਕੋਈ ਨਹੀਂ ਸੀ, ਮੈਨੂੰ ਕਦੇ ਖਾਬ ਵਿੱਚ ਵੀ ਨਹੀਂ ਸੀ ਕਿ ਮੈਂ ਕਿਸੇ ਮਸਜਿਦ ਜਾ ਕੇ ਖਿਤਾਬ ਕਰਾਂਗਾ। ਮੈਂ ਟੈਕਨੀਸ਼ੀਅਨ ਸਾਂ, ਮੈਂ ਤਾਂ ਕੋਈ ਜ਼ਹਿਰੀ ਤਾਲੀਮ ਸਿੱਖੀ ਵੀ ਨਹੀਂ, ਨਾ ਕੋਈ ਜ਼ਹਿਰੀ ਇਲਮ ਸਿੱਖਿਆ, ਕਿਸੇ ਮਦਰਸੇ 'ਚ ਮੈਂ ਨਹੀਂ ਪੜ੍ਹਿਆ, ਬਸ ਇੱਕ ਮੈਂ ਕੋਈ ਕੁਰਾਨ ਮਜੀਦ ਪੜ੍ਹਿਆ, ਬਾਕੀ ਉਰਦੂ ਵਿੱਚ ਉਹ ਤਫਸੀਰਾਂ ਪੜ੍ਹਦਾ ਰਿਹਾ। ਅੱਛਾ, ਅਤੇ ਮੇਰੇ ਖਾਬ ਉਹ ਖਿਆਲ ਵਿੱਚ ਨਹੀਂ, ਮੈਂ ਵੀ ਸਿਲਾਨ ਵਿੱਚ ਆਵਾਂ, ਹੁਣ ਮੈਂ ਸਿਲਾਨ ਵਿੱਚ ਸਲਾਹਿਆ, ਮੁਸਲਮਾਨਾਂ ਵਿੱਚ ਥੋੜ੍ਹੀ ਬਹੁਤ ਤਕਲੀਫ ਰੱਖੀ, ਘਰ 'ਚ ਬਹਿ ਕੇ ਕੀਤੀ, ਮਸਜਿਦਾਂ ਦਾਵਤ ਹੋਈ, ਅਤੇ ਫਿਰ ਮੇਰੇ ਖਾਬੋ ਖਿਆਲ ਵਿੱਚ ਨਹੀਂ ਸੀ ਕਿ ਮੈਂ ਜਾ ਕੇ ਗੁਰਦੁਆਰਿਆਂ ਵਿੱਚ, ਚਰਚਾਂ ਵਿੱਚ ਜਾ ਕੇ ਖਿਤਾਬ ਕਰਾਂਗਾ। ਉਹ ਹੁਣ ਅੱਗੇ ਕੀ ਪਤਾ ਕੀ ਹੋਵੇ, ਇਸ ਤਰ੍ਹਾਂ ਮੈਨੂੰ ਜਿਹੜਾ ਮਿਲਿਆ, ਕਿਉਂ ਜੀ ਲੇਕਿਨ ਜਿਹੜੇ ਲੋਕਾਂ ਨੂੰ ਸ਼ਕੂਕ ਨੇ ਨਾ, ਉਹ ਮੈਂ ਦੂਰ ਕਰਨਾ ਚਾਹੁੰਦਾ ਨਾ। ਕੁਛ ਲੋਕਾਂ ਆ ਗਿਆ ਕਿ ਇਸ ਨੇ ਚੰਨ ਨਾਲ ਐਲਾਨ ਕਰਕੇ ਇਸ ਨਾਲ ਮਤਲਬ ਹੈ ਕਿ ਨਬੂਤ ਨਾਲ ਦਾਅਵਾ ਕਰਨ ਆ ਹੈ। ਉਸ 'ਚ ਮੈਂ ਲੋਕਾਂ ਕੇ ਹੀ ਦੱਸਿਆ ਜੀ ਕਿ ਹੋਰ ਨਬੀ ਹੋ ਹੀ ਨਹੀਂ ਸਕਣਾ, ਅਗਰ ਕੋਈ ਨਬੀ ਨੇ ਦਾਅਵਾ ਕਰਸੀ ਤੋਂ ਕਾਫ਼ੀ। ਫਿਰ ਉਹਨੇ ਕਿਹਾ ਕਿ ਫਿਰ ਮਸੀਹ ਮਾਊਦ ਨੇ ਦਾਅਵਾ ਕਰਨ ਵਾਲਾ ਹੈ, ਮੈਂ ਲੋਕਾਂ ਨੇ ਦੱਸਿਆ ਤਾਂ ਮਸੀਹ ਮਾਊਦ ਮਾਂ ਨੇ ਪੇਟ 'ਚ ਪੈਦਾ ਹੋ ਕੇ ਨਹੀਂ ਆਉਣ ਲੱਗਾ, ਉਹ ਆਪਣੇ ਹੀ ਆਸੀ, ਇਸ ਚੀਜ਼ ਨਾਲ ਮੈਂ ਕਾਇਲ ਹਾਂ। ਤੀਸਰੀ ਚੀਜ਼ ਲੋਕਾਂ ਆਖਿਆ ਕਿ ਫਿਰ ਮਾਂ ਮਹਿਦੀ ਨੇ ਦਾਅਵਾ ਕਰਨ ਵਾਲਾ ਹੈ, ਉਸ ਲਈ ਮੈਂ ਆਖਿਆ ਕਿ ਜਿਸ ਨੇ ਪੁਸ਼ਤ ਹੈ ਮਹਿਦੀ ਇਤਨੀ ਮੋਹਰ ਹੋ ਸੀ, ਅਸਾਂ ਉਸਕੀ ਮਹਿਦੀ 'ਚ ਸਵਾਲ ਹਾਂ ਮੈਂ ਆਵਾਂ ਜਾਂ ਤੂੰ ਮੋੜ ਤੋੜ ਕਰਕੇ ਨਾ ਤੇ ਕੋਈ ਨਾ ਕੋਈ ਫਿਤਨਾ ਖੜਾ ਕਰਦਾ, ਉਸ ਨੂੰ ਨੁਕਸਾਨ ਇਹ ਹੋਣਾ ਕਿ ਖੁਦ ਵੀ ਗੁੰਮਰਾਹ ਹੋ ਗਏ ਤੇ ਬਾਕੀ ਜੋ ਅੱਲਾਹ ਦੀ ਤਲਾਸ਼ ਦੇ ਲੋਕ ਹੋਣੇ ਨਾ ਉਹ ਵੀ ਪਿਛੜ ਜਾਣ। ਅਸਲ 'ਚ ਉਹ ਮੌਲਵੀ ਚੰਦ ਕਹਿ ਸਕਦੇ ਨੇ ਆਪਣੇ ਉਹ ਆਮਦਨ ਦਾ ਜ਼ਰੀਆ ਹੁੰਦਾ, ਉਹ ਲੋਕ ਦੁਕਾਨ ਬੰਦ ਹੋ ਜਾਣੀ, ਲੋਕਾਂ ਨੂੰ ਦੁਕਾਨ ਬੰਦ, ਲੋਕ ਅਗਰ ਅਸਲੀਅਤ ਵਾਲੀ ਸਾਈਡ ਤੇ ਚੱਲਣਾ ਸ਼ੁਰੂ ਹੋ ਜਾਣਗੇ ਤਾਂ ਸਾਡਾ ਚੱਲਣਾ ਕੱਟਣਾ ਸ਼ੁਰੂ ਹੋ ਜਾਏਗਾ, ਦੁਕਾਨਾਂ ਬੰਦ ਹੋ ਗਈਆਂ। ਤੇ ਹੁਣ ਜਿਹੜੇ ਕੱਲ੍ਹ ਮੌਲਵੀ ਸਾਹਿਬ ਆਏ ਸਨ, ਮੈਂ ਅੱਛੀ ਤਰ੍ਹਾਂ ਜਾਣਦਾ ਇਹਨਾਂ ਦਾ ਕੰਮ ਪੈਦਾਗੀਰੀ ਹੈ, ਸਿਰਫ ਸਮਝ ਆ ਜੀ, ਉਹ ਨਾਲ ਜਿਹੜੇ ਲੱਗੇ ਹੋਏ ਸਨ ਲੋਕ ਬੜੇ ਮੋਟੇ ਆਦਮੀ ਪੈਸੇ ਵਾਲੇ, ਅਤੇ ਉਹ ਮਤਲਬ ਉਹਨਾਂ ਦੇ ਇੱਕ ਆਪਣੀ ਗੇਮ ਹੈ, ਆਪਣੀ ਫੀਲਡ ਹੈ, ਸੋਸ਼ਲ ਕਿੱਧਰੋਂ ਚੁੱਕਣੀ, ਤਨਖਾਹ ਕਿੱਧਰੋਂ ਲੈਣੀ। ਬਹਰਹਾਲ ਤੁਸੀਂ ਸਾਨੂੰ, ਅਸੀਂ ਤੁਹਾਡੇ ਤੋਂ ਕੀ ਮੁਸਤਫੀਦ ਹੋ ਸਕਦੇ ਹਾਂ ਇਹਦਾ ਤੋਂ ਤੁਹਾਨੂੰ ਨਹੀਂ ਪਤਾ, ਅਸੀਂ ਤਾਂ ਦੁਨੀਆਦਾਰ ਜਾਂ ਮੁਸਲਮਾਨ ਹਾਂ। ਇਸਕੀ ਵੀ ਛੋੜੋ, ਮੇਰੀ ਜ਼ਾਤੀ, ਮੈਂ ਮਾਜ਼ਰਤ ਨਾਲ, ਮੇਰੀ ਜ਼ਾਤੀ ਕੈਫੀਅਤ ਇਹ ਹੈ ਕਿ ਮੇਰੀ ਕਾਫੀ ਬੜਾ ਸੈਟਿਸਫਾਈਡ ਆਦਮੀ ਸਨ, ਆਈ ਵੈਨ ਆਲਵੇਜ਼ ਸੈਟਿਸਫਾਈਡ, ਮਗਰ ਕੁਝ ਅਰਸੇ ਤੋਂ ਮੈਂ ਬੜਾ ਬੇਚੈਨ ਹਾਂ, ਦਿਲ ਦੀ, ਸਿਰਫ ਦਿਲ ਦੀ ਵਜ੍ਹਾ ਸਨ, ਠੀਕ ਹੈ। ਮਸਜਿਦ ਜਾਈਦਾ, ਧਿਆਨ ਕਿੱਧਰ ਹੋਦਾ ਹੁੰਦਾ, ਬਾਹਰ ਫਿਰ ਰਿਹਾ ਮੈਂ, ਬਾਅਦ ਵਕਤ ਕਹਿੰਦਾ ਨਾ ਬੰਦਾ ਪੀਪਲ ਇੰਜੋਏ ਫਰੋਮ ਦਾ ਮਿਊਜ਼ਿਕ, ਮੈਂ ਮਿਊਜ਼ਿਕ ਵੀ ਕਦੀ ਲਾਇਆ, ਮੇਰਾ ਉਹਦੇ 'ਚ ਕੋਈ ਧਿਆਨ ਨਹੀਂ ਹੁੰਦਾ, ਅਤੇ ਮੇਰੀ ਜ਼ਾਤੀ ਕੈਫੀਅਤ ਦਿਲ ਕਿੱਧਰ ਹੁੰਦਾ, ਜੇ ਬੇਚੈਨੀ ਦੀ ਹਰ ਟਾਈਮ ਉੱਠੋ ਸੁਬਹ ਸੁਬਹ, ਦਿਮਾਗ ਦੇ ਵਿੱਚ ਟੈਨਸ਼ਨ, ਹਰ ਟਾਈਮ ਟੈਨਸ਼ਨ, 24 hours ਟੈਨਸ਼ਨ, ਅਤੇ ਇਹ ਮਤਲਬ ਮੁਝੇ ਬਹੁਤ ਸਾਰੀ ਚੀਜ਼ਾਂ ਦਾ, ਇਹ ਕੋਈ ਫਿਜ਼ੀਕਲ ਬਿਮਾਰੀ ਵੀ ਹੋ ਸਕਦੀ ਹੈ, ਔਰ ਰੂਹਾਨੀ ਜਿਸ ਤਰ੍ਹਾਂ ਕੱਲ੍ਹ ਤੁਹਾਡੇ ਕੋਲੋਂ ਮੁਸਤਫੀਦ ਹੋਇਆ ਮੈਂ ਕੰਮ, ਕਿਉਂਕਿ ਮੈਂ ਦੇਖਿਆ ਕਿ ਮਤਲਬ ਜ਼ਰੂਰ ਰੂਹਾਨੀ ਚੀਜ਼ ਕੋਈ ਨਾ ਕੋਈ ਹੋਣੀ ਹੈ ਜਿਹੜੀ ਕੋਈ ਚੀਜ਼ ਨੂੰ ਪਾਕ ਕਰਦੀ ਹੈ, ਔਰ ਇੱਥੇ ਵੀ ਕਈ ਬਜ਼ੁਰਗਾਂ ਕੋਲੋਂ ਕਾਫੀ ਪਹਿਲਾਂ ਵੀ ਸੁਣਿਆ ਹੀ ਹੈ ਕਿ ਇਨਸਾਨ ਦੀਆਂ ਦੋ ਸ਼ਕਲਾਂ ਆਉਂਦੀਆਂ ਨੇ, ਇੱਕ ਜਿਸਮਾਨੀ ਔਰ ਇੱਕ ਬਾਤਨੀ, ਬਾਤਨੀ ਜਿਹੜੇ ਅੱਲਾਹ ਵਾਲੇ ਲੋਕਾਂ ਨੂੰ ਪਹਿਚਾਣ ਸਕਦੇ ਨੇ ਕਿ ਇਹਦੀ ਇਹ ਹੈਸੀਅਤ ਹੈ, ਇਹ ਗਧਾਈ ਹੈ, ਇਹ ਜਾਨਵਰ ਹੈ, ਇਹ ਕੀ ਹੈ ਕਿ ਨਹੀਂ, ਇਹਦਾ ਅੰਦਰ ਕੀ ਹੈ। ਅਸੀਂ ਵੀ ਆਮ ਸ਼ੋਰ ਅਬਾਊਟ ਮਾਇਸ ਹੈ, ਮੈਂ ਆਪਣੇ ਬਾਰੇ 'ਚ ਵੀ ਹਾਂ ਕਿ ਹੋ ਸਕਦਾ ਮੈਂ ਵੀ ਕੋਈ ਜਾਨਵਰ ਹੀ ਹੋਵਾਂ ਅੰਦਰੂਨੀ ਤੌਰ 'ਤੇ, ਜੋ ਨਫਸ ਹੈ ਉਹ ਹੀ ਬੰਦਾ ਉਹ ਸਮਝ ਆਈ।
ਤੇ ਇਸ ਵਾਸਤੇ ਬਚਪਨ ਤੋਂ ਜਿਹੜੀ ਤਰਬੀਅਤ ਉਹ ਤੇ ਦੀਨੀ ਹੋਈ ਹੈ ਦੀਨੀ ਨਾ ਹੋਈ ਹੁੰਦੀ ਤੇ ਦੁਬਾਰਾ ਆਣਾ ਨਹੀਂ ਸੀ ਤੁਹਾਡੇ ਕੋਲ ਠੀਕ ਹੈ ਸੁਣ ਕੇ ਗਾਣੀ ਸਮਝ ਕੇ ਟੁੱਟ ਜਾਣਾ ਸੀ ਅਗਰ ਦੀਨ ਅੰਦਰ ਚਾਹਤ ਨਾ ਹੁੰਦੀ ਤੇ ਖਾਹਿਸ਼ ਨਾ ਹੁੰਦੀ ਤੇ ਉਹ ਖਾਹਿਸ਼ ਹੈ ਇਸ ਵਾਸਤੇ ਥੋੜ੍ਹੀ ਜਿਹੀ ਜਸਤਜੂ ਵਾਸਤੇ ਆਪਣੇ ਆਪ ਨੂੰ ਆਪਣਾ ਲਾਲਚ ਇਨਸਾਨ ਲਾਲਚੀ ਹੈ ਆਪਣਾ ਸਾਨੂੰ ਵੀ ਆਪਣਾ ਇਹ ਲਾਲਚ ਹੈ ਕਿ ਅਸੀਂ ਜਿਹੜਾ ਨਾ ਸਕੂਨ ਹਾਸਲ ਕਰ ਸਕੀਏ ਅੱਲਾ ਵਾਲੀ ਸਾਈਡ 'ਤੇ ਰਾਗਬ ਹੋ ਸਕੀਏ ਸਾਡਾ ਦਿਲ ਵੀ ਅੱਲਾ ਕਹਿ ਸਕੇ ਔਰ ਇਸ ਤੋਂ ਵੱਡਾ ਤਾਂ ਖੁਸ਼ਨਸੀਬੀ ਹੈ ਕੋਈ ਨਹੀਂ ਕਿ ਮਤਲਬ ਮਰਨਾ ਤਾਂ ਇੱਕ ਦਿਨ ਹੈ ਮਰਨ ਤੋਂ ਬਾਅਦ ਇੱਕ ਜ਼ਿੰਦਗੀ ਹੀ ਹੈ ਔਰ ਨਾ ਖਤਮ ਹੋਣ ਵਾਲੀ ਜ਼ਿੰਦਗੀ ਉਹ ਅੱਲਾ ਤਾਲਾ ਜਿਹੜਾ ਹੀ ਅੱਛੀ ਜ਼ਿੰਦਗੀ ਗੁਜ਼ਾਰ ਦੇਵੇ ਔਰ ਉਹ ਅੱਲਾ ਦੇ ਜ਼ਿਕਰ ਨਾਲ ਹੀ ਆਉਣੀ ਹੈ ਔਰ ਉਹ ਸਾਡੇ ਅੰਦਰ ਕਿਸ ਤਰ੍ਹਾਂ ਆ ਜਾਏ ਇਹਦੇ ਬਾਰੇ 'ਚ ਅਸੀਂ ਤੁਹਾਡੇ ਕੋਲ ਮੁਸਤਫੀਦ ਹੋਣਾ ਚਾਹੁੰਦੇ ਹਾਂ ਇਹਦੇ ਬਾਰੇ ਤੁਸੀਂ ਸਾਨੂੰ ਕੀ ਇਸ ਤੋਂ ਪਹਿਲੇ ਮੈਂ ਤੁਹਾਨੂੰ ਇਹ ਥੋੜ੍ਹਾ ਦੱਸਣਾ ਕਿ ਇਸ ਵੇਲੇ 72-73 ਕਰਕੇ ਆਪਣੇ ਮੰਤਕ ਨਜ਼ਰੀਏ ਕੋਈ ਕਿਸ ਪਾਸੇ ਕੋਈ ਕਿਸ ਪਾਸੇ ਕੋਈ ਕਿਸ ਪਾਸੇ ਇਹ ਤਾਂ ਮੰਨਣੇ ਜੀ ਇਹਨਾਂ ਸਾਰੇ ਸਹੀ ਸਾਰੇ ਵੀ ਨਹੀਂ ਹੋ ਸਕਦੇ ਅਗਰ ਸਾਰੇ ਸਹੀ ਤਾਂ ਲੜਨੇ ਨਹੀਂ ਕੋਈ ਦੂਏ ਨਾਲ ਲੜਨੇ ਇੱਕ ਦੂਜੇ ਕਾਫਰ ਕਿਉਂ ਆ ਰਹੇ ਹੁਣ ਪਹਿਲੇ ਤੁਸੀਂ ਸਰਾਤੇ ਮੁਸਤਕੀਮ ਉੱਪਰ ਗਰਦਨ ਹਲਾਸੋ ਨਾ ਫਿਰ ਮੈਂ ਦੱਸਾਂ ਸਰਾਤੇ ਮੁਸਤਕੀਮ ਉਹ ਹੈ ਜਿਸ ਕੀ ਹਰ ਫਿਰਕਾ ਮੰਨਣਾ ਹੈ ਸਰਾਤੇ ਮੁਸਤਕੀਮ ਹੈ ਜਿਸ ਕੀ ਅਹਨੂਦ ਵੀ ਮੰਨਣਾ ਹੈ ਸਿੱਖ ਵੀ ਮੰਨਣਾ ਹੈ ਈਸਾਈ ਵੀ ਮੰਨਣਾ ਹੈ ਗੈਰ ਮਜ਼ਹਬ ਵੀ ਮੰਨਣਾ ਹੈ ਉਹ ਸਰਾਤੇ ਮੁਸਤਕੀਮ ਹੈ ਨਾ ਅਗਰ ਮਰਜ਼ੀਏ ਵੀ ਮਨਸੀ ਹਾਂ ਸਹੀ ਕਹਿਣਾ ਵਾਹਬੀਓ ਵੀ ਕਿਹਾ ਸੀ ਸਹੀ ਕਹਿਣਾ ਸੁਨੀਆ ਵੀ ਕਿਹਾ ਸੀ ਸਹੀ ਕਹਿਣਾ ਉਹ ਸਰਾਤੇ ਮੁਸਤਕੀਮ ਹੈ ਕੁਛ ਲੋਕ ਐਸੇ ਨੇ ਜਿਨ੍ਹਾਂ ਨੇ ਜ਼ਹਿਰ ਵੀ ਖਰਾਬ ਨੇ ਅਤੇ ਬਾਤਨ ਵੀ ਖਰਾਬ ਨੇ ਅੰਦਰੋਂ ਵੀ ਜਾਨਵਰ ਨੇ ਅਤੇ ਬਾਹਰੋਂ ਵੀ ਜਾਨਵਰ ਨੇ ਉਹ ਭਾਵੇਂ ਮੁਸਲਮਾਨਾਂ ਨੇ ਕਾਰ ਨੇ ਅਤੇ ਭਾਵੇਂ ਸਿੱਖਾਂ ਨੇ ਕਾਰ ਨੇ ਉਹ ਸਰਾਤੇ ਮੁਸਤਕੀਮ ਨਹੀਂ ਸਮਝੋ ਨਾ ਬਾਹਰੋਂ ਨਮਾਜ਼ ਰੋਜ਼ਾ ਨਾ ਅੰਦਰ ਅੱਲਾ ਅੱਲਾ ਇਸ ਕੀ ਤੁਸੀਂ ਕਿਸ ਤਰ੍ਹਾਂ ਆਖੋ ਸਰਾਤੇ ਮੁਸਤਕੀਮ ਹੈ ਤੂਏ ਉਹ ਲੋਕ ਨੇ ਜਿਹੜੇ ਅੰਦਰੋਂ ਕਾਲੇ ਨੇ ਬਾਹਰੋਂ ਬੜੇ ਨਮਾਜ਼ੀ ਨੇ ਸਰਾਤੇ ਮੁਸਤਕੀਮ ਉਹ ਵੀ ਕੋਈ ਨਹੀਂ ਅਗਰ ਉਹ ਸਰਾਤੇ ਮੁਸਤਕੀਮ ਹੋਵੇ ਤਾਂ ਉਹਨੇ 72 ਫਿਰਕੇ ਬਣਾ ਛੋੜੇ ਨਾ ਬੇਸ਼ੱਕ 72 ਫਿਰਕੇ ਬਣਾ ਛੋੜੇ ਨਾ ਸਰਾਤੇ ਇਹ ਤਾਂ ਨਮਾਜ਼ਾਂ ਵਾਲੇ ਸੁਣਨਾ ਰੋਜ਼ੇ ਵਾਲੇ ਸੁਣਨਾ ਤਲਾਵਤ ਵਾਲੇ ਸੁਣਨਾ ਅਤੇ ਸਰਾਤੇ ਮੁਸਤਕੀਮ ਇਹ ਵੀ ਕੋਈ ਨਹੀਂ ਤੀਸਰੇ ਉਹ ਲੋਕ ਨੇ ਜਿਹੜੇ ਅੰਦਰੋਂ ਰੋਸ਼ਨ ਨੇ ਮੁਨਾਵਰ ਨੇ ਲੇਕਿਨ ਬਾਹਰੋਂ ਕੋਈ ਨਮਾਜ਼ ਰੋਜ਼ਾ ਅਮਲ ਕੋਈ ਨਹੀਂ ਹੈ ਉਹ ਤੁਸੀਂ ਮਜਾਜ਼ੀਬ ਲੋਕ ਨੇ ਸਰਾਤੇ ਮੁਸਤਕੀਮ ਉਹ ਵੀ ਨਹੀਂ ਹੈ ਅਗਰ ਤੁਸੀਂ ਉਹਨੇ ਨਕਲ ਕਰੋ ਤੁਸੀਂ ਜ਼ਿੰਦਗੀ ਕੋਲ ਦੱਸੋ ਉਹ ਸਿਰਫ ਉਸ ਵਾਸਤੇ ਅੱਲਾ ਨੇ ਰਸਤੇ 'ਚ ਉਹ ਜਾਂ ਜਜ਼ਬ ਵਿੱਚ ਨੇ ਜਾਂ ਸ਼ੁਕਰ ਵਿੱਚ ਨੇ ਜਾਂ ਜਜ਼ਬ ਵਿੱਚ ਨੇ ਜਾਂ ਲਸਤੀ ਮਸਤੀ ਵਿੱਚ ਨੇ ਉਹ ਉਹਨਾਂ ਵਾਸਤੇ ਤਸਦੀਕ ਹੈ ਲੇਕਿਨ ਤੁਸੀਂ ਉਹਨੂੰ ਨਕਲ ਕਰਸੀ ਤਾਂ ਤੁਸੀਂ ਜਿਹੜਾ ਨੂੰ ਜ਼ਿੰਦਗੀ ਕੋਲ ਦੱਸੋ ਅਤੇ ਜਿਹਨਾਂ ਨੇ ਨਕਲ ਨਾਲ ਬੰਦਾ ਸੰਦੀਕ ਹੋ ਜਾਣਾ ਸਰਾਤੇ ਮੁਸਤਕੀਮ ਉਹ ਵੀ ਕੋਈ ਨਹੀਂ ਅਤੇ ਸਰਾਤੇ ਮੁਸਤਕੀਮ ਕਿਆ ਹੈ ਅੰਦਰ ਵੀ ਰੋਸ਼ਨ ਤਾਂ ਬਾਹਰ ਵੀ ਰੋਸ਼ਨ ਸੁਭਾਨ ਅੰਦਰ ਵੀ ਅੱਲਾ ਹੈ ਤਾਂ ਬਾਹਰ ਵੀ ਕੋਈ ਨਮਾਜ਼ ਰੋਜ਼ਾ ਇਹ ਸਰਾਤੇ ਮੁਸਤਕੀਮ ਹੈ ਇਹ ਕਿਸੇ ਜਗ੍ਹਾ ਸੇ ਤੁਸੀਂ ਹਾਸਲ ਹੋ ਜਾਓ ਕਿਉਂ ਜੀ ਹੁਣ ਬਾਹਰ ਨਹੀਂ ਤੁਸੀਂ ਅੱਲਾ ਜਾਣਦੇ ਹੋ ਅੰਦਰ ਨਹੀਂ ਅੱਲਾ ਵਾਲਾ ਕਿਆ ਇਹ ਅੰਦਰ ਵੀ ਤਸਵੀਰ ਲੱਗੀ ਹੈ ਅੰਦਰ ਵੀ ਤੁਸੀਂ ਅੰਦਰ ਬੰਦੇ ਰਹਿਣੇ ਆ ਤੁਸੀਂ ਬਾਹਰੋਂ ਨਮਾਜ਼ ਪੜ੍ਹੋ ਅੰਦਰੋਂ ਨਮਾਜ਼ਾਂ ਪੜ੍ਹਨੇ ਤੁਸੀਂ ਬਾਹਰੋਂ ਅੱਲਾ ਵਾਲੇ ਕਰਸੋ ਅੰਦਰੋਂ ਵੀ ਅੱਲਾ ਵਾਲੇ ਕਰਸਨ ਨਾ ਇਹ ਸਰਾਤੇ ਮੁਸਤਕੀਮ ਹੈ ਤੁਸੀਂ ਅੰਦਰੋਂ ਅੱਲਾ ਵਾਲਾ ਕਰਸਨ ਫਿਰ ਅੰਦਰ ਤੁਸੀਂ ਸਕੂਨ ਆਸੀ ਨਾ ਹੁਣ ਇਹ ਕਿ ਉਹ ਅੰਦਰ ਅੱਲਾ ਵਾਲਾ ਕਿਸ ਤਰ੍ਹਾਂ ਕਰਸਨ ਅੰਦਰ ਅੱਲਾ ਜਾ ਸੀ ਤਾਂ ਨਾ ਅਤੇ ਫਿਰ ਜਿਹੜੇ ਦਿਲ ਦੀ ਧੜਕਣ ਨੇ ਰਾਤੀ ਤਰੀਕਾ ਦੱਸਿਆ ਸੀ ਇਸ ਨਾਲ ਅੱਲਾ ਵਾਲਾ ਮਿਲਾਉਣੇ ਉਹ ਅੱਲਾ ਵਾਲਾ ਨੂਰ ਖੂਨ ਵੀ ਜਾਣਾ ਅਤੇ ਖੂਨ ਹੋ ਜਾ ਨਸਾਂ ਨਸਾਂ ਵਿੱਚ ਆਉਣਾ ਅਤੇ ਨਸਾਂ ਹੋ ਕੇ ਨਾ ਰੂਹਾਂ ਤੱਕ ਪਹੁੰਚ ਜਾਣਾ ਰੂਹਾਂ ਬੇਦਾਰ ਹੋ ਕੇ ਫਿਰ ਅੱਲਾ ਵਾਲਾ ਕਰਨਾ ਸ਼ੁਰੂ ਕਰ ਫਿਰ ਜਿਸ ਉਹ ਅੱਲਾ ਵਾਲਾ ਕਰਨਾ ਨਹੀਂ ਨਾ ਫਿਰ ਤੁਸਾਂ ਨੀਂਦਰ ਆਉਣੀ ਆ ਉਹਨਾਂ ਕੀ ਨੀਂਦਰ ਨਹੀਂ ਆਉਣੀ ਤੁਸੀਂ ਸੋਚ ਸੋ ਤਾਂ ਆਪਣੇ ਅੱਲਾ ਵਾਲਾ ਕਰਸੋ ਤੁਸਾਂ ਕੰਮ ਕਾਜ ਕਰਸੋ ਆਪਣੀ ਅੱਲਾ ਵਾਲਾ ਕਰਸੋ ਉਹ ਸਲਾਹਣੇ ਦਸਤਕਾਰ ਮੇਰੇ ਦਿਲ ਯਾਰ ਨੇ ਫਿਰ ਹਰ ਵਕਤ ਅੱਲਾ ਵਾਲਾ ਹਰ ਵਕਤ ਅੱਲਾ ਵਾਲਾ ਇਹ 125,000 ਤੱਕ ਅੱਲਾ ਵਾਲਾ ਪਹੁੰਚ ਜਾਣੀ ਹੈ ਇਹ ਦਿਲ ਨਹੀਂ ਤੱਕ ਜੋ ਟਿਕ ਟਿਕ ਹੈ ਨਾ ਇਹ 3600 ਜੋ ਸੈਕਿੰਡ ਨੇ ਸੂਈ ਉਸਦੇ ਸਾਹਮਣੇ ਬਣੀ ਹੈ ਇਹ 3600 ਸੂਈ 6000 ਤੱਕ ਦਫਾ ਚੱਕ ਇੱਕ ਘੰਟੇ 6000 ਦਫਾ ਅੱਲਾ ਲਾਉਣੀ ਹੈ 24 ਘੰਟੇ 125,000 ਦਫਾ ਅੱਲਾ ਵਾਲਾ ਕਰ ਲੈਣਾ ਤੋ ਸੁੱਤੇ ਹੋ ਬੈਠੇ ਹੋ ਕੰਮ ਕਾਜ ਕਰ ਰਹੇ ਹੋ 125,000 ਜਿੱਥੇ ਰੋਜ਼ਾਨਾ 125,000 ਦਫਾ ਅੱਲਾ ਵਾਲਾ ਹੋਇਆ ਤਾਂ ਕਿਆ ਬਾਤ ਸੁਭਾਨ ਅੱਲਾ ਜਿਸ ਵੇਲੇ ਸਭ ਫਤਿਹ ਮੱਕਾ ਹੋਈ ਉਸਲੇ ਸਾਹਬਾ ਕਰਾਮ ਨੇ ਦਿਲ 125,000 ਤੱਕ ਪਹੁੰਚ ਚੁੱਕੇ ਸਨ ਉਸਲੇ ਆਇਤ ਗੁਜ਼ਰੀ ਦੀ ਕਿ ਮੈਂ ਤੁਮਾਰੋ ਕੇ ਅਗਲੇ ਪਿਛਲੇ ਗੁਨਾਹ ਮਾਫ਼ ਕਰ ਦੀਏ ਸੁਭਾਨ ਅੱਲਾਹ ਆਪਕੇ ਨਹੀਂ ਆਪਕੇ ਤਾਂ ਗੁਨਾਹ ਹੀ ਨਹੀਂ ਥੇ ਨਾ ਤੁਮਾਰੋ ਕੇ ਉਹ ਜਿਹੜੇ ਕੋਲ ਬਹਿਣ ਵਾਲੇ ਸਨ ਉਹ ਆਇਤ ਹਰ ਜ਼ਮਾਨੇ ਵਾਸਤੇ ਅੱਜ ਵੀ ਅਗਰ ਕਿਸੇ ਨੇ ਦਿਲ 125,000 ਤੱਕ ਪਹੁੰਚ ਜਾਏ ਨਾ ਅੱਲਾ ਕਸਮ ਅੱਲਾ ਤਾਲਾ ਉਸ ਅਗਲੇ ਪਿਛਲੇ ਗੁਨਾਹ ਮਾਫ਼ ਕਿਉਂਕਿ 125,000 ਅੱਗੇ ਕੋਈ ਇਬਾਦਤ ਹੀ ਕੋਈ ਇਹ ਇੰਤਹਾਈ ਇਬਾਦਤ ਇਹ ਚੀਜ਼ ਆਪਣੇ ਬਸ ਵਿੱਚ ਨਹੀਂ ਹੈ ਇਹ ਜਦ ਤੱਕ ਅੱਲਾ ਨਾ ਚਾਹੇ ਨਾ
ਤੇ ਦਿਲ ਅੱਲਾ ਦਾ ਨਹੀਂ ਕਰ ਸਕਣਾ ਬਲ ਤੂੰ ਜਿੱਦੀ ਕੋਸ਼ਿਸ਼ ਕਰ ਅਗਰ ਅੱਲਾ ਚਾਹੀ ਤੇ ਤੂੰ ਸਾਨੂੰ ਦਿਲ ਅੱਲਾ ਦਾ ਕਰ ਸੀ ਜਾਂ ਉਸ ਚਾਹ ਕੇ ਦਾ ਫਿਰ ਹੁਣ ਖਤਰਾ ਕਿਸ ਚੀਜ਼ ਹੈ ਨਾ ਬੇਸ਼ੱਕ ਸਿਰਫ ਇੱਕ ਦਫ਼ਾ ਉਹ ਚਾਹ ਲਏ ਇਹ ਇੱਕ ਗਰੰਟੀ ਹੈ ਉਹ ਗੁਜਰਾਂ ਵਾਲਾ ਇੱਕ ਅੰਗਰੇਜ਼ ਆ ਗਿਆ ਕਿ ਮੈਂ ਮੁਸਲਮਾਨ ਹੋ ਜਾਂ ਨਮਾਜ਼ਾਂ ਵੀ ਪੜ੍ਹਸਾਂ ਸ਼ਰਾਬਾਂ ਵੀ ਪੜ੍ਹਸਾਂ ਠੀਕ ਹੈ ਇੱਕ ਚੀਜ਼ ਤੁਸੀਂ ਮੈਨੂੰ ਤਸੱਲੀ ਕਰਾ ਦਿਓ ਕਿ ਮੈਂ ਸਾਰੇ ਆਲਮਾਂ ਕੋਲ ਗਿਆ ਕਿ ਜੇ ਕੁਝ ਆਕਸੋ ਮੈਂ ਕਰਸਾਂ ਲੇਕਿਨ ਗਰੰਟੀ ਦਿਓ ਕਿ ਮੈਂ ਜੰਨਤ ਵਿੱਚ ਜਾ ਸਕਾਂ ਉਹਨਾਂ ਨੂੰ ਆਉਣੇ ਸਾਡੀ ਆਪਣੀ ਗਰੰਟੀ ਨਹੀਂ ਦਿੱਤਾ ਉਹਨਾਂ ਕੀ ਗਰੰਟੀ ਦਿਓ ਕਹਿੰਦਾ ਜਿਸ ਮਜ਼ਹਬ ਦੀ ਗਰੰਟੀ ਨਹੀਂ ਮੈਂ ਉਸ ਮਜ਼ਹਬ ਕਿਸ ਤਰ੍ਹਾਂ ਮਨਾ ਕੋ ਮਜ਼ਹਬ ਕਾਮ ਆਇਆ ਬਈ ਕੋਈ ਕੜੀ ਸਾਜ਼ ਹੈ ਤੂੰ ਗਰੰਟੀ ਦੇਣਾ ਨਹੀਂ ਇਤਨੇ ਸਾਲ ਦੀ ਗਰੰਟੀ ਹੈ ਤੁਸੀਂ ਤਾਂ ਗਰੰਟੀ ਮੰਗਦਾ ਹੈ ਗੋਰਾ ਤਾਂ ਗਰੰਟੀ ਮੰਗਦਾ ਹੈ ਤੇ ਵੇਖਣ ਬਿਲਕੁਲ ਉਹ ਕਹਿੰਦਾ ਮੈਂ ਫਿਰ ਗਰੰਟੀ ਨਹੀਂ ਹੈ ਮੈਂ ਦੁਨੀਆ ਵੀ ਕੰਮ ਛੋੜ ਦਿਆਂ ਤੂੰ ਗਰੰਟੀ ਵੀ ਕੋਈ ਨਹੀਂ ਤੇ ਮੇਰੇ ਜੈਸਾ ਬੇਵਕੂਫ ਕੌਣ ਹੈ ਮਜ਼ਹਬ ਇਸਲਾਮ ਗਰੰਟੀ ਗਰੰਟੀ ਹੈ ਮਹੀਨੇ ਸਾਰਾ ਨਹੀਂ ਪੰਜ ਸੱਤ ਦਿਨ ਜ਼ਿਆਦਾ ਤੋਂ ਜ਼ਿਆਦਾ ਸੱਤ ਦਿਨ ਰੱਖੇ ਗਏ ਨੇ ਸੱਤ ਦਿਨ ਵਿੱਚ ਤੇਰੇ ਅੰਦਰ ਅੱਲਾ ਅੱਲਾ ਸ਼ੁਰੂ ਹੋ ਜਾਏ ਤਾਂ ਗਰੰਟੀ ਹੋ ਗਈ ਅੱਲਾ ਵਾਲਾ ਦੋਸਤ ਕੁਛ ਕਦੇ ਨਹੀਂ ਜਾ ਸਕਣਾ ਅਗਰ ਅੰਦਰ ਅੱਲਾ ਅੱਲਾ ਨਹੀਂ ਹੋਣੀ ਤਾਂ ਤੇਰੀ ਕੋਈ ਗਰੰਟੀ ਕੋਈ ਇਹ ਗਰੰਟੀ ਕਿਉਂਕਿ ਅੱਲਾ ਅੱਲਾ ਉਸੀ ਹਜ਼ੂਰ ਪਾਕ ਦੀ ਤਸਦੀਕ ਹੋ ਸੀ ਉਸ ਪਾਕ ਦੀ ਜ਼ਮਾਨਤ ਹੋ ਸੀ ਤਾਂ ਫਿਰ ਅੱਲਾ ਅੱਲਾ ਸ਼ੁਰੂ ਹੋ ਸੀ ਨਾ ਤੇ ਜਿਹੜੇ ਜ਼ਮਾਨਤ ਤਸਦੀਕ ਹੁੰਦੇ ਸਨ ਉਹ ਖੁਦ ਹੀ ਖਿਆਲ ਰੱਖ ਸਕਦਾ ਤੁਸੀਂ ਕਿਸੇ ਨੂੰ ਜ਼ਮਾਨਤ ਦਿੱਤੀ ਹੋ ਸੀ ਇਹ ਅਕਸਰ ਨਸ ਨਾ ਜਾਵੇ ਨਾ ਇਸ ਮਾਰੇ ਜੋ ਜ਼ਮਾਨਤਾਂ ਦੇਣੇ ਨਾ ਫਿਰ ਉਹ ਖਿਆਲ ਵੀ ਰੱਖੇ ਉਸ ਬੰਦੇ ਕਿਉਂਕਿ ਇਹ ਇਲਮ ਬਾਤਾਂ ਨੇ ਇਸਕੀ ਹਰ ਆਦਮੀ ਸਮਝਣਾ ਨਹੀਂ ਹੈ ਅਸਾਂ ਚਾਹੇ ਹਰ ਆਦਮੀ ਇਸਕੀ ਸਮਝੇ ਇਸਨੂੰ ਤਲਾਸ਼ ਕਰੇ ਇਹ ਨਹੀਂ ਕਿ ਇਧਰ ਹੀ ਆਏ ਕਿਧਰੇ ਵੀ ਜਾਏ ਇਸਕੀ ਹਾਸਿਲ ਕਰੇ ਅਗਰ ਚਾਹ ਇਧਰ ਹੀ ਆਇਆ ਤਾਂ ਸਾਨੂੰ ਬੈਤ ਕਰਨ ਉਸਕੀ ਫਸਾਉਣ ਬੈਤ ਨਹੀਂ ਫਸਾਉਣ ਇਹ ਹਾਸਿਲ ਕਰ ਇਹ ਚੀਜ਼ ਹਾਸਿਲ ਕਰ ਇਹ ਚੀਜ਼ ਹੈ ਬਰਹਕ ਹੈ ਤੂੰ ਇਸਕੀ ਹਾਸਿਲ ਕਰ ਅਗਰ ਤੂੰ ਮੋਮਨ ਦਰਜਾ ਪਾਸੇ ਤਾਂ ਇਸ ਦਿਲ ਨਜ਼ਰੀਏ ਪਾਸੇ ਅਗਰ ਦਿਲ ਸ਼ੈਤਾਨ ਹੈ ਤਾਂ ਬਾਹਰ ਲਗਾਏ ਨਾ ਤਾਂ ਤੇਰੀ ਨਮਾਜ਼ ਨਾ ਪਤਨ ਉੱਪਰ ਜਾਣੀ ਵੀ ਹੈ ਜਾਂ ਨਹੀਂ ਜਾਣੀ ਇਹ ਅਸਾਂ ਨਾ ਕਹਿਣੇ ਕਿ ਤੂੰ ਬਖਸ਼ੇ ਨਾ ਸੁਣ ਉਹ ਚਾਹੇ ਤੇ ਗੁਨਾਹਗਾਰ ਕੀ ਵੀ ਬਖਸ਼ ਦੇ ਮਰਜ਼ੀ ਨਾ ਮਾਲਕ ਹੈ ਲੇਕਿਨ ਤਰੀਕਾਕਾਰ ਇਹ ਹੈ ਨਾ ਅੱਲਾ ਨਾ ਰਸਤਾ ਇਹ ਦਿਲ ਹੈ ਤੁਸੀਂ ਸਮਝਣੇ ਹੋ ਗਏ ਨਮਾਜ਼ ਰੋਜ਼ਾ ਅੱਲਾ ਨਾ ਰਸਤਾ ਨਹੀਂ ਇਹ ਜੰਨਤ ਨਾ ਰਸਤਾ ਨਮਾਜ਼ ਰੋਜ਼ਾ ਇਹ ਜੰਨਤ ਲੈ ਕੇ ਜਾ ਸੀ ਇਹ ਦਿਲ ਅੱਲਾ ਦੀ ਤਰਫ ਲੈ ਕੇ ਜਾ ਸੀ ਅਗਰ ਅੱਲਾ ਦੀ ਦੋਸਤੀ ਮੁਹੱਬਤ ਹੋ ਸੀ ਤਾਂ ਇਸ ਦਿਲ ਨਜ਼ਰੀਏ ਹੋ ਸੀ ਅਤੇ ਜਿਸ ਦਿਲ ਨਜ਼ਰੀਏ ਅੱਲਾ ਦੀ ਮੁਹੱਬਤ ਹੈ ਜਿਹੜਾ ਅੱਲਾ ਨੇ ਘਰ ਉੱਥੇ ਸ਼ੈਤਾਨ ਬੈਠਾ ਹੈ ਨਾ ਇਹ ਇੱਕ ਡਾਕੂ ਹੈ ਨਾ ਇਸ ਮਕਾਨ ਜਦੋਂ ਡਾਕੂ ਵਾਹਣਾ ਹੋਣਾ ਚਾਹੇ ਤੁਸੀਂ ਕੱਢਣ ਦੀ ਕੋਸ਼ਿਸ਼ ਕਰ ਸਕਦਾ ਸਾਡੇ ਕੋਲ ਨਾ ਨਿਕਲ ਸਕਣ ਤਾਂ ਫਿਰ ਅਸਾਂ ਪੁਲਿਸ ਕੀ ਬੁਲਾ ਸਾਂ ਇਸੇ ਤਰੀਕੇ ਡਾਕੂ ਬੈਠੇ ਹਨ ਅੰਦਰ ਕੱਢੋ ਨਹੀਂ ਨਿਕਲਣਾ ਤਾਂ ਫਿਰ ਵਲੀ ਉਹਨਾਂ ਨੂੰ ਪੁਲਿਸ ਹੈ ਨਾ ਫਿਰ ਵਲੀਆਂ ਕੋਲ ਫਿਰ ਮਾਤਾ ਅਸਰ ਕਰੋ ਸੁਭਾਨ ਅੱਲਾਹ ਇਹ ਉਹਨਾਂ ਨੂੰ ਪੁਲਿਸ ਹੈ ਨਾ ਕਿ ਜਿਸ ਤਰ੍ਹਾਂ ਉਹ ਬਾਤਰ ਵਿੱਚ ਨਾ ਇਸ ਤਰ੍ਹਾਂ ਵਲੀ ਵੀ ਬਾਤਰ ਵਿੱਚ ਵਲੀ ਨੇ ਜਿਹੜੀ ਮਖਲੂਕਾਂ ਹੋਣੀਆਂ ਨਾ ਇਹ ਕੁਛ ਅਰਸਾ ਰਹਿ ਕੇ ਇਹਨਾਂ ਮਖਲੂਕਾਂ ਕੀ ਇਹ ਤਾਕਤ ਪਹੁੰਚਾਉਣ ਉਹ ਫਿਰ ਮਖਲੂਕਾਂ ਸਾਰੀਆਂ ਕੰਮ ਕਰਨੀਆਂ ਨਾ ਜਾ ਕੇ ਉਹ ਮਖਲੂਕਾਂ ਇੱਥੇ ਜਾਣੀਆਂ ਦੇ ਕਾਬ ਵਿੱਚ ਨਮਾਜ਼ ਪੜ੍ਹਨੀਆਂ ਫਿਰ ਲੋਕ ਬੁਲਾਉਣੇ ਤੋਂ ਉਹਨਾਂ ਖਾਬਾਂ ਵਿੱਚ ਜਾਣੀਆਂ ਨਜ਼ਰ ਵਿੱਚ ਜਾ ਕੇ ਮਿਲੀ ਉਹ ਮਖਲੂਕਾਂ ਜਾਣੀਆਂ ਨਾ ਜ਼ਿਕਰ ਦਾ ਤਰੀਕਾ ਪੁੱਛ ਰਹੇ ਤੁਸੀਂ ਤਾਂ ਤਰੀਕਾ ਹੀ ਹੈ ਪਹਿਲੇ ਤਾਂ ਕੋਸ਼ਿਸ਼ ਕਰੋ 66 ਮਤਲਬ ਕਾਗਜ਼ ਦਾ ਪੜਨ ਲੱਗ ਅਗਰ ਫੁਰਸਤ ਹੈ ਨਾ ਤਿੰਨ ਹੋਰ ਚਾਰ ਦਫ਼ਾ ਲਿਖੋ ਜਾਂ ਵੀ ਲਿਖੋ 66 ਮਤਲਬ ਥੋੜ੍ਹੇ ਦਿਨ ਲਿਖੋ ਨਾ ਉਹ ਜਿਹੜਾ ਅੱਖਾਂ ਬਣਾ ਲਿਆ ਸੀ ਕਾਲੀ ਟੈਨਸ਼ਨ ਨਾ ਲਿਖੋ ਕਾਲੀ ਅੱਖਾਂ ਕਾਲੀਆਂ ਕਾਲੀ ਚੀਜ਼ ਨੂੰ ਜਲਦੀ ਕਵਰ ਕਰਨੀ ਹੈ ਤਾਂ ਅੱਖਾਂ ਬੰਦ ਕਰ ਸੋ ਨਾ ਜਿਹੜੇ ਕਾਗਜ਼ ਦਾ ਲਿਖਣੇ ਹੋ ਸੋ ਨਾ ਉਹ ਅੱਖਾਂ ਪਰ ਨਜ਼ਰ ਆ ਸੀ ਇਸਨੂੰ ਮਤਲਬ ਇਸਕੀ ਸਾਬਿਤ ਤਸਵਰ ਆ ਹੁਣ ਫਿਰ ਲਿਖਣਾ ਬੰਦ ਕਰ ਦਿਓ ਅੱਖਾਂ ਸੋ ਫਿਰ ਤਵੱਜੋ ਨਾਲ ਉਸਕੀ ਦਿਲ ਉੱਪਰ ਪਾ ਇੱਕ ਦਿਨ ਆਸੀ ਕਈ ਅੱਖਾਂ ਤੋਂ ਸਿੱਧਾ ਦਿਲ ਉੱਪਰ ਲਿਖਿਆ ਨਜ਼ਰ ਆ ਸੀ ਦੂਸਰਾ ਤਰੀਕਾ ਹੈ ਜ਼ੀਰੋ ਨੇ ਬਲਬ ਤੋਂ ਲਿਖੋ ਅੱਲਾ ਪੀਲੇ ਰੰਗਾਂ ਰਾਤੀ ਸੁਣ ਲਗੋ ਉਸਕੀ ਤਪੇ ਰਹੋ ਇੱਕ ਦਿਨ ਆਸੀ ਉਹ ਵੀ ਜਿਹੜਾ ਨਾ ਲਫਜ਼ ਉਹ ਵੀ ਅੱਖਾਂ ਤੋਂ ਆ ਜਾ ਸੀ ਫਿਰ ਅੱਖਾਂ ਤੋਂ ਉਸਕੀ ਦਿਲ ਪਤਾ ਮਿਸ ਮਿਰਜ਼ਮ ਵਾਲੇ ਇਹਨਾਂ ਚੀਜ਼ਾਂ ਵਿੱਚ ਉਹਨਾਂ ਮਿਸ ਮਿਰਜ਼ਮ ਕੱਢੀ ਉਹ ਸੂਰਜ ਕੀ ਤੱਕਣੇ ਨੇ ਜਾਂ ਸ਼ਮਾ ਕੀ ਤੱਕਣੇ ਨੇ ਸ਼ਮਾ ਨੇ ਰੋਸ਼ਨੀ ਕੀ ਆਪਣੇ ਅੱਖਾਂ 'ਚ ਆਉਣੇ ਨੇ ਆਉਣੇ ਨੇ ਅੱਖਾਂ ਸੁਣ ਜਜ਼ਬ ਕਰਕੇ ਉਹ ਫਿਰ ਗਲਾਸਾਂ ਉੱਪਰ ਨਜ਼ਰ ਮਾਰਨੇ ਨੇ ਉਹ ਕਰੈਕ ਹੋ ਜਾਣ ਵੈਸੇ ਜਾਣ ਉਹ ਤਾਕਤ ਇਕੱਠੀ ਕਰਕੇ ਨਾ ਉਹ ਸ਼ਮਾ ਨਹੀਂ ਤਾਕਤ ਹੈ ਇਹ ਤੁਸੀਂ ਅੱਲਾ ਨਾਮ ਨਹੀਂ ਤਾਕਤ ਹੈ ਇਸਨੂੰ ਦਰਜਾ ਉਸ ਕੋਲੋਂ ਜ਼ਿਆਦਾ ਉਸਨੇ ਅੱਖ ਜ਼ਾਇਆ ਹੋ ਜਾਣੀ ਤਾਂ ਗਿਆ ਕੁਛ ਵੀ ਨਹੀਂ ਮਰਤਬਾ ਨਹੀਂ ਹੈ ਇਸ ਅੱਖ ਵੀ ਜ਼ਾਇਆ ਹੋ ਜਾਣੀ ਤਾਂ ਸ਼ਹੀਦ ਹੋ ਜਾਂਦੀ ਗਿਆ ਉਹ ਅੱਲਾ ਕਿੱਦਾਂ ਬਣਾ ਲਾਉਣਾ ਗਿਆ ਨਾ ਸੁਭਾਨ ਅੱਲਾ ਫਿਰ ਜਿਸਲੇ ਇੱਥੇ ਆਉਣਾ ਨਾ ਬਸ ਉਸਨੇ ਦਿੱਲੀ ਤੱਕ ਤੇਜ਼ ਜਾਣੀ ਟਿਕ 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 ਉਸਨੂੰ ਦਸਵੀਂ ਹੈ
ਉਸ ਨੇ ਫਿਰ ਅੱਲਾਹ 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 ਉਹ ਫਿਰ ਦਿਲ ਨਹੀਂ ਧੜਕਣ ਇਸ ਅੱਲਾਹ ਨੂੰ ਕਬੂਲ ਕਰਕੇ ਇਹ ਅੱਲਾਹ ਅਗਰ ਅੱਲਾਹ ਨੇ ਕਰਮ ਹੋਇਆ ਤਾਂ ਵਰਨਾ ਨਹੀਂ ਵਰਨਾ ਸਾਰੀ ਉਮਰ ਲਗਾ ਰਹੇ ਕਿਉਂਕਿ ਜਿਸ ਨਾਲ ਦਿਲ ਅੱਲਾਹ ਵਾਲਾ ਕਰਸੀ ਇੱਕ ਦਿਨ ਜ਼ਰੂਰ ਅੱਲਾਹ ਵਾਲਾ ਹੋ ਜਾਸੀ ਸੁਭਾਨ ਅੱਲਾਹ ਅੱਲਾਹ ਫਿਰ ਜਿਸਕੀ ਅੱਲਾਹ ਵਾਲਾ ਬਣਾਉਣਾ ਚਾਹਸੀ ਉਸੇ ਨਾਲ ਦਿਲ ਅੱਲਾਹ ਵਾਲਾ ਕਰਸੀ ਅਤੇ ਜਿਸਕੀ ਬਣਾਉਣਾ ਨਾ ਚਾਹਸੀ ਭਲੇ ਹਜ਼ਾਰ ਵਲੀਏ ਮਿਲ ਜਾਏ ਭਲੇ ਹਜ਼ਾਰ ਲਿਖੇ ਹਜ਼ਾਰ ਕੋਸ਼ ਕਰੇ ਕੁਛ ਵੀ ਰਾਤੀ ਸੌਣ ਲੱਗੋ ਇਹ ਤੁਹਾਨੂੰ ਪਤਾ ਨਹੀਂ ਕਦੋਂ ਆਏਗਾ ਅੱਖਾਂ 'ਚ ਅੱਜ ਕੀ ਕਰੋ ਰਾਤੀ ਰਾਤੀ ਸੌਣ ਲੱਗੋ ਇਹ ਸੰਗਲਿੰਗ ਕਲਮ ਪਾਲ ਕਰੋ ਤਾਂ ਸਬਰ ਨਾਲ ਦਿਲ ਉੱਪਰ ਅੱਲਾਹ ਲਿਖਣ ਅਗਰ ਕੋਈ ਮੁਰਸ਼ਿਦ ਹੈ ਉਸਕੀ ਯਾਦ ਕਰੋ ਕਿ ਮੇਰਾ ਮੁਰਸ਼ਿਦ ਮੇਰੀ ਉਂਗਲੀ ਕੇ ਪਕੜ ਕੇ ਮੇਰਾ ਦਿਲ ਤੱਕ ਅੱਲਾਹ ਅਗਰ ਮੁਰਸ਼ਿਦ ਨਹੀਂ ਹੈ ਜਿਸ ਦਰਬਾਰ 'ਤੇ ਆਉਣਾ ਜਾਣਾ ਉਸ ਦਰਬਾਰ ਦਾ ਨਕਸ਼ਾ ਲੈ ਲਓ ਉਹ ਦਰਬਾਰ ਵਾਲਾ ਮੇਰੀ ਮਦਦ ਕਰ ਰਿਹਾ ਅਗਰ ਕਿਸੇ ਦਰਬਾਰ 'ਤੇ ਵੀ ਆਉਣਾ ਜਾਣਾ ਨਹੀਂ ਤਾਂ ਹਜ਼ੂਰ ਪਾਕ ਨੇ ਰੋਜ਼ੇ ਕੀ ਲੈ ਲਓ ਕਿ ਹਜ਼ੂਰ ਪਾਕ ਨੇ ਰੋਜ਼ੇ ਤੋਂ ਵੀ ਫੈਜ਼ ਹਾਸਲ ਹੋ ਰਿਹਾ ਉਸ ਵੇਲੇ ਤੁਸਨ ਸਾਹਮਣੇ ਜਿਹੜਾ ਵੀ ਆ ਜਾਏ ਨਾ ਉਹੀ ਤੁਸਨ ਮੁਰਸ਼ਿਦ ਹੋ ਗਿਆ ਨਾ ਤੁਸਨ ਨਸੀਬਾ ਉਸ ਕੋਲ ਹੋ ਗਿਆ ਸੁਬਾਹ ਉੱਠੋ ਵਜ਼ੂ ਹੈ ਜਾਂ ਨਹੀਂ ਇਹ ਦਿਲ ਨਾ ਵਜ਼ੂ ਪਾਣੀ ਨਾ ਨਹੀਂ ਇਸ ਦਿਲ 'ਤੇ ਹੱਥ ਰੱਖੋ ਕਿਸੇ ਟਾਈਮ ਦਿਲ ਧੜਕੇ ਉਸ ਧੜਕਣ ਅੱਲਾਹ ਬਣਾਓ ਕਲਬੇ ਨਬਜ਼ ਉੱਪਰ ਹੱਥ ਰੱਖੋ ਨਬਜ਼ ਨਸੀ ਅੱਲਾਹ ਕੀ ਆਪਣੇ ਅੰਦਰ ਪੁੱਛੋ ਅਤੇ ਹਿੰਟੇ ਮਰਦਾਂ ਤੋਂ ਬਰਤੇ ਖੁਦਾ ਥੋੜ੍ਹੇ ਦਿਨ ਪ੍ਰੈਕਟਿਸ ਕਰੋ ਅਗਰ ਅੱਲਾਹ ਨੇ ਚਾਹਨਾ ਤਾਂ ਮਹੀਨਾ ਦੋ ਮਹੀਨੇ ਨਹੀਂ ਪੰਜ ਸੱਤ ਦਿਨ ਜੀ ਅੰਦਰ ਮਹਿਸੂਸਾਤ ਹੋਣਾ ਸ਼ੁਰੂ ਹੋ ਜਾਸਾਂ ਕਿ ਅੱਲਾਹ ਮੇਰੇ ਅੰਦਰ ਵੜਨਾ ਸ਼ੁਰੂ ਹੋ ਗਿਆ ਸੁਭਾਨ ਅੱਲਾਹ ਤਾਂ ਫਿਰ ਜਿਸਲੇ ਇਹ ਗਰਮ ਵੀ ਆਏ ਅਗਰ ਇਹ ਗਰਮੀ ਪੁਜਾਏ ਤਾਂ ਦ੍ਰਿਸ਼ ਪੜ੍ਹੋ ਇਸਕੋ ਠੰਡਾ ਫਿਰ ਦੇਖਣਾ ਮੈਂ ਅੱਲਾਹ ਵਾਲੇ ਕਰਨਾ ਗਰਮੀ ਫਿਰ ਦ੍ਰਿਸ਼ ਵੀ ਪੜ੍ਹੋ ਇੱਕ ਦਿਨ ਦ੍ਰਿਸ਼ ਅੱਲਾਹ ਇੱਕ ਹੋ ਜਾ ਸਕਦਾ ਗਰਮੀ ਹੋ ਸਕਦੀ ਇਸ ਨਾਲ ਤਰੀਕਾ ਹੈ ਫਿਰ ਜਿਸਲੇ ਅੰਦਰ ਸ਼ੁਰੂ ਹੋ ਜਾਏ ਅੱਲਾਹ ਅੱਲਾਹ ਫਿਰ ਤੱਕੋ ਕਿ ਕਿਹੜਾ ਕੰਮ ਹੈ ਸਾਡੀ ਗੱਡੀ ਤੋਂ ਚੱਲ ਪਈ ਹੈ ਹੁਣ ਉਸਕੀ ਪੈਟਰੋਲ ਦੀ ਜ਼ਰੂਰਤ ਹੈ ਨਾ ਫਿਰ ਇਹ ਨਮਾਜ਼ ਰੋਜ਼ਾ ਸਿਰਫ ਪੈਟਰੋਲ ਨਹੀਂ ਨਮਾਜ਼ ਰੋਜ਼ਾ ਸਿਖਾਵਤ ਰਿਆਜ਼ਤ ਸਭ ਪੈਟਰੋਲ ਹੈ ਫਿਰ ਪੈਟਰੋਲ ਪਾਉਣਾ ਜਾ ਤਾਂ ਗੱਡੀ ਉੱਤੇ ਚੱਲੀ ਇੱਕ ਦਿਨ ਸਿੱਧੀ ਜਾ ਕੇ ਮੰਜ਼ਿਲ 'ਤੇ ਪਹੁੰਚ ਜਾ ਮੰਜ਼ਿਲ ਤਾਂ ਇਹ ਜਿਸ ਵਿੱਚ ਤੁਸੀਂ ਨਹੀਂ ਜਾਣਾ ਇਹ ਤੁਸੀਂ ਮੰਨ ਇੱਥੋਂ ਖਾਣੇ ਕਾਬ ਕਿਸ ਤਰ੍ਹਾਂ ਜਾ ਸੀ ਅਰਸ਼ ਮੌਲਾ ਕਿਸ ਤਰ੍ਹਾਂ ਜਾ ਸੀ ਉਹ ਅੰਦਰ ਨੇ ਬੰਦੇ ਜਿਸਲੇ ਤਿਆਰ ਹੋ ਸਕਣ ਨਾ ਤਾਂ ਉਹ ਇੱਥੋਂ ਨਿਕਲ ਸਕਣ ਉੱਥੇ ਪਹੁੰਚ ਸਕਣ ਨਾ ਉਹ ਫਿਰ ਅੱਲਾਹ ਅੱਲਾਹ ਨੇ ਗਜ਼ਾ ਉਹਨਾਂ ਨੂਰ ਉਹਨਾਂ ਨੇ ਗਜ਼ਾ ਬਣ ਜਾ ਸੀ ਨਾ ਉਸ ਫਿਰ ਗਜ਼ਾ ਨੇ ਜ਼ਰੀਏ ਤਕਵੀਤ ਪਾ ਸਨ ਤਾਂ ਫਿਰ ਉੱਪਰ ਪਹੁੰਚ ਸਨ ਕਈ ਲੋਕਾਂ ਨੇ ਸੁਣਿਆ ਹੋ ਸੀ ਕਿ ਮੈਂ ਖਾ ਵੀ ਫਲਾਣੀ ਫਲਾ ਰੂਮ ਕਹਿਸ਼ਣਾ ਉਹ ਅੰਦਰ ਨੇ ਬੰਦੇ ਜਾਣੇ ਨਾ ਜਿੱਦੀ ਤਾਕਤ ਹੋਣੀ ਉੱਥੇ ਚਲਾ ਜਾਣਾ ਕਈ ਲੋਕ ਇਹ ਵੀ ਆਉਣੇ ਯਾਰ ਮੈਂ ਖਾ ਵੀ ਉੱਡਣਾ ਹਾਂ ਇਸ ਦਾ ਮਤਲਬ ਹੈ ਥੋੜ੍ਹੀ ਜਿਹੀ ਰੋਹਾਨੀ ਤਾਕਤ ਆ ਗਈ ਨਾ ਤਾਂ ਥੋੜ੍ਹਾ ਜਿਹਾ ਉੱਡਿਆ ਨਾ ਤਾਂ ਫਿਰ ਜਿਸ ਜ਼ਿਆਦਾ ਰੋਹਾਨੀ ਤਾਕਤ ਤੁਸੀਂ ਨਹੀਂ ਇੱਥੋਂ ਨਿਕਲਣਾ ਤੁਸੀਂ ਅੱਲਾਹ ਵੱਲ ਪਹੁੰਚ ਜਾਣਾ ਅੱਲਾਹ ਤੱਕ ਰਸਾਈ ਅੱਲਾਹ ਦੇ ਨਾਲ ਮਿਲਾਪ ਜਾਂ ਉਹ ਖਾਬ ਵਿੱਚ ਹੁੰਦਾ ਜਾਂ ਸੈਂਸਿਸ ਵਿੱਚ ਹੁੰਦਾ ਨਹੀਂ ਉਹ ਤਰੀਕੇ ਆਉਣੇ ਸੱਤ ਅੱਲਾਹ ਤਾਲਾ ਨੇ ਜਹਾਨ ਬਣਾਇਆ ਨੇ ਸੱਤ ਮਖਲੂਕਾਂ ਬਣਾਈਆਂ ਨੇ ਇਸ ਜਿਸਮ ਵਿੱਚ ਰੱਖੀਆਂ ਹਰ ਮਖਲੂਕ ਨਾ ਤਲਕ ਇੱਕ ਇੱਕ ਜਹਾਨ ਨਾ ਰੱਖੇ ਇਹ ਜਿਹੜੇ ਨਫਸ ਹੈ ਨਾ ਅੰਦਰ ਗਧਾ ਕੁੱਤਾ ਇਸ ਨਾ ਤਲਕ ਇਸ ਦੁਨੀਆਂ ਵਿੱਚ ਰੱਖਿਆ ਇਹ ਖਾਬ ਵਿੱਚ ਨਿਕਲ ਜਾ ਸੀ ਇਸ ਦੁਨੀਆਂ 'ਚ ਫਿਰ ਸੀ ਤੁਸੀਂ ਦੁਨੀਆਂ ਨੂੰ ਸੈਰ ਕਰਾ ਸੀ ਤੁਸੀਂ ਕੀ ਉੱਪਰੇ ਨਹੀਂ ਜਾ ਸਕਦੇ ਫਿਰ ਜਿਹੜਾ ਲਤੀਫਾ ਕਲਬ ਦੂਸਰੀ ਮਖਲੂਕ ਉਹ ਤਾਕਤ ਪਕੜ ਸੀ ਨਾ ਉਹ ਇੱਥੋਂ ਨਿਕਲ ਸੀ ਨਾ ਉਹ ਜੰਨਤ ਅੱਗੇ ਜਾ ਸੀ ਉਹ ਜੰਨਤ ਦੀ ਪੈਰ ਸੈਰ ਕਰਾ ਸੀ ਉਹ ਉਸ ਤੋਂ ਉੱਪਰ ਨਹੀਂ ਜਾ ਸਕਣੀ ਤੀਸਰੀ ਮਖਲੂਕ ਰੂਹ ਉਹ ਜਿਸ ਨੇ ਨਿਕਲੀ ਸੀ ਉਹ ਫਿਰ ਜਬਰੂ ਤੱਕ ਜਾ ਸੀ ਨਾ ਉਹ ਉਸ ਤੋਂ ਅੱਗੇ ਨਹੀਂ ਜਾ ਸਕਣੀ ਹੈ ਜਿਹੜੀ ਮਖਲੂਕ ਸਿਰ ਵਿੱਚ ਹੈ ਇਹ ਨਿਕਲ ਸੀ ਨਾ ਅਤੇ ਅੱਲਾਹ ਨੇ ਜ਼ਾਤ ਤੱਕ ਗਿਆ ਸੀ ਫਿਰ ਜਿਸ ਤਰ੍ਹਾਂ ਤੁਸੀਂ ਖਾਬ ਵਿੱਚ ਇਹ ਮਖਲੂਕਾਂ ਤੱਕਣੀ ਨਾ ਬਾਕੀ ਮਕਾਮ ਕੀ ਇਸੇ ਤਰੀਕੇ ਨਾਲ ਖਾਬ ਵਿੱਚ ਤੁਸੀਂ ਅੱਲਾਹ ਕੀ ਤੱਕ ਸੁਣ ਇਸ ਮਖਲੂਕ ਨਜ਼ਰੀਏ ਖਾਬ ਵਿੱਚ ਤੱਕ ਸੁਣ ਜ਼ਹਿਰ ਵਿੱਚ ਨਹੀਂ ਤੱਕ ਸਕਦੇ ਇਹਨਾਂ ਵਿੱਚ ਕੁਛ ਵਲੀ ਐਸੇ ਹੋਣੇ ਹਨ ਜਿਹਨੇ ਕਿ ਅੱਲਾਹ ਤਾਲਾ ਇਹਨਾਂ ਮਖਲੂਕਾਂ ਕੋਈ ਸਲਾਹ ਇੱਕ ਹੋਰ ਚੀਜ਼ ਆ ਦੇਣਾ ਉਸਕੀ ਆਣੇ ਜੁੱਸਾ ਤੋਫੀਕੇ ਲਾਈ ਉਹ ਜਿਹੜੇ ਇਹਨਾਂ ਉਹ ਫਿਰ ਮਰਾਕ ਦੇ ਨਜ਼ਦੀਕ ਯਾਨੀ ਅੱਖਾਂ ਬੰਦ ਵੀ ਹੋਣੀਆਂ ਲੋਕਾਂ ਦੀ ਗੱਲਾਂ ਵੀ ਸੁਣਨੇ ਤਾਂ ਅੱਲਾਹ ਕੀ ਵੀ ਤੱਕਣੇ ਔਰ ਇੱਕ ਹੋਰ ਵਲੀ ਹੋਣਾ ਜਿਸ ਅੱਲਾਹ ਤਾਲਾ ਤਿਫਲੇ ਨੂਰੀ ਚਾਹ ਦੇਣਾ ਉਹ ਇਹਨਾਂ ਸੂ ਅੱਲਾਹ ਦਾ ਚੀਜ਼ ਹੋਣੀ ਹੈ ਉਹ ਫਿਰ ਲੋਕਾਂ ਨਾਲ ਵੀ ਗੱਲ ਕਰਨੇ ਤਾਂ ਅੱਲਾਹ ਨਾਲ ਵੀ ਗੱਲ ਕਰਨੀ ਉਹਨਾਂ ਦੀ ਸੁਣਨ ਦੀ ਜ਼ਰੂਰਤ ਨਹੀਂ ਇਹਨਾਂ ਮਖਲੂਕਾਂ ਦੀ ਵਜ੍ਹਾ ਸੁਣ ਵਲੀ ਇਹਨਾਂ ਮਰਤਬਾ ਨਾ ਪਹਿਲਾ ਦੂਸਰਾ ਬਲਾ ਸੁਗਰਾ ਵਸਤਾ ਕੋ ਤਰਾ ਖੇਡ ਹੁਣ ਸੋਚਣ ਵਾਲੀ ਗੱਲ ਹੈ ਸਮਝਣਾ ਗੱਲ ਹੈ ਦਿਲਾਂ ਦਾ ਗੱਲ ਹੈ ਇਹ ਜਿਸਮ ਪਹਿਲੇ ਵੀ ਕੋਈ ਨਹੀਂ ਸੀ ਨਾ ਜੀ ਬਿਲਕੁਲ ਅੱਗੇ ਵੀ ਨਹੀਂ ਹੋਣ ਲੱਗਾ ਨਾ ਬਿਲਕੁਲ ਅੱਗੇ ਦੂਆ ਜਿਸਮ ਸੀ
ਨਾ ਜਲਸੀ ਨਾ ਮਰਸੀ ਨਾ ਬੁੱਢਾ ਹੋ ਸੀ ਨਾ ਬਿਮਾਰ ਹੋ ਸੀ ਜਵਾਨੀ ਰਹਿ ਸੀ ਇਹ ਵੀ ਰੱਬੂ ਸਰੀਰ ਕੋਲ ਕਰਨਾ ਇਸ ਕਿਆ ਜ਼ਰੂਰਤ ਹੋਈ ਸੁਰਤ ਨਹੀਂ ਗੱਲ ਉਹ ਜਿਹੜੇ ਅੰਦਰ ਸਾਡੇ ਬੰਦੇ ਨੇ ਨਾ ਉਹ ਇਸ ਨੇ ਕੰਪਿਊਟਰ ਨੇ ਜਿਸਮ ਜਹਾਜ਼ ਕੰਪਿਊਟਰ ਲੱਗੇ ਨੇ ਕੋਈ ਲਾਉਣਾ ਤਾਂ ਕੋਈ ਚਾੜਨਾ ਤਾਂ ਕੋਈ ਇੱਧਰ ਮੋੜਨਾ ਤਾਂ ਉੱਧਰ ਮੋੜਨਾ ਤਾਂ ਕੋਈ ਤੇਜ਼ ਕਰਨਾ ਇਹ ਅੰਦਰ ਕੰਪਿਊਟਰ ਨੇ ਉਹ ਜਿਹੜਾ ਵੀ ਕੰਪਿਊਟਰ ਹਾਵੀ ਹੋ ਜਾਣਾ ਨਾ ਇਹ ਜਿਸਮ ਉਹੀ ਕੰਮ ਕਰਨਾ ਨਹੀਂ ਸਮਝ ਲਓ ਜਿਹੜੀ ਰੂਹ ਅੰਦਰ ਹਾਵੀ ਹੋ ਜਾ ਸੀ ਅਗਰ ਕਲਬ ਹਾਵੀ ਹੋ ਜਾ ਸੀ ਤਾਂ ਮਸੀਤੀ ਚਲਾ ਜਾ ਸੀ ਅਗਰ ਨਫਸ ਹਾਵੀ ਆਸੀ ਹੋ ਜਾ ਸੀ ਤਾਂ ਉੱਧਰ ਤਵਾਖਾਨੇ ਚਲਾ ਜਾ ਸੀ ਉਹ ਕੰਮ ਕਰਾਉਣੀ ਹੈ ਕੰਪਿਊਟਰ ਅਗਰ ਹਿਸਾਬ ਕਿਤਾਬ ਉਹਨਾਂ ਦੇਣਾ ਜਾ ਕੇ ਇਸ ਨਹੀਂ ਦੇਣਾ ਉਹ ਸਿਰ ਇਸ ਦੇ ਅੰਦਰ ਬੰਦ ਨੇ ਬਸ ਉਹਨਾਂ ਕੀ ਗਜ਼ਾ ਚਾਹੀਦੀ ਨੇ ਉਹ ਜਿਸਮ ਦੇ ਮੁਹਤਾਜ ਨੇ ਕਿ ਉਹਨਾਂ ਕੀ ਗਜ਼ਾ ਦਿਆ ਇਹ ਜਿਸਮ ਉਹਨਾਂ ਦਾ ਮੁਹਤਾਜ ਹੈ ਉਹ ਨਿਕਲ ਜਾ ਸੀ ਜਿਸਮ ਖਤਮ ਹੋ ਜਾ ਸੀ ਬਈ ਉਹ ਚੀਜ਼ ਜਿਸਮ ਖਤਮ ਹੋ ਗਿਆ ਜਿਸਮ ਗਿਆ ਨਾ ਉਹ ਇਸੇ ਮੁਹਤਾਜ ਨਾ ਇਹ ਕੁਛ ਖੁਰਾਕ ਦਿਆ ਨਾ ਉਹਨਾਂ ਕੀ ਉਹ ਫਿਰ ਬੇਚੈਨ ਕਰਨਾ ਬੇਚੈਨ ਹੀ ਹੋਣੀ ਹੈ ਨਾ ਉਹ ਤੁਸਾਂ ਨੇ ਕਲਬ ਬੇਚੈਨ ਕਰਨਾ ਨਾ ਮੈਂ ਭੁੱਖਾਂ ਕੁਛ ਦੇਣਾ ਗਜ਼ਾ ਦੇਣਾ ਦੇਣਾ ਤੁਸਾਂ ਲੋੜਨੇ ਕੀ ਕਰਾਵਾਂ ਤੁਸੀਂ ਕੀ ਕਰਾਂ ਉਸਕੀ ਗਜ਼ਾ ਖਰਗੋਸ਼ ਰੋਟੀ ਚਾਹੀਦੀ ਉਸਕੀ ਨੂਰ ਨਹੀਂ ਗਜ਼ਾ ਚਾਹੀਦੀ ਔਰ ਤੁਸੀਂ ਤਜਰਬਾ ਕਰੋ ਤੁਸੀਂ ਪ੍ਰੈਕਟਿਸ ਕਰੋ ਅੱਲਾ ਲਾਓ ਸੀ ਉਹ ਬੇਚੈਨੀ ਖਤਮ ਹੋ ਜਾਸੀ ਫਿਰ ਸਕੂਨ ਹੀ ਸਕੂਨ ਹੋ ਜਾਸੀ ਅਗਰ ਅੰਦਰ ਬੇਸਕੂਨੀ ਕਰੀ ਤਾਂ ਰੂਹ ਬੇਸਕੂਨ ਕਰਨੀ ਤੋ ਇਸਕੀ ਵਲੀ ਆਣੇ ਨੇ ਨਕਲੀ ਨਮਾਜ਼ ਹੋਏ ਮੌਲਵੀ ਆਣਾ ਮਾਰਸਾ ਇਸਕੀ ਵਲੀ ਆਣਾ ਅਸਲੀ ਨਮਾਜ਼ ਤਾਂ ਹੈ ਕਿ ਜਿਹੜੀ ਸਾਰੀ ਉਮਰ ਰਿਹਾ ਸੀ ਨਾ ਰੂਹ ਕੀ ਤਿਆਰ ਕਰ ਰੂਹ ਨਮਾਜ਼ ਪੜ੍ਹੇ ਨਾ ਤਾਂ ਸਾਰੀ ਉਮਰ ਪੜ੍ਹਨੀ ਰਹੇਗਾ ਨਾ ਉਹ ਤੂੰ ਰੂਹ ਕੀ ਅੱਲਾ ਨੇ ਸਿਖਾਉਣਾ ਤਾਂ ਸਾਰੀ ਉਮਰ ਵਹਿਸ਼ਤ ਵੀ ਜੀ ਆਗ ਅੱਲਾ ਨੇ ਕਰਨੀ ਰਹੇ ਨਾ ਜਿਸਮ ਇੱਥੇ ਰਹਿ ਜਾਣਾ ਹੁਣ ਰਹਾ ਜਿਸਮ ਇਸ ਨਾ ਹਿਸਾਬ ਕਿਤਾਬ ਜਿਸ ਕੰਪਿਊਟਰ ਨੇ ਜੋ ਉਸਕੀ ਸਿਖਾਇਆ ਉਸ ਨਾਂ ਲਿਖ ਦਿੱਤਾ ਗਿਆ ਇਤਨੀ ਨੇਕੀ ਹੋ ਨੇਕੀ ਹੋ ਗਈ ਬਸ ਇਸ ਨੇਕੀ ਨੇ ਜ਼ਰੀਏ ਉਹ ਰੂਹ ਜਿਹੜੀ ਹੈ ਨਾ ਉੱਥੇ ਜਾ ਸੀ ਹੁਣ ਜਿਸਮ ਰੂਹ ਜਾ ਸੀ ਪਰਵਾਨਾ ਲੈ ਕੇ ਜਾ ਸੀ ਉੱਥੇ ਪੁੱਛਣ ਕੇ ਕੀਤਾ ਫਿਰ ਜਾ ਕੇ ਜਨਰਲ ਦਾਖਲ ਕਰ ਸਕਦਾ ਅਗਰ ਰੂਹ ਚਮਕਣੀ ਜਾ ਸੀ ਤੁਸੀਂ ਕੌਣ ਰੋਕ ਸੀ ਪਰਵਾਨੇ ਨੇ ਜ਼ਰੂਰ ਪਾਉਂਦੀ ਉਸਾਂ ਕੱਲ੍ਹ ਤੱਕ ਕਿਹਾ ਸੀ ਇਹਨਾਂ ਕਿ ਜਿਹੜੇ ਬੂਹਾ ਬਾਹਰੇ ਮੁਲਕਾਂ 'ਚੋਂ ਆਏ ਨੇ ਉਹ ਪਾਸਪੋਰਟ 'ਤੇ ਚੈੱਕ ਕਰਾਉਣੇ ਅਤੇ ਜਿਹੜੇ ਇਸ ਮੁਲਕ ਨੇ ਚੁੱਪ ਕਰਕੇ ਸਿੱਧੇ ਭਜਾਉਣੇ ਉਹ ਜਿਹੜੇ ਅੱਲਾ ਵਾਲੇ ਦੱਸੇ ਉਹ ਤਾਂ ਸਿੱਧੀ ਨਿਕਲ ਜਾ ਸੁਣਨਾ ਅਤੇ ਬਾਕੀ ਨਾ ਫਿਰ ਪਾਸਪੋਰਟ ਚੈੱਕ ਕਰ ਸੁਣਨਾ ਸੁਭਾਨ ਅੱਲਾ ਜਿਸ ਦਿਨ ਕਿਆਮਤ ਹੋਏਗੀ ਮੁਰਦੇ ਜਿੰਦਾ ਕੀਤੇ ਜਾਣਗੇ ਅਤੇ ਜਿਹੜੇ ਆਪਣਾ ਜਾਨਵਰ ਨੇ ਉਹਨਾਂ ਦੇ ਵੀ ਹਿਸਾਬ ਹੋਏਗਾ ਜਾਨਵਰ ਹਿਸਾਬ ਉਹੀ ਕਿ ਅਗਰ ਕਿਸੇ ਨੇ ਕਿਸੇ ਨੂੰ ਤੰਗ ਕੀਤਾ ਜਾਨਵਰ ਨਾਲ ਆਪਣਾ ਜ਼ਿੰਦਾ ਕੀਤੇ ਜਾਣਗੇ ਕਿਆਮਤ ਵਾਲੇ ਦਾ ਔਰ ਉਸ ਵਕਤ ਅੱਲਾਹ ਤਾਲਾ ਫਰਮਾਉਣਗੇ ਕੁੰਨ ਤੋਂ ਤੁਰਾਬ ਆ ਸਾਰੇ ਤੁਸੀਂ ਮਿੱਟੀ ਹੋ ਜਾਓ ਜਾਨਵਰ ਮਿੱਟੀ ਹੋ ਜਾਣਗੇ ਸਿਰਫ ਇਨਸਾਨ ਰਹਿ ਜਾਣਗੇ ਜਿਨ੍ਹਾਂ ਦੇ ਵਿੱਚ ਅੰਬੀਆ ਵੀ ਸ਼ਾਮਿਲ ਹੋਣਗੇ ਔਰ ਤਮਾਮ ਦੁਨੀਆਂ ਦੇ ਇਨਸਾਨ ਇਕੱਠੇ ਹੋਣਗੇ ਔਰ ਅੱਲਾਹ ਦੀ ਜਿਹੜੀ ਜਲਾਲਤ ਹੈ ਉਹ ਪੂਰੇ ਜਲਾਲ ਦੇ ਵਿੱਚ ਹੋਏਗੀ ਹਿਸਾਬ ਕਿਤਾਬ ਦਾ ਹਾਲਾਂ ਟਾਈਮ ਨਹੀਂ ਆ ਰਿਹਾ ਹੋਵੇਗਾ ਤਾਂ ਲੋਕ ਜੋ ਵਾਕਿਆ ਸੁਣੇ ਨੇ ਕਿ ਅੰਬੀਆ ਜਿਹੜੇ ਨੇ ਉਹ ਆਦਮ ਅਲੈਹਿਸ ਸਲਾਮ ਨੂੰ ਕਹਿਣਗੇ ਫਿਰ ਨੂਹ ਅਲੈਹਿਸ ਸਲਾਮ ਨੂੰ ਸਾਰਿਆਂ ਨੂੰ ਕਹਿਣਗੇ ਕਿ ਅੱਲਾਹ ਪਾਕ ਜਿਹੜੇ ਨਾ ਆਪਣਾ ਹਿਸਾਬ ਦਾ ਜਿਹੜਾ ਨਾ ਉਹ ਵਕਤ ਜਿਹੜਾ ਨਾ ਉਹ ਉਹ ਉਮਨ ਦਾ ਹਿਸਾਬ ਉਹਨਾਂ ਆਪਣਾ ਹਿਸਾਬ ਨਹੀਂ ਹੈ ਨਬੀ ਦਾ ਕੀ ਹਿਸਾਬ ਹੋਏਗਾ ਉਦੋਂ ਨਬੀ ਬਣਿਆ ਮਨਾਇਆ ਹੈ ਅਸੀਂ ਤਾਂ ਕੀ ਹਿਸਾਬ ਉਹ ਤਾਂ ਠੀਕ ਆ ਇਹ ਉਹਨਾਂ ਦੀ ਉਮਤ ਦਾ ਹਿਸਾਬ ਉਹਨਾਂ ਨੂੰ ਅਗਰ ਗਮ ਹੈ ਨਾ ਤਾਂ ਆਪਣੀ ਉਮਤ ਦੇ ਹਿਸਾਬ ਦਾ ਗਮ ਹੈ ਲੇਕਿਨ ਆਉਂਦਾ ਹੈ ਕਿ ਜਿਹੜੇ ਅੰਬੀਆ ਨੇ ਵੀ ਪਸੀਨੋ ਪਸੀਨ ਹੋਏ ਹੋ ਉਮਤ ਹੀ ਹੋ ਰਿਹਾ ਸੀ ਰੋਏ ਨੇ ਉਮਤ ਹੀ ਅੰਬੀਆ ਨੇ ਅਗਰ ਨਮਾਜ਼ਾਂ ਵੀ ਪੜ੍ਹੀ ਉਮਤ ਹੀ ਹੋ ਰਿਹਾ ਸੀ ਲੇਕਿਨ ਅੰਬੀਆ ਜਿਹੜੇ ਨੇ ਪਾਕ ਨੇ ਠੀਕ ਹੈ ਉਹ ਹੁਣ ਹਜ਼ੂਰ ਸੱਲਾ ਵਾਲੀ ਸੱਲਾ ਪੂਰੀ ਪੂਰੀ ਰਾਤ
ਹਜ਼ਰਤ ਆਇਸ਼ਾ ਸਦੀਕਾ ਰਜ਼ੀ ਅੱਲਾਹ ਤਾਲਾ ਨਾ ਫਰਮਾਉਂਦੀ ਹੈ ਕਿ ਪੂਰੀ ਪੂਰੀ ਰਾਤ ਖੜੇ ਰਹਿੰਦੇ ਸਨ ਇਬਾਦਤ ਦੇ ਵਿੱਚ ਔਰ ਪੈਰਾਂ ਨੂੰ ਫੋਜ ਪੈ ਜਾਂਦੇ ਸੀ ਪਰ ਉਹਨਾਂ ਦੇ ਸਜਦੇ 'ਚ ਜਾਂਦੇ ਸਨ ਅਤੇ ਇਸ ਤਰ੍ਹਾਂ ਆਪ ਜਿਹੜੇ ਨੇ ਨਾ ਉਹ ਗਿੜਗਿੜਾਉਂਦੇ ਸਨ ਅੱਲਾਹ ਦੇ ਹਜ਼ੂਰ 'ਚ ਕਿ ਇੰਝ ਲੱਗਦਾ ਜਿਵੇਂ ਹਾਡੀ ਆ ਉਬਲ ਰਹੀ ਖੌਲ ਰਹੀ ਹੈ ਹੁਣ ਇਸ ਹੁਣ ਇੰਨੀ ਮਿਹਨਤ ਕਰਨ ਦਾ ਰਾਤ ਜਾਗ ਜਾ ਕੇ ਤਹੱਜਦ ਔਰ ਨਮਾਜ਼ਾਂ ਅਦਾ ਕਰਨ ਦਾ ਔਰ ਜ਼ਿਕਰ ਜ਼ਿਕਾਰ ਕਰਨ ਦਾ ਮਕਸਦ ਕੀ ਸੀ ਔਰ ਜਦੋਂ ਕਿ ਹਜ਼ਰਤ ਆਇਸ਼ਾ ਸਦੀਕਾ ਰਜ਼ੀ ਅੱਲਾਹ ਤਾਲਾ ਫਰਮਾਉਂਦੀ ਹੈ ਕਿ ਮੈਂ ਕਹੀ ਯਾ ਰਸੂਲ ਅੱਲਾਹ ਸੱਲੱਲਾਹੁ ਅਲੈਹਿ ਤੁਸੀਂ ਤਾਂ ਬਖਸ਼ੇ ਬਖਸ਼ਾਏ ਜਦੋਂ ਅੱਲਾਹ ਨੇ ਕਹਿ ਦਿੱਤਾ ਤਾਂ ਆਪ ਨੇ ਫਰਮਾਇਆ ਕਿਆ ਮੈਂ ਉਹਦਾ ਸ਼ੁਕਰਗੁਜ਼ਾਰ ਬੰਦਾ ਨਾ ਬਣਾ ਕੇ ਜਿਹਨੇ ਮੈਨੂੰ ਇਹ ਮਕਾਮ ਦਿੱਤਾ ਮਤਲਬ ਇਹ ਸ਼ੁਕਰ ਹੋ ਰਿਹਾ ਨਾ ਤਾਂ ਬਖਸ਼ਿਸ਼ ਹੋ ਰਹੀ ਔਰ ਫਿਰ ਹਜ਼ੂਰ ਸੱਲੱਲਾਹੁ ਅਲੈਹਿ ਵਸੱਲਮ ਅਗਰ ਫਰਜ਼ ਕੀਤਾ ਕਿ ਅਸਤਗਫਾਰ 70 ਦਫਾ ਦਿਨ ਚ ਕਰਦੇ ਉਮਤ ਵਾਸਤੇ ਜਦ ਸਾਡਾ ਇਹ ਅਕੀਦਾ ਹੈ ਤਾਂ ਨਬੀ ਗੁਨਾਹਗਾਰ ਹੁੰਦਾ ਹੀ ਨਹੀਂ ਉਸ ਨੂੰ ਇਸਤਗਫਾਰ ਦੀ ਕੀ ਜ਼ਰੂਰਤ ਅਗਰ ਉਹ ਰੋਏ ਤਾਂ ਉਮਤ ਵਾਸਤੇ ਰੋਏ ਮਹਿਸ਼ਰ ਵਾਲੇ ਦਿਨ 1,24,000 ਨਬੀਆਂ ਤੋਂ ਇਲਾਵਾ ਹਰ ਸ਼ਖਸ ਜਦੋਂ ਮਹਿਸ਼ਰ ਵਾਲੇ ਦਿਨ ਹੋਏਗਾ ਤਾਂ ਉਹ ਬਿਲਕੁਲ ਬਗੈਰ ਲਬਾਸ ਤੋਂ ਹੋਏਗਾ ਸਿਰਫ ਨਬੀ ਲਬਾਸ ਨਾਲ ਹੋਵੇਗਾ ਨਬੀਆਂ ਦਾ ਕੋਈ ਹਿਸਾਬ ਕਿਤਾਬ ਨਹੀਂ ਉਹਨਾਂ ਦਾ ਉਮਤ ਵਾਸਤੇ ਜੋ ਕੁਝ ਹੋਇਆ ਬਿਲਕੁਲ ਸਹੀ ਗੱਲ ਨੇ ਲੇਕਿਨ ਬੰਦਿਆਂ ਦਾ ਤਾਂ ਹੋਣਾ ਹੈ ਨਾ ਚਾਹੇ ਉਹਦੇ 'ਚ ਵਲੀ ਨੇ ਚਾਹੇ ਉਹਦੇ 'ਚ ਸੁਹਾਬੀ ਨੇ ਨਹੀਂ ਤੁਸੀਂ ਕਹਿੰਦੇ ਨਬੀ ਅਸੀਂ ਕਹਿੰਦੇ ਵਲੀਆਂ ਦਾ ਵੀ ਨਹੀਂ ਹੋਏਗਾ ਬੋਲੀ ਤਾਂ ਕੋਈ ਹੁੰਦਾ ਨਾ ਬਲੀ ਅੱਲਾ ਅੱਲਾ ਦਾ ਦੋਸਤ ਜਿਹੜਾ ਅੱਲਾ ਨਾਲ ਕਲਾਮ ਕਲਾਮ ਹੋਇਆ ਅੱਲਾ ਨੂੰ ਦੇਖ ਲਿਆ ਬਸ ਅੰਬੀਆ ਔਰ ਸਾਹਬਾ ਜਿਹਨਾਂ ਦੇ ਮੁਤਲਕ ਹਜ਼ੂਰ ਸੱਲੱਲਾਹੁ ਅਲੈਹਿ ਵਸੱਲਮ ਨੇ ਔਰ ਅੱਲਾ ਪਾਕ ਨੇ ਗਵਾਹੀ ਦਿੱਤੀ ਕਿ ਇਹਨਾਂ ਦੇ ਮਰਾਜ਼ੀ ਹੋ ਔਰ ਅਸ਼ਰਾ ਮੁਬਸ਼ਰਾ ਦੇ ਜਿਹੜੇ ਸਾਹਬਾ ਨੇ ਬਸ਼ਾਰਤ ਦਿੱਤੀ ਜੰਨਤ ਦੇ ਹਜ਼ੂਰ ਸੱਲੱਲਾਹੁ ਅਲੈਹਿ ਵਸੱਲਮ ਨੇ ਉਹਨਾਂ ਤੋਂ ਆਲਾ ਲੋਕ ਨੇ ਕਿਆ ਉਹ ਗਰੰਟੀ ਨਾਲ ਨਹੀਂ ਬਲੀ ਵੀ ਨਹੀਂ ਗਰੰਟੀ ਨਾਲ ਕਹਿ ਸਕਦਾ ਬਲੀ ਨਾਲ ਵੀ ਅੱਲਾ ਰਾਜ਼ੀ ਹੁੰਦਾ ਤਾਂ ਨਾ ਇਹ ਰਾਜ਼ੀ ਮਰਜ਼ੀ ਦਾ ਮਕਾਮ ਬਲੀ ਨਹੀਂ ਕਹਿ ਸਕਦਾ ਗਰੰਟੀ ਨਾਲ ਕਿ ਮੈਂ ਜਿਹੜਾ ਜੰਨਤੀ ਹਾਂ ਤਾਂ ਅਗਰ ਗਰੰਟੀ ਨਹੀਂ ਤਾਂ ਬਲੀ ਬਣਦਾ ਹੀ ਨਹੀਂ ਹੈ ਨਹੀਂ ਉਹ ਠੀਕ ਹੈ ਆਪਣਾ ਜਿਹੜਾ ਲੋਕਾਂ ਦੀ ਨਜ਼ਰ ਦੇ ਵਿੱਚ ਹੁਣ ਬਲਕਿ ਸਾਡੇ ਨਾਲ ਇਮਾਮ ਅਬੂ ਹਨੀਫਾ ਰਹਿਮਤੁਲਾ ਅਲੈਹ ਜਿਸ ਵਕਤ ਬਿਸਤਰੇ ਮਰਗ ਦੇ ਉੱਤੇ ਨੇ ਆਖਰੀ ਟਾਈਮ ਹੈ ਔਰ ਰੋ ਰਹੇ ਤਾਂ ਪੁੱਛਿਆ ਕਿ ਕਿਉਂ ਰੋ ਰਹੇ ਹੋ ਆਪਨੇ ਫਰਮਾਇਆ ਕਿ ਮੈਨੂੰ ਮੈਂ ਇਸ ਵਜ੍ਹਾ ਤੋਂ ਰੋ ਰਿਹਾ ਕਿ ਅੱਲਾਹ ਪਾਕ ਕੋਈ ਪਕੜਨਾ ਸੀ ਕਰਨ ਉਹਦੀ ਰਹਿਮਤ ਦੇ ਸਹਾਰੇ ਮੈਂ ਜਾ ਰਿਹਾ ਕਿ ਉਹ ਆਪਣੀ ਰਹਿਮਤ ਨਾਲ ਮੈਨੂੰ ਬਖਸ਼ ਦੇ ਅਵਾਮ ਨੇ ਬਹੁਤ ਬੜੇ ਔਰ ਵਕਤ ਦੇ ਉੱਤੇ ਰੋ ਰਹੇ ਨੇ ਅਸੀਂ ਹਦੀਸ ਪੜ੍ਹੀ ਹੈ ਇਸ ਤਰ੍ਹਾਂ ਨਾ ਕੋਈ ਗਰੰਟੀ ਨਹੀਂ ਹੈ ਕਿ ਵਲੀ ਜਿਹੜਾ ਨਾ ਅਗਰ ਕੋਈ ਆਪਣੇ ਆਪ ਨੂੰ ਕਹੇ ਮੈਂ ਵਲੀ ਹਾਂ ਲੋਕ ਜਿਹੜੇ ਨੇ ਉਹਨਾਂ ਦੀ ਤਰਫ ਮਾਇਲ ਹੋਏ ਨੇ ਔਰ ਜਿਸ ਵਕਤ ਉਹ ਇਸ ਦੁਨੀਆਂ ਤੋਂ ਰੁਖਸਤ ਹੋਏ ਨੇ ਲੋਕਾਂ ਨੇ ਉਹਨਾਂ ਦੇ ਜਾਣ ਤੋਂ ਬਾਅਦ ਉਹਨਾਂ ਦੀਆਂ ਕਬਰਾਂ ਤੇ ਜੋ ਕੁਛ ਵੀ ਆਪਣਾ ਜਿਹੜਾ ਲੋਕ ਕਰਦੇ ਨੇ ਸ਼ਿਰਕ ਵਗੈਰਾ ਉਹ ਕੀਤਾ ਹੋਵੇ ਉਹਦੀ ਵਜ੍ਹਾ ਨਾਲ ਵੀ ਉਹਨਾਂ ਤੇ ਸਵਾਲ ਕੀਤਾ ਜਾਏ ਉਹਨਾਂ ਦਾ ਕੀ ਕਸੂਰ ਹੈ ਉਹਨਾਂ ਦਾ ਕਸੂਰ ਨਹੀਂ ਲੇਕਿਨ ਸਵਾਲ ਕੀਤਾ ਜਾਏ ਤਾਂ ਲੋਕਾਂ ਨੇ ਕੀਤਾ ਇਹਨਾਂ ਲੋਕਾਂ ਨੂੰ ਇਸ ਗੱਲ ਨੂੰ ਤਬਲੀਗ ਕਰਦੇ ਰਹੇ ਉਹ ਮਨਾ ਕਿਉਂ ਨਹੀਂ ਕੀਤਾ ਕਿ ਮੇਰੇ ਮਰਨ ਤੋਂ ਬਾਅਦ ਤੁਸੀਂ ਇੰਝ ਨਹੀਂ ਕਰਨਾ ਜਿਵੇਂ ਹਜ਼ੂਰ ਸੱਲੱਲਾਹੁ ਅਲੈਹਿ ਵਸੱਲਮ ਨੇ ਦੁਆ ਕੀਤੀ ਐ ਅੱਲਾ ਮੇਰੀ ਕਬਰ ਨੂੰ ਸਜਦਾ ਗਾਹ ਨਾ ਬਣਾਉਣਾ ਜਿਸ ਤਰ੍ਹਾਂ ਕਿ ਅੱਜ ਤੋਂ ਪਹਿਲੇ ਅੰਬੀਆ ਦੀਆਂ ਕਬਰਾਂ ਨੂੰ ਲੋਕ ਸਜਦੇ ਕਰਨ ਲੱਗ ਪਏ ਔਰ ਇਹੋ ਹੀ ਵਜ੍ਹਾ ਹੈ ਕਿ ਹਜ਼ੂਰ ਸੱਲੱਲਾਹੁ ਅਲੈਹਿ ਵਸੱਲਮ ਦੀ ਕਬਰ ਦੇ ਉੱਤੇ ਸਜਦਾ ਨਹੀਂ ਜਾਇਆ ਸੀ ਕੋਈ ਆਦਮੀ ਨਹੀਂ ਜਾਂਦਾ ਹੈ ਝੁਕਣ ਲੱਗੇ ਕੋੜਾ ਰੱਖਿਆ ਉਹਨਾਂ ਪਿੱਛੋਂ ਮਾਰਦੇ ਨਹੀਂ ਕਰਨ ਦਿੰਦੇ ਨਹੀਂ ਸਾਡਾ ਅਕੀਦਾ ਹੈ ਕਿ ਝੁਕਣਾ ਜਾਇਜ਼ ਹੈ ਸਜਦਾ ਜਾਇਜ਼ ਨਹੀਂ ਹੈ ਸਾਡਾ ਇਹ ਵੀ ਅਕੀਦਾ ਹੈ ਕਿ ਸਿਰ ਟੇਕਣਾ ਜਾਇਜ਼ ਹੈ ਲੇਕਿਨ ਸਜਦਾ ਜਾਇਜ਼ ਨਹੀਂ ਸਜਦਾ ਕਿਹਨੂੰ ਸਮਝਦੇ ਸਜਦਾ ਜਿਹੜਾ ਅੱਲਾਹ ਵਾਸਤੇ ਹੁੰਦਾ ਸੁਭਾਨ ਅੱਲਾਹ ਪੜ੍ਹਦੇ ਨੇ ਸਜਦੇ ਦੀ ਹਾਲਤ ਹੁੰਦੀ ਹੈ ਉਸ ਅਗਰ ਵੈਸੇ ਸਿਰ ਟੇਕ ਦਿੱਤਾ ਤੁਸੀਂ ਉਹ ਸਜਦਾ ਨਹੀਂ ਹਜ਼ੂਰ ਸੱਲੱਲਾਹੁ ਅਲੈਹਿ ਵਸੱਲਮ ਦੀ ਸ਼ਰੀਅਤ ਦੇ ਵਿੱਚ ਜਿਹੜਾ ਉਹ ਤਾਜ਼ੀਮੀ ਸਜਦਾ ਜਿਹਨੂੰ ਅਸੀਂ ਕਹਿੰਦੇ ਹਾਂ ਨਾ ਕਿ ਉਂਝ ਅਸੀਂ ਸਜਦੇ 'ਚ ਗਿਰਦੇ ਹਾਂ ਉਹ ਵੀ ਜਾਇਜ਼ ਨਹੀਂ ਹੈ ਕਿਉਂਕਿ ਇਸੇ ਕਰਕੇ ਜਦੋਂ ਕਿ ਕੁਛ ਲੋਕ ਇਹ ਤਾਂ ਮਜਦ ਸਾਹਿਬ ਨੇ ਕਿਹਾ ਸੀ ਤਾਜ਼ੀਮੀ ਸਜਦਾ ਜਾਇਜ਼ ਹੈ ਆਲਾ ਹਜ਼ਰਤ ਨੇ ਕਿਹਾ ਨਾਜਾਇਜ਼ ਹੈ ਕੋਈ ਕੋਈ ਜਿਹੜਾ ਨਾ ਆਪਣਾ ਸਜਦਾ ਜਿਹੜਾ ਹਜ਼ੂਰ ਸੱਲੱਲਾਹੁ ਅਲੈਹਿ ਵਸੱਲਮ ਦੀ ਸ਼ਰੀਅਤ ਦੇ ਵਿੱਚ ਕੋਈ ਸੁਹਾਬੀ ਨਬੀ ਨੂੰ ਸਜਦਾ ਨਹੀਂ ਕਰ ਸਕਦਾ ਨਹੀਂ ਸਜਦੇ ਤਾਂ ਅਸੀਂ ਖੁਦ ਕਹਿੰਦੇ ਹਾਂ ਲੇਕਿਨ ਝੁਕਣੇ ਨੂੰ ਸਿਰ ਟੇਕਣੇ ਨੂੰ ਅਸੀਂ ਕਹਿੰਦਾ ਇਹ ਜਾਇਜ਼ ਸੀ ਸਿਰ ਟੇਕਣ ਉਹੀ ਤਾਂ ਸਜਦੇ 'ਚ ਆਉਂਦਾ ਹੁਣ ਐਂ ਬੈਠਿਆ ਤਾਂ ਸਿਰ ਟੇਕ ਦਿੱਤਾ ਇੱਦਾਂ ਉੱਤੇ ਇਹ ਸਜਦਾ ਨਹੀਂ ਹੈ ਨਾ ਇਹ ਆਜੀ ਹੈ ਸਜਦੇ ਦੇ ਮੈਂ ਨੇ ਝੁਕਣਾ ਜਦੋਂ ਉਹਦੇ ਇਤਰਾਮ 'ਚ ਝੁਕੋਗੇ ਨਾ
ਉਸ ਵਕਤ ਅੱਲਾਹ ਦੀ ਕਿਉਂਕਿ ਅੱਲਾਹ ਪਾਕ ਨੇ ਜੋ ਸਿਹਰ ਹੈ ਨਾ ਇਹ ਸਿਰਫ ਦਿੱਤਾ ਹੈ ਤੁਸੀਂ ਦੇਖੋ ਇੱਕ ਬਜ਼ੁਰਗ ਨੇ ਅਤਾਉਲਾ ਸ਼ਾਹ ਬੁਖਾਰੀ ਰਹਿਮਤੁਲਾ ਲੈ ਬਹੁਤ ਅੱਛਾ ਯਾਨੀ ਕੁਰਾਨ ਲੋਕ ਸੁਣਦੇ ਸਨ ਉਹਦਾ ਹਿੰਦੂ ਸਿੱਖ ਸਾਰੇ ਬੈਕ ਸੁਣਦੇ ਸਨ ਆਪ ਨੇ ਇੱਕ ਦਫ਼ਾ ਤਕਰੀਰ ਦੇ ਵਿੱਚ ਫਰਮਾਇਆ ਹਜ਼ੂਰ ਸੱਲਲਾਹੁ ਅਲੈਹਿ ਵਸੱਲਮ ਦੀ ਸੂਰਤ ਬਿਆਨ ਕੀਤੀ ਜ਼ੁਲਫਾਂ ਦੀ ਤਾਰੀਫ ਕੀਤੀ ਚਿਹਰੇ ਦੀ ਤਾਰੀਫ ਕੀਤੀ ਔਰ ਇੱਥੋਂ ਤੱਕ ਆ ਗਿਆ ਆਪ ਨੇ ਫਰਮਾਇਆ ਕਿ ਕਿਉਂ ਨਾ ਅਤਾਉਲਾ ਉਹਨੂੰ ਹੀ ਰੱਬ ਸਮਝ ਲਿਆ ਜਿਹੜਾ ਐਡਾ ਸੋਹਣਾ ਅਤੇ ਲੋਕਾਂ ਨੇ ਇੱਕਦਮ ਜਿਹੜਾ ਨਾ ਚੌਂਕ ਕੇ ਦੇਖਿਆ ਉਹਨਾਂ ਕਿਹਾ ਕਿ ਐਡਾ ਆਦਮੀ ਸਾਰੀ ਜ਼ਿੰਦਗੀ ਤਬਲੀਗ ਕਰਦਾ ਰਿਹਾ ਔਰ ਹਜ਼ੂਰ ਸੱਲਲਾਹੁ ਅਲੈਹਿ ਵਸੱਲਮ ਨੂੰ ਰੱਬ ਕਹਿ ਰਿਹਾ ਅਤੇ ਆ ਲੋਕ ਚੌਂਕੇ ਨੇ ਕਿਉਂਕਿ ਆਪ ਇੱਕ ਬਜ਼ੁਰਗ ਸਨ ਸਮਝਦੇ ਸਨ ਆਪ ਨੂੰ ਉਸੇ ਵਕਤ ਕਿਹਾ ਉਹਨਾਂ ਫਰਮਾਇਆ ਕਿ ਜਿਸ ਵਕਤ ਮੈਂ ਉਹਨਾਂ ਦੀ ਸੂਰਤ ਨੂੰ ਦੇਖਣਾ ਤਾਂ ਉਹਨਾਂ ਤੋਂ ਖੂਬਸੂਰਤ ਔਰ ਸੋਹਣਾ ਉਹਨਾਂ ਦਾ ਮਿਸਲ ਹੀ ਕੋਈ ਨਹੀਂ ਲੇਕਿਨ ਜਿਸ ਵਕਤ ਮੈਂ ਉਹਨਾਂ ਦੀ ਸੀਰਤ ਨੂੰ ਦੇਖਣਾ ਕਿ ਉਹੀ ਪਛਾਣੀ ਜਿਹੜੀ ਕਿ ਅਰਬ ਦੇ ਤਪਦੀ ਰੇਤ ਦੇ ਉੱਤੇ ਚੁੱਕ ਕੇ ਕਹਿ ਰਹੀ ਹੈ ਸੁਭਾਨ ਰੱਬੀ ਆਲਾ ਆਲਾ ਸੁਭਾਨ ਐ ਤਾਉਲਾ ਰੱਬ ਉਹੀ ਹੈ ਜਿਹਨੂੰ ਨਬੀ ਰੱਬ ਕਹਿ ਯਾਨੀ ਅਗਰ ਸੂਰਤ ਦੀ ਤਰਫ ਜਾਈਏ ਤੇ ਉਹਨਾਂ ਵਰਗਾ ਹੈ ਹੀ ਕੋਈ ਨਹੀਂ ਹਜ਼ੂਰ ਸੱਲਲਾਹੁ ਅਲੈਹਿ ਵਸੱਲਮ ਦੀ ਮਿਸਲ ਹੀ ਨਹੀਂ ਅੱਲਾਹ ਨੇ ਥੋੜੇ ਥੋੜੇ ਅਕੀਦੇ ਨੇ ਜਿਹੜੇ ਮੁਖਤਲਫ ਨੇ ਜਿਹਨਾਂ 72 ਫਿਰਕੇ ਬਣਾਏ ਨੇ ਇਹਨਾਂ ਨਾਲ ਮਤਲਬ ਕਾਫਰ ਕਾਫਰ ਬੰਦਾ ਨਹੀਂ ਗੁਰੂ ਸੁਣਨੇ ਨੇ ਕਰਤਾ ਹਦੀਸ ਚ ਆਉਂਦਾ ਜਿਸ ਫਰਮਾਇਆ ਨਹੀਂ ਬੈਸ ਨਹੀਂ ਗੁਰੂ ਸੁਣਨੇ ਨੇ ਸੱਚਾ ਫਰਮਾਇਆ ਹਜ਼ੂਰ ਸੱਲਲਾਹੁ ਅਲੈਹਿ ਵਸੱਲਮ ਫਰਮਾਇਆ ਬਾਤ ਆਪਣੀ ਖਤਮ ਕਰ ਕੋਈ ਆਦਮੀ ਜਿਹੜਾ ਅਗਰ ਮੇਰੀ ਸ਼ਰੀਅਤ ਚ ਸਜਦਾ ਜਾਇਜ਼ ਹੁੰਦਾ ਤੇ ਮੈਂ ਔਰਤ ਨੂੰ ਹੁਕਮ ਦਿੰਦਾ ਕਿ ਮੈਂ ਕਾਫਰ ਨੂੰ ਸਜਦਾ ਸ਼ਰੀਅਤ ਚ ਤਜ਼ੀਮੀ ਸਜਦਾ ਵੀ ਨਹੀਂ ਜਾਇਜ਼ ਔਰ ਹੁਣ ਆ ਕੇ ਇਹ ਮਜ਼ਾਰਾਂ ਤੇ ਲਿਖਿਆ ਗਿਆ ਆਪਣਾ ਅਲੀ ਹਜਵੇਰੀ ਰਹਿਮਤੁਲਾ ਲਾਇਆ ਦੇ ਦੂਸਰੇ ਮਜ਼ਾਰਾਂ ਤੇ ਕਿ ਜਹਾਂ ਪਰ ਤਜ਼ੀਮੀ ਸਜਦਾ ਕਰਨਾ ਵੀ ਮਨਾ ਹੈ ਜਦੋਂ ਇਸ ਗੱਲ ਦਾ ਕਿਉਂਕਿ ਸਭ ਤੋਂ ਜ਼ਿਆਦਾ ਸ਼ਿਰਕ ਜਿਹੜਾ ਉਹ ਇੱਥੋਂ ਹੀ ਫੈਲਦਾ ਕਿ ਇਨਸਾਨ ਜਿਹੜਾ ਉਹ ਇਹ ਅੱਲਾਹ ਨੇ ਇਨਸਾਨ ਨੂੰ ਇਹ ਸਾਰੇ ਇਸ ਕਰਕੇ ਨਹੀਂ ਦਿੱਤਾ ਕਿ ਹਰ ਜਗ੍ਹਾ ਚੁੱਕਦਾ ਫਿਰ ਨਹੀਂ ਖੈਰ ਯਾਰ ਇਹਨਾਂ ਦਾ ਅਕੀਦਾ ਆਪਣੇ ਅਕੀਦੇ ਨਾਲ ਸਹੀ ਨੇ ਜਿਹੜਾ ਸਾਡਾ ਅਕੀਦਾ ਉਹ ਮੈਂ ਉੱਥੇ ਹੈਦਰਾਬਾਦ ਬੱਖਰ ਗਿਆ ਅਤੇ ਕੁਛ ਲੋਕ ਆ ਗਏ ਬਈ ਇਹ ਕਹਿੰਦੇ ਨੇ ਕਿ ਯਾ ਰਸੂਲਲਾ ਇਹ ਕਹਿੰਦੇ ਨੇ ਯਾ ਰਸੂਲਲਾ ਨਹੀਂ ਕਹਿਣਾ ਚਾਹੀਦਾ ਤੂੰ ਕੀ ਕਹਿੰਦਾ ਮੈਂ ਕਿਹਾ ਇਹ ਵੀ ਸਹੀ ਕਹਿੰਦੇ ਨੇ ਅਤੇ ਇਹ ਵੀ ਸਹੀ ਕਹਿੰਦੇ ਨੇ ਕਿ ਇਹ ਕਿਸ ਤਰ੍ਹਾਂ ਇਹ ਬਹੁਤ ਪੁਕਾਰਦੇ ਨੇ ਯਾ ਰਸੂਲਲਾ ਯਾ ਰਸੂਲਲਾ ਕੋਈ ਵੀ ਨਹੀਂ ਆਇਆ ਇਹਨਾਂ ਕਿਹਾ ਹੈ ਹੀ ਕੋਈ ਨਹੀਂ ਫਿਰ ਉਹ ਇਹਨਾਂ ਜਿਸ ਵੇਲੇ ਯਾ ਰਸੂਲਲਾ ਕੇ ਤੋਂ ਪਹੁੰਚ ਗਿਆ ਤਾਂ ਇਹ ਕਹਿੰਦੇ ਨੇ ਹੈ ਨਹੀਂ ਆਪਣੀ ਜਗ੍ਹਾ ਉਹ ਵੀ ਸੱਚੇ ਤਾਂ ਆਪਣੀ ਜਗ੍ਹਾ ਇਹ ਵੀ ਸੱਚਾ ਜਿਸ ਸਜਦੇ ਨੂੰ ਇਹ ਕਹਿੰਦੇ ਨੇ ਉਸ ਸਜਦੇ ਨੂੰ ਅਸੀਂ ਵੀ ਸ਼ਿਰਕ ਸਮਝਦੇ ਹਾਂ ਲੇਕਿਨ ਸਿਰ ਨੂੰ ਟੇਕ ਦੇਣਾ ਕਿਸੇ ਅੱਗੇ ਅਸੀਂ ਉਸਨੂੰ ਸਜਦਾ ਨਹੀਂ ਸਮਝਦੇ ਕਿਸੇ ਅੱਗੇ ਝੁੱਕ ਜਾਵਾਂ ਨਬੀ ਵਲੀ ਅੱਗੇ ਝੁੱਕ ਜਾਵਾਂ ਇਹ ਅੱਲਾਹ ਦੀ ਖਾਤਰ ਚੁਕਾਉਣਾ ਹੈ ਇਸ ਨੂੰ ਅਸੀਂ ਸਿਰਕ ਨਹੀਂ ਸਮਝਦੇ ਕਿਉਂਕਿ ਅਸੀਂ ਖੁਦ ਅਸੀਂ ਵੀ ਆਪਣੇ ਸਿਰ ਚੁਕਾਏ ਨੇ ਵਲੀਆਂ ਆ ਕੇ ਚੁੱਕਣਾ ਵੀ ਗਲਤ ਹੈ ਅਸੀਂ ਕਹਿੰਦੇ ਉਹਨੇ ਕਦਮਾਂ ਨੂੰ ਬੋਸਾ ਦੇਣਾ ਵੀ ਸਹੀ ਹੈ ਬੇਸ਼ੱਕ ਮੇਰੀ ਕਬਰ ਨੂੰ ਬੁਤਖਾਨਾ ਨਹੀਂ ਬਣਾਉਣਾ ਸਜਦਾ ਗਾਹ ਨਹੀਂ ਬਣਾਉਣਾ ਮੈਂ ਅਲਫਾਜ਼ ਤੁਹਾਨੂੰ ਦੱਸ ਦਿੰਦਾ ਅੱਲਾਹੁਮਾ ਕਬਰੀ ਇਸ ਤਰ੍ਹਾਂ ਦੇ ਅਲਫਾਜ਼ ਨੇ ਫਰਮਾਇਆ ਕਿ ਸਜਦਾ ਗਾਹ ਨਾ ਬਣਾਉਣਾ ਉੱਥੇ ਜੇ ਅਗਰ ਕਿਸੇ ਨੇ ਸਜਦਾ ਕਰਨਾ ਸੀ ਜਾ ਕੇ ਨਬੀ ਦੀ ਕਬਰ 'ਤੇ ਅਤੇ ਸੁਭਾਨ ਨਬੀ ਆਲਾ ਆਲਾ ਨਹੀਂ ਸੀ ਪੜ੍ਹਨਾ ਬਲਕਿ ਇਹਤਰਾਮਨ ਸਜਦਾ ਕਰਨਾ ਬਹਰਹਾਲ ਇਸ ਮਸਲੇ ਪਰ ਬਹਿਸ ਚੱਲ ਹੀ ਨਹੀਂ ਰਹੀ ਹੈ ਬਹਿਸ ਰੂਹਾਨੀ ਤੌਰ 'ਤੇ ਚੱਲ ਰਹੀ ਹੈ ਉਸ ਵੀ ਗੱਲ ਕਰੋ ਇਹ ਉਹਦੀ ਬਹਿਸ ਖਤਮ ਹੋਣੀ ਹੀ ਨਹੀਂ ਕਿਤਨੇ ਸਾਲ ਹੋ ਗਏ ਬਹਿਸ ਲੱਗੀ ਚੱਲ ਰਹੀ ਦੂਸਰਾ ਫਿਰ ਅੱਲਾਹ ਖੁਦ ਫਰਮਾ ਰਿਹਾ ਕੁਰਾਨ 'ਚ ਆ ਰਿਹਾ ਕਿ ਸਭ ਤੋਂ ਜਿਹੜੇ ਜੰਤੀ ਔਰ ਦੋਸਤੀ ਹੋਣਗੇ ਨਾ ਜੰਤੀਆਂ ਨੂੰ ਦੋਸਤੀਆਂ ਦਾ ਹਵਾਲ ਦਿਖਾਇਆ ਜਾਏਗਾ ਬਾਰੀ ਖੋਲ੍ਹੀ ਜਾਏਗੀ ਔਰ ਜਿਹੜੇ ਪਛਾਣਨਗੇ ਉਹ ਕਹਿਣਗੇ ਮੇਰਾ ਫਲਾਣਾ ਰਿਸ਼ਤੇਦਾਰ ਹੈ ਜਲ ਰਹੇ ਨੇ ਉਸ ਵਕਤ ਉਹ ਜੰਤੀ ਜਿਹੜੇ ਨੇ ਸਵਾਲ ਕਰਨਗੇ ਦੋਸਤੀਆਂ 'ਤੇ ਕਿ ਆਇਆ ਤੁਹਾਨੂੰ ਕਿਹੜੀ ਚੀਜ਼ ਨੇ ਕਿਹੜੀ
ਵਜ੍ਹਾ ਤੋਂ ਤੁਸੀਂ ਅੱਜ ਇਸ ਅਜ਼ਾਬ 'ਚ ਮੁਬਤਲਾ ਅਤੇ ਯਕ ਜ਼ਬਾਨ ਹੋ ਕਰ ਜਿਹੜੇ ਦੋਸਤ ਕਿ ਅਸੀਂ ਨਮਾਜ਼ ਨਹੀਂ ਸਾਂ ਪੜ੍ਹਦੇ ਅਸੀਂ ਨਮਾਜ਼ ਨਹੀਂ ਸਾਂ ਪੜ੍ਹਦੇ ਇਸ ਵਜ੍ਹਾ ਤੋਂ ਪਹਿਲੀ ਸਾਨੂੰ ਇਹ ਪਕੜ ਹੋਈ ਹੈ ਦੂਸਰੇ ਗੁਨਾਹ 'ਤੇ ਲੈਂਦਾ ਨੇ ਸਿਰਫ ਨਮਾਜ਼ ਨਾ ਪੜ੍ਹਨ ਦੀ ਵਜ੍ਹਾ ਨਾਲ ਅਸੀਂ ਜਿਹੜਾ ਨਾ ਦੋਜ਼ਖ ਦੇ ਵਿੱਚ ਨਮਾਜ਼ ਤੋਂ ਇਲਾਵਾ ਹੋਰ ਸਾਰੇ ਕੰਮ ਬਣਾ ਦੇ ਨਹੀਂ ਜਦੋਂ ਨਮਾਜ਼ ਇਨਸਾਨ ਪੜ੍ਹੇਗਾ ਇਨ ਸਲਾਤ ਤਨਹਾ ਨਾਲ ਫਸ਼ਾਇ ਵੱਲ ਮੁਨਕਰ ਬੇਸ਼ੱਕ ਨਮਾਜ਼ ਜਿਹੜੀ ਬੇਹਯਾਈ ਔਰ ਬੁਰਾਈ ਤੋਂ ਬਚਾਉਂਦੀ ਹੈ ਉਹ ਕਿਹੜੀ ਨਮਾਜ਼ ਹੈ ਉਹ ਨਮਾਜ਼ ਹਕੀਕਤ ਹੈ ਜਿਹੜੀ ਹਜ਼ੂਰ ਉਹ ਦਿਲ ਦੇ ਨਾਲ ਹੈ ਦਿਲ ਦੇ ਨਾਲ ਹਦੀਸ ਵੀ ਲਿਖਿਆ ਹੈ ਕਿ ਸਭ ਤੋਂ ਪਹਿਲੇ ਯੋਮ ਮੈਸ਼ਰ ਨਮਾਜ਼ ਦਾ ਪੁੱਛਿਆ ਜਾਏਗਾ ਅੱਗੇ ਨਾਲ ਹੀ ਹਦੀਸ ਲਿਖੀ ਹੈ ਲਾ ਸਲਾਤ ਅਲਾ ਬਿਜ਼ੁਰ ਦਿਲ ਕੀ ਹਾਜ਼ਰੀ ਕੋ ਨਮਾਜ਼ ਹੀ ਨਹੀਂ ਹੁੰਦੀ ਉਸ ਨਮਾਜ਼ ਦਾ ਪੁੱਛਿਆ ਜਾ ਸਕਦਾ ਜਿਸ ਨਾਲ ਦਿਲ ਹੀ ਸੀ ਤਸ਼ਰੀਫ ਲੈ ਕੇ ਆਏ ਨੇ ਆਖਰੀ ਵਕਤ ਤੇ ਨਮਾਜ਼ ਵੀ ਛੱਡੀ ਔਰ ਜਦੋਂ ਹਜ਼ਰਤ ਸਦੀਕਾ ਰਜ਼ੀ ਅੱਲਾਹ ਤਾਲਾ ਫਰਮਾਉਂਦੀਆਂ ਨੇ ਜਿਸ ਵਕਤ ਹਜ਼ੂਰ ਸੱਲਾ ਵਾਲੀ ਸਾਹਿਬ ਰਸ਼ੀ ਦੀ ਹਾਲਤ 'ਚ ਸਨ ਔਰ ਜਿਸ ਵਕਤ ਹੋਸ਼ ਆਉਂਦੀ ਸੀ ਅਤੇ ਆਪ ਪੁੱਛਦਾ ਕਿਆ ਲੋਕਾਂ ਨੇ ਨਮਾਜ਼ ਅਦਾ ਕਰ ਲਈ ਇਤਨਾ ਨਮਾਜ਼ ਦਾ ਖਿਆਲ ਸੀ ਮਤਲਬ ਅਤੇ ਅਗਰ ਉਹ ਨਮਾਜ਼ ਫਰਜ਼ ਕੀਤਾ ਕਿ ਜਿਹੜੀ ਨਮਾਜ਼ ਸਾਡੇ 'ਤੇ ਫਰਜ਼ ਕੀਤੀ ਗਈ ਹੈ ਮੁਸਲਮਾਨਾਂ 'ਤੇ ਤਮਾਮ ਮੁਸਲਮਾਨ ਜਿਹੜੇ ਨੇ ਇਹੋ ਹੀ ਨਮਾਜ਼ ਪੜ੍ਹਦੇ ਨੇ ਨਾ ਜਿਹੜੀ ਇਹ ਦੂਸਰੀ ਉਹ ਅਲੈਦਾ ਬਾਤ ਹੈ ਕਿ ਅੱਗੋਂ ਨਮਾਜ਼ ਜਿਹੜੇ ਉਹਦੇ ਫਾਇਦਾ ਇਹਨਾਂ ਨਮਾਜ਼ ਬੇਹਯਾਈ ਔਰ ਬੁਰਾਈ ਤੋਂ ਬਚਾਉਂਦੀ ਹੈ ਇੱਕ ਆਦਮੀ ਉਹਦੇ ਤੋਂ ਬਾਅਦ ਨਹੀਂ ਆ ਰਿਹਾ ਜਾਂ ਉਹ ਆਪਣਾ ਜਿਹੜਾ ਅੱਛੇ ਤਰੀਕੇ ਨਾਲ ਖੁਸ਼ੂ ਖਜ਼ੂ ਦੇ ਨਾਲ ਨਮਾਜ਼ ਅਦਾ ਨਹੀਂ ਕਰ ਰਿਹਾ ਇਹ ਉਹਦਾ ਆਦਮੀ ਦੇ ਅਮਾਲ ਦਾ ਕਲਰ ਮਤਲਬ ਅਸੀਂ ਨਮਾਜ਼ ਮੁਨਕਰ ਨਹੀਂ ਹੈ ਨਮਾਜ਼ ਮੁਨਕਰ ਨੂੰ ਕਾਫਰ ਸਮਝਦੇ ਹਾਂ ਜਿਸ ਟਾਪਿਕ 'ਤੇ ਗੱਲ ਹੋ ਗਈ ਉਹ ਬੰਦ ਕਰਨਾ ਇਹ ਤਾਂ ਫਰੋਈ ਮਸਾਇਲ ਤੁਹਾਡੇ ਚੱਲ ਰਹੇ ਨੇ ਜਿਹੜੀ ਗੱਲ ਮੈਂ ਕੀਤੀ ਹੈ ਅਸੀਂ ਕੋਈ ਨਾ ਨਿਆ ਪੁਆਇੰਟ ਹੈ ਇਹ ਸਮਝਣ ਨਾਲ ਨਹੀਂ ਹੈ ਇਹ ਕਾਬਲੇ ਇਤਰਾਜ਼ ਉਸ ਦੀ ਗੱਲ ਨਹੀਂ ਬਾਤਨ ਦੀ ਗੱਲ ਜਿਹੜੀ ਤੁਸੀਂ ਕਰ ਰਹੇ ਹੋ ਨਾ ਕਿ ਜ਼ਾਹਰ ਜਿਹੜਾ ਉਹ ਜਦੋਂ ਜ਼ਾਹਰ ਹੋਏਗਾ ਅਤੇ ਫਿਰ ਬਾਤਨ ਦੀ ਤਰਫ ਆਦਮੀ ਚੱਲੇਗਾ ਨਾ ਕੁਛ ਲੋਕ ਨੇ ਪਹਿਲੇ ਜ਼ਹਿਰ ਆ ਜਾਂਦੇ ਫਿਰ ਬਾਤਨ ਵਿੱਚ ਜਾਂਦੇ ਹਨ ਕੁਛ ਪਹਿਲੇ ਬਾਤਨ ਵਿੱਚ ਜਾਂਦੇ ਫਿਰ ਜ਼ਹਿਰ ਵਿੱਚ ਜਾਂਦੇ ਕੁਛ ਇਕੱਠਾ ਚੱਲਦੇ ਕੁਝ ਜ਼ਹਿਰ ਬਾਦਲ ਇਕੱਠੇ ਚੱਲਦੇ ਹਨ ਜਦੋਂ ਸ਼ਾਹ ਸਾਹਿਬ ਨੇ ਇੱਕ ਚੀਜ਼ ਫਰਮਾਈ ਕਿ ਨਮਾਜ਼ ਦਾ ਮੁਨਕਰ ਕਾਫਰ ਹੈ ਗੱਲ ਖਤਮ ਹੋ ਗਈ ਜਿਹੜਾ ਬਾਕੀ ਜਿਹੜਾ ਚੀਜ਼ ਹੈ ਰੂਹਾਨੀ ਉਹਦੇ ਉੱਤੇ ਸਵਾਲ ਜਿਹੜਾ ਨਾ ਉਹ ਮੁਫੀਦ ਹੈ ਪੰਜ ਟਾਈਮ ਨਮਾਜ਼ ਪੜ੍ਹਨਾ ਨਮਾਜ਼ ਬੰਦੇ ਦਾ ਫਰਜ਼ ਹੈ ਨਾ ਪੜ੍ਹਨ ਵਾਲਾ ਬੰਦਾ ਔਰ ਉਸ ਮੰਨਣ ਵਾਲਾ ਵੀ ਜਿਹੜਾ ਉਹ ਵੀ ਨਹੀਂ ਸੀ ਬਈ ਨਮਾਜ਼ ਨਹੀਂ ਪੜ੍ਹਨੀ ਚਾਹੀਦੀ ਉਹ ਤਾਂ ਨਸ਼ਾ ਸਾਹਿਬ ਦਾ ਕੀਦਾ ਕੀਦਾ ਹੈ ਕੀਦਾ ਹੋਣਾ ਚਾਹੀਦਾ ਮੁਸਲਮਾਨ ਹੋਣ ਦੇ ਨਾਲ ਤੁਹਾਡੇ ਸ਼ਾਹ ਜੀ ਮਰੀਜ਼ ਨੂੰ ਨਮਾਜ਼ਾਂ ਪੜ੍ਹਦੇ ਬਹੁਤ ਪੜ੍ਹਦੇ ਹਨ ਬਹੁਤ ਨਹੀਂ ਪੜ੍ਹਦੇ ਬਹੁਤ ਐਸੇ ਜਿਹਨਾਂ ਮੈਂ ਖੁਦ ਮਨ ਕਰਦਾ ਨਾ ਪੜ੍ਹਾਂ ਕੀ ਵਜ੍ਹਾ ਉਹ ਸ਼ਰਾਬਾਂ ਪੀਂਦੇ ਮੈਂ ਕਹਿੰਦਾ ਸ਼ਰਾਬਾਂ ਛੋੜੋ ਨਮਾਜ਼ਾਂ ਪੜ੍ਹੋ ਉਹਨਾਂ ਕੋਲ ਸ਼ਰਾਬਾਂ ਛੁੱਟਦੀਆਂ ਨਹੀਂ ਅੱਲਾਹ ਵਿੱਚ ਲੱਗੇ ਨੇ ਉਹਨਾਂ ਵਿੱਚੋਂ ਫਿਰ ਸ਼ਰਾਬਾਂ ਛੁੱਟਦੀਆਂ ਜਾਂਦੇ ਨਮਾਜ਼ ਬਣਦੇ ਜਾਂਦੇ ਇਹ ਹੈ ਕਿ ਬਹੁਤ ਹਜ਼ੂਰ ਪਾਕ ਦੀ ਉਮਤੀ ਨੇ ਬਹੁਤ ਸੇ ਨਮਾਜ਼ਾਂ ਪੜ੍ਹਦੇ ਬਹੁਤ ਸੇ ਨਹੀਂ ਪਾਉਂਦੇ ਇਸ ਹਜ਼ੂਰ ਪਾਕ ਦਾ ਕਿ ਲੇਕਿਨ ਸਾਡਾ ਅਕੀਦਾ ਹੈ ਕਿ ਨਮਾਜ਼ ਅਮਲ ਕਾ ਕਾਫੀ ਹੈ ਕੋਸ਼ਿਸ਼ ਇਹ ਹੈ ਖਰਾਬੀ ਨਮਾਜ਼ ਨੂੰ ਸਾਡੇ ਕੋਲ ਆਉਂਦੀ ਵੀ ਜ਼ਿਆਦਾ ਹੋਈ ਨੇ ਸਾਡੇ ਨਮਾਜ਼ੀ ਤੱਕ ਘੱਟ ਹੀ ਆਉਂਦੇ ਜ਼ਿਆਦਾ ਗੁਨੇਗਾਰ ਲੋਕ ਆਉਂਦੇ ਨੇ ਫਿਰ ਉਹਨਾਂ ਨੂੰ ਅਸੀਂ ਪਹਿਲੇ ਦਿਲ ਸੁਧਾਰਨ ਦੀ ਕੋਸ਼ਿਸ਼ ਕਰਦੇ ਹਾਂ ਦਿਲ ਸੁਧਰ ਗਿਆ ਤਾਂ ਖੁਦ ਹੀ ਸੁਧਰ ਗਿਆ ਸਾਡਾ ਦਿਲ ਕਿਵੇਂ ਸੁਧਰ ਸਕਦਾ ਤੁਹਾਨੂੰ ਤਰੀਕਾ ਦੱਸਿਆ ਨਹੀਂ ਬੈਠਿਆ ਉਹ ਤਰੀਕਾ ਦੱਸਿਆ ਤੁਹਾਨੂੰ ਉਹ ਤਰੀਕਾ ਕਰੋ ਅਗਰ ਅੱਲਾਹ ਨੇ ਚਾਹੇ ਅੰਦਰ ਅੱਲਾਹ ਦਾ ਸ਼ੁਰੂ ਅਸੀਂ ਦਿਲ ਅੱਲਾਹ ਦਾ ਕਰਸੀ ਜਿਤਨਾ ਅੱਲਾਹ ਦਾ ਕਰਸੀ ਉਤਨਾ ਸੁਧਰਨਾ ਜਾ ਸੀ ਨਾ ਇਸ ਵਿੱਚ ਵੁਜ਼ੂ ਹੈ ਜਾਂ ਨਹੀਂ ਹੈ ਚੱਲਦੇ ਹਾਂ ਫਿਰਨੇ ਰਾਤੀ ਸੋਣਾ ਹਰ ਉੱਤੇ ਅੱਲਾਹ ਦਾ ਕਰ ਸਕਦੇ ਜਿਸ ਦਿਨ ਦਿਲ ਨੇ ਧੜਕਣ ਪੁਕਾਰਿਆ ਅੱਲਾਹ ਅੱਜ ਸਮਝ ਅੱਜ ਮੈਨੂੰ ਅੱਲਾਹ ਤਾਲਾ ਨੇ ਮਨਜ਼ੂਰ ਕਰ ਲਿਆ ਅਗਰ ਦਿਲ ਨੇ ਧੜਕਣ ਨਹੀਂ ਪੁਕਾਣੀ ਫਿਰ ਉਹ ਜ਼ਿਕਰ ਖਫੀ ਹੈ ਉਹ ਫਿਰ ਕੋਈ ਵੀ ਕਰ ਸਕਦਾ ਜ਼ਿਕਰ ਕਲਬੀ ਕੋਈ ਨਹੀਂ ਕਰ ਸਕਦਾ ਕੋਈ ਕਰ ਸਕਦਾ ਜਿਸਕੀ ਅੱਲਾਹ ਚਾਹ ਸਕਦਾ ਅਤੇ ਜਿਸਕੀ ਅੱਲਾਹ ਚਾਹ ਸੀ ਉਹ ਅੱਜ ਭਲੇ ਗੁਨੇਗਾਰ ਹੀ ਸੀ ਨਾ ਅੱਗੇ ਪਤਾ ਨਹੀਂ ਕੀ ਬਣਦਾ ਸੀ ਜਾ ਕੇ ਅੱਜ ਚੋਰ ਹੀ ਆ ਅੱਗੇ ਪਤਾ ਨਹੀਂ ਕਿਸੇ ਗੌਰ ਸਿੰਘ ਘਰ ਵੜ ਜਾ ਕੁਤੋਂ ਬਣ ਜਾ ਹਾਂ ਕੀ ਕਰਦੇ ਤੁਸੀਂ ਕੱਲ੍ਹ ਫਰਮਾ ਰਹੇ ਸਨ ਕਿ ਇਹਦੇ ਵਾਸਤੇ ਮੁਰਸ਼ਦ ਦਾ ਹੋਣਾ ਜ਼ਰੂਰੀ ਹੈ ਅਤੇ ਮੁਰਸ਼ਦ ਜਿਹਦਾ ਨਾ ਹੋਵੇ ਉਹ ਕੀ ਕਰੇ ਹੁਣ ਮੈਂ ਤੁਹਾਨੂੰ ਦੱਸਾਂ ਨਾ ਮੁਰਸ਼ਦ ਦਾ ਹੋਣਾ ਜ਼ਰੂਰੀ ਹੈ ਅਗਰ ਮੁਰਸ਼ਦ ਨਹੀਂ ਹੈ ਨਾ ਤਾਂ ਫਿਰ ਤੁਹਾਡਾ ਦਰਬਾਰ ਦੱਸਿਆ ਨਾ ਅਗਰ ਦਰਬਾਰ ਨਾਲ ਵੀ ਤਲਕ ਨਹੀਂ ਹੈ ਨਾ
ਹਜ਼ੂਰ ਪਾਕ ਨੂੰ ਦੱਸਿਆ ਨਾ ਉਹ ਕੋਈ ਨਾ ਕੋਈ ਤਾਂ ਬੰਦਾ ਤੁਸੀਂ ਸਾਹਮਣੇ ਕਰ ਸਕਦੇ ਨਾ ਅਗਰ ਕੋਈ ਵੀ ਨਹੀਂ ਆਇਆ ਨਾ ਤਾਂ ਮੈਨੂੰ ਤਾਂ ਆਉਣਾ ਪੈਸੇ ਨਾ ਜਿਹੜਾ ਤੁਹਾਨੂੰ ਦੱਸਿਆ ਸੁਭਾਨ ਅੱਲਾਹ ਹੁਣ ਤਾਂ ਮੈਨੂੰ ਦੇਖ ਨਹੀਂ ਰਿਹਾ ਨਾ ਤੁਸੀਂ ਇਸ ਹਾਲਤ ਦੇਖ ਰਹੇ ਫਿਰ ਮੇਰਾ ਬਾਤਲ ਤੁਸੀਂ ਦੇਖ ਸੁਣਾ ਤੁਹਾਡੇ ਗੱਲਾਂ ਕਰ ਸੀ ਤੁਹਾਡੇ ਜ਼ਿਕਰ ਚਲਾ ਸੀ ਤਰੀਕਾ ਦੱਸ ਸੀ ਸੁਭਾਨ ਅੱਲਾਹ ਸੁਭਾਨ ਅੱਲਾਹ ਮੈਂ ਤਾਂ ਮੈਂ ਬਾਕੀ ਦਾ ਨਹੀਂ ਪਤਾ ਸੁਭਾਨ ਅੱਲਾਹ ਨਹੀਂ ਇਹ ਵੀ ਅਗਰ ਮੰਨਿਆ ਤਾਂ ਇਹਨਾਂ ਕੁਛ ਤੱਕੇ ਤਾਂ ਮੰਨਿਆ ਮੈਨੂੰ ਰਿਸ਼ਤੇਦਾਰੀ ਕੋਈ ਨਾ ਮੈਂ ਪਾਕਿਸਤਾਨ ਮੈਂ ਇੰਗਲੈਂਡ ਹੁਣ ਤੁਸੀਂ ਵੀ ਜਿਸ ਅੰਦਰ ਕੁਛ ਤੱਕ ਸੋ ਨਾ ਤਾਂ ਤਾਂ ਹੀ ਮਨ ਸੋ ਨਾ ਅਤੇ ਅੱਲਾਹ ਤਾਲਾ ਇਹ ਤਾਕਤ ਦੇ ਕੇ ਭੇਜਿਆ ਜੇ ਤੁਸੀਂ ਮੁਸਲਮਾਨ ਕਲਮਾ ਤੋਂ ਪੜ੍ਹਨੇ ਹੋ ਤਾਂ ਅਸਾਂ ਉਹਨਾਂ ਕੀ ਜਗ੍ਹਾ ਜ਼ਿਕਰ ਦੇਣਾ ਜਿਹੜੇ ਕਲਮਾ ਵੀ ਨਹੀਂ ਜਾਣਨੇ ਉਹ ਜਿਹੜੇ ਕਿਸੇ ਮਜ਼ਹਬ ਵਿੱਚ ਨਹੀਂ ਤਾਂ ਉਹਨਾਂ ਨੂੰ ਦਿਲ ਅੱਲਾਹ ਲੱਗ ਕਰ ਰਹੇ ਨਾ ਪੁਆਇੰਟ ਸਿਰਫ ਇਹ ਹੈ ਕਿ ਦਿਲ ਅੱਲਾਹ ਲੱਗ ਰਿਹਾ ਇਸ ਤੋਂ ਵੱਡਾ ਅੱਲਾਹ ਹਾਂ ਜਿਸ ਨੇ ਦਿਲ ਅੱਲਾਹ ਲੱਗ ਕਰ ਜਾਏ ਇਸ ਦਾ ਮਤਲਬ ਅੱਲਾਹ ਦੀ ਮਰਜ਼ੀ ਨਾਲ ਹੋਇਆ ਹੁਣ ਅੱਲਾਹ ਹੀ ਕਾਫੀ ਹੈ ਬਸ ਹਾਂ ਫਿਰ ਅੱਗੇ ਤਰੱਕੀ ਕਰਨੀ ਹੈ ਤਾਂ ਫਿਰ ਮੁਰਸ਼ਦ ਲੋੜੋ ਪਰ ਅੱਲਾਹ ਹੀ ਕਾਫੀ ਬਾਕੀ ਚੀਜ਼ਾਂ ਰਾਣਾ ਸਾਹਿਬ ਇਤਨੀਆਂ ਅਹਿਮ ਨਹੀਂ ਹੈ ਸਭ ਤੋਂ ਅਹਿਮ ਚੀਜ਼ ਹੈ ਅੱਲਾਹ ਦਾ ਜ਼ਿਕਰ ਦਿਲ 'ਚ ਆਵੇ ਇਹਦੇ ਤੋਂ ਕੋਈ ਮੁਨਕਰ ਨਹੀਂ ਹੈ ਸਾਰੇ ਫਿਰਕੇ ਦੇ ਸਾਰੇ ਯਕਜਾ ਨੇ ਬਾਕੀ ਕੋਈ ਨਮਾਜ਼ ਪੜ੍ਹਦਾ ਜਾਂ ਨਹੀਂ ਪੜ੍ਹਦਾ ਉਹਦਾ ਆਪਣਾ ਦਾਤੀ ਪ੍ਰੋਬਲਮ ਹੈ ਅਬ ਇੱਕ ਗੱਲ ਹੈ ਇੱਕ ਆਦਮੀ ਨਮਾਜ਼ ਨਹੀਂ ਪੜ੍ਹਦਾ ਜ਼ਿਕਰ ਵੀ ਨਹੀਂ ਕਰਦਾ ਉਹ ਨੇਕੀ ਤੋਂ ਨਹੀਂ ਹੈ ਨਾ ਇੱਕ ਆਦਮੀ ਨਮਾਜ਼ ਪੜ੍ਹਦਾ ਜ਼ਿਕਰ ਵੀ ਕਰਦਾ ਡਬਲ ਨੇਕੀ ਹੈ ਨਾ ਇੱਕ ਆਦਮੀ ਨਮਾਜ਼ ਨਹੀਂ ਪੜ੍ਹਦਾ ਜ਼ਿਕਰ ਕਰਦਾ ਨਮਾਜ਼ ਨਹੀਂ ਪੜ੍ਹਿਆ ਉਹਨਾਂ ਲਿਖਿਆ ਗਿਆ ਨਾ ਲੇਕਿਨ ਜਦੋਂ ਜ਼ਿਕਰ ਕੀਤਾ ਉਹ ਤਾਂ ਸਵਾਬ ਹੀ ਲਿਖਿਆ ਗਿਆ ਨਾ ਅਤੇ ਯੋਮੇ ਮੈਸ਼ਰ ਅਤੇ ਮੈਜ਼ਾਨ ਉਸ ਦਾ ਕਿਉਂ ਜੀ ਬਿਲਕੁਲ ਉਸਦੇ ਸਵਾਬ ਹੋ ਜਾਸੀ ਨਾ ਇੱਕ ਨੇਕੀ ਨਾ ਕਰਨਾ ਕਿ ਦੂਜੀ ਨੇਕੀ ਨਹੀਂ ਕਰ ਰਿਹਾ ਇਹ ਤਾਂ ਕਰ ਇਹ ਇਹ ਲਾਜ਼ਮੀ ਨਮਾਜ਼ ਨਾ ਪੜ੍ਹੋ ਸੀ ਉਹ ਹੱਕ ਹੀ ਨਹੀਂ ਕੋਈ ਹੋਰ ਨੇਕੀ ਕਰਨ ਹੱਕ ਹੀ ਨਹੀਂ ਇੱਕ ਉਸਕੀ ਹੁਣ ਉਹ ਬੰਦਾ ਕਿਸੇ ਨੂੰ ਚਾਰ ਪੈਸੇ ਦਿੰਦਾ ਦਸ ਗੱਲਾਂ ਦੱਸਦਾ ਤੂੰ ਨਹੀਂ ਕਰ ਸਕਦਾ ਤੂੰ ਨਮਾਜ਼ ਤੂੰ ਨਮਾਜ਼ ਨਹੀਂ ਪੜ੍ਹਨਾ ਉਹਦੀ ਉਹ ਅਲੱਗ ਨੇਕੀ ਹੈ ਦੂਜੀ ਅਲੱਗ ਉਸਦੀ ਇਸ ਮਾਰੇ ਜੋ ਅੱਲਾਹ ਕਰ ਅਗਰ ਨਮਾਜ਼ ਨਹੀਂ ਪੜ੍ਹਨੀ ਨੂੰ ਤਲਕੀਨ ਕਰੋ ਪੜ੍ਹੋ ਅਗਰ ਨਹੀਂ ਪੜ੍ਹਨੀ ਤਾਂ ਵੀ ਖਫਾ ਨਾ ਹੋਣ ਉਹਨਾਂ ਤੇ ਉਹ ਇਹ ਦੂਸਰੀ ਨੇਕੀ ਤਾਂ ਹੋ ਹੀ ਰਹੀ ਹੈ ਨਾ ਕਿ ਅੱਬ ਅੱਲਾਹ ਤਾਲਾ ਇਸੇ ਸੋਭ ਨੂੰ ਨਮਾਜ਼ੀ ਬਣਾ ਦੇ ਇਸੇ ਸੋਭ ਬਖਸ਼ੀ ਜਾ ਤੋ ਨਮਾਜ਼ ਤੁਸੀਂ ਮਜਮੂਈ ਕਿੰਨਾ ਪੜ੍ਹਦੇ ਸੋ 24 ਘੰਟਾ 1 ਘੰਟਾ 2 ਘੰਟੇ ਮਜਮੂਈ ਇਹ ਅਗਰ ਚੱਲ ਪਿਆ ਤਾਂ 24 ਘੰਟੇ ਹੀ ਅੱਲਾਹ ਦਾ ਕੀ ਹੋਣੀ ਹੈ ਉਹ 24 ਘੰਟੇ ਦੇ ਬਸ ਉੱਥੇ ਬੈਠੇ ਹੀ ਬਹੁਤ ਸਾਡੀ ਨਜ਼ਰਾਂ ਵਿੱਚ ਹੈ ਸਿਰਾ ਸਿਰਫ ਨਮਾਜ਼ ਪੜ੍ਹਨਾ ਉਹ ਸਾਰੀ ਉਮਰ ਨਮਾਜ਼ ਪੜ੍ਹ ਸੀ ਨਮਾਜ਼ੀ ਕਹਿਲਾ ਸੀ ਕਦੇ ਵਲੀ ਨਹੀਂ ਬਣ ਸਕਦਾ ਅਤੇ ਜਿਹੜਾ ਸਿਰਫ ਜ਼ਿਕਰ ਕਰਨਾ ਨਮਾਜ਼ ਨਹੀਂ ਪੜ੍ਹਨਾ ਉਹ ਸਾਰੀ ਉਮਰ ਜ਼ਾਕਰ ਹੀ ਕਹਿਲਾ ਸੀ ਜ਼ਿਕਰ ਹੀ ਕਰਨਾ ਰਿਹਾ ਜੀ ਮਰਤਬਾ ਤਾਂ ਮਿਲ ਸੀ ਨਮਾਜ਼ ਵੀ ਪੜ੍ਹ ਸੀ ਤਾਂ ਜ਼ਿਕਰ ਸੁਭਾਨ ਦੋ ਚੀਜ਼ਾਂ ਮਿਲ ਸਨ ਤਾਂ ਵਲੈਤ ਸ਼ੁਰੂ ਸੀ ਅਗਰ ਦੋਵਾਂ ਠੀਕ ਨਹੀਂ ਕਮੀ ਹੈ ਜਾਂ ਜ਼ਾਕਰ ਹੈ ਨਮਾਜ਼ੀ ਬਸ ਉਹ ਫਿਰ ਦੋਵੇਂ ਲੜ ਨਹੀਂ ਦਾ ਸੁਣਨਾ ਉਹ ਆਕਸੀ ਮੈਂ ਨਮਾਜ਼ੀ ਹਾਂ ਆਕਸੀ ਮੈਂ ਜ਼ਾਕਰ ਬਸ ਅਗਰ ਹੋਲੀ ਬਣ ਜਾ ਸੀ ਲੜਾ ਨਹੀਂ ਲੱਗੇ ਨਾ ਤਾਂ ਫਿਰ ਦੂਸਰਾ ਗਰੀਬ ਪਰਸਨ ਨਾ ਇਹ ਦੋ ਪਰ ਨੇ ਇਹ ਦਿਲ ਔਰ ਜ਼ਬਾਨ ਅਗਰ ਇੱਕ ਨਵੀਂ ਖਾਮੀ ਤਰੱਕੀ ਨਹੀਂ ਕਰ ਸਕਦੀ ਲਓ ਫਿਰ ਜ਼ਿਕਰ ਲਓ ਫਿਰ ਕਿਸਮਤ ਆਜ਼ਮਾਓ ਮੇਰੇ ਪ੍ਰੈਕਟਿਸ ਇਹ ਕਰਿਆ ਨਾ ਜੇ ਥੋੜ੍ਹਾ ਜਿਹਾ ਅਕੀਦਾ ਹੈ ਅਕੀਦਾ ਜ਼ਰਾ ਮੁਸ਼ਕਿਲ ਹੋਣਾ ਨਾ ਜਦ ਮਿਲਣਾ ਫਿਰ ਅਕੀਦਾ ਹੋਣਾ ਨਾ ਅਗਰ ਪਹਿਲੇ ਪ੍ਰੈਕਟਿਸ ਕਰੋ ਕੋਈ ਮੁਰਸ਼ਿਦ ਨਹੀਂ ਹੈ ਤਾਂ ਸ਼ਾਰਟ ਮਾਰ ਕੋਈ ਨਾ ਰਾਤੀ ਸੌਣ ਲਵੋ ਨਾ ਅਤੇ ਤਸਵਰ ਲਓ ਨਾ ਮੇਰਾ ਸਾਹਮਣਾ ਅੱਲਾਹ ਮੇਰੇ ਦਿਲ ਪਰ ਅੱਲਾਹ ਲਿਖ ਅਗਰ ਇਸੀ ਅੱਲਾਹ ਲਿਖ ਛੁੜਿਆ ਫਿਰ ਤੁਸੀਂ ਵਾਸਤੇ ਇਹੀ ਬਿਹਤਰ ਪਹਿਲੇ ਤਜਰਬਾ ਕਰਿਆ ਨਾ ਅਗਰ ਇਸ ਤਰ੍ਹਾਂ ਨਾ ਹੋਇਆ ਤਾਂ ਫਿਰ ਬਾਕੀ ਔਰ ਇਨਸ਼ਾ ਅੱਲਾਹ ਉਸੀ ਮੈਂ ਸੁਭਾਨ ਅੱਲਾਹ ਔਰ ਹੋਣਾ ਪਿਆ ਨਾ ਬੇਸ਼ੱਕ ਦੋਸਤ ਪਰ ਅੱਲਾਹ ਅੱਖਾਂ ਅੱਲਾਹ 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 ਬਸ ਹੋਰ ਕਿਉਂ ਨਾ ਬਸ ਹੁਣ ਸ਼ਰੀਅਤ ਵਾਸਤੇ ਮਸੀਤੀ ਮੌਲਵੀ ਕੋਲ ਜਾਓ ਉਹ ਤਰੀਕਤ ਇਧਰੋਂ ਸਿੱਖੋ ਆਪਸ ਨੇ ਪੜ੍ਹੇ ਲੜਨ ਲੜਨ ਦਿਓ ਤੁਸੀਂ ਅੱਛੀ ਗੱਲ ਜਿਹੜੀ ਉਸਨੇ ਕੋਲ ਉਹ ਚਾਹ ਕੇ ਨੂੰ ਅੱਛੀ ਗੱਲ ਜਿਹੜੀ ਇਸਦੇ ਕੋਲ ਉਹ ਚਾਹ ਕੇ ਨੂੰ ਉਹ ਆਪਸ ਪੈ ਲੜਨ ਲੱਗੇ ਔਰ ਇਹ ਆਪਸ ਲੜਨੀ ਲੜਨੀ ਸ਼ੁਰੂ ਸੁਣੋ ਦਰਵੇਸ਼ ਔਰ ਮੌਲਵੀ ਇਹਨਾਂ ਟਕਰਾਓ ਟਿਕ ਜਾਣਾ ਬਹੁਤ ਪਾਕ ਤੱਕ ਲੜਦੇ ਰਹੇ ਬਹੁਤ ਪਾਕ ਉੱਪਰ 500 ਉਲਮਾ ਨੇ ਕੁਫਰ ਮੇਂ ਫਤਵੇ ਲਾ ਚੁੱਕੇ ਸਮਝੇ ਇਹ ਹਜ਼ਰਤ ਅਲੀ ਸੋ ਇੱਕ ਫਤਵਾ ਬਾਜ਼ੀ ਚੱਲਣੀ ਸ਼ੁਰੂ ਹੋਈ ਹੈ ਅੱਜ ਤੱਕ ਚੱਲ ਪਈ ਲੇਕਿਨ ਤੁਸੀਂ ਇਹਨਾਂ ਨੇ ਝਗੜੇ ਵੀ ਨਾ ਪਾਓ ਨਾ ਕੁਝ ਉਧਰ ਨੂੰ ਲਓ ਔਰ ਕੁਝ ਲਓ ਬਸ ਆਪਣਾ ਕੰਮ ਕਰੋ ਸਤੇ ਦੀਨ ਦਾ ਸਤੇ ਨੇਕੀ ਦਾ ਸਤੇ ਸੁਨੀਅਤ ਦਾ ਸੁਨੀਅਤ ਦਾ ਉਹ ਅਗਰ ਜਿਸ ਤਰੀਕੇ ਨਾਲ ਵੀ ਹੋਵੇ ਟਾਈਮ ਵੀ ਦੱਸ ਦੇਣਾ ਕਿਹੜੇ ਟਾਈਮ ਤੇ 24 ਘੰਟੇ ਕਿਹੜਾ ਟਾਈਮ ਸੁਣਦੇ ਧੜਕਣਾਂ ਕਿਹੜਾ ਤੋਂ ਜੋ ਨਾਲ ਵੀ ਤੇ ਹੈ
ਤਵਜੋ ਨਾਲ ਵੀ ਤਾਂ ਕੋਈ ਟਾਈਮ ਰਾਤ ਨੂੰ ਜਾਂ ਸਵੇਰ ਨਹੀਂ ਜੋਂ ਜੋਂ ਤਵਜੋ ਕਰਨੇ ਜਾ ਸਨ ਤਵਜੋ ਬਣਨੇ ਜਾ ਸੀ ਇੱਕ ਵਕਤ ਐਸਾ ਸੀ ਉਹ ਜਿਸ ਚੀਜ਼ਾਂ ਇਸ ਕੀ ਜਜ਼ਬ ਕਰ ਲਿਆ ਸੁਣ ਨਾ ਇਹ ਫਿਰ ਸੋਸਣ ਤੋਂ ਉਹ ਫਿਰ ਅੱਲਾਹ ਲੱਗਾ ਸੀ ਮਤਲਬ ਉਸ ਅੰਦਰ ਕੀ ਜਗਾਉਣਾ ਹੈ ਤੁਸੀਂ ਜਗਾਓਗੇ ਇਹਨਾਂ ਦੇ ਅੰਦਰ ਨੂੰ ਤਾਂ ਫੇਰ ਹੀ ਹੈ ਤੇ ਅੱਲਾਹ ਤੁਸੀਂ ਕਹਿੰਦੇ ਸੁਣੋ ਕਿ ਹੱਥ ਦੇ ਨਾਲ ਮਤਲਬ ਉਹਦੇ ਤੇ ਸੌਣ ਲੱਗਿਆ ਜਾਂ ਉਹ ਲਿਖਣਾ ਹੁੰਦਾ ਉਹ ਤੁਹਾਡੀ ਤਰਫੋਂ ਤਾਂ ਨਹੀਂ ਲਿਖਣਾ ਜ਼ਰੂਰੀ ਹੈ ਇਸ ਤਰ੍ਹਾਂ ਨਹੀਂ ਲਿਖਣਾ ਤੁਸੀਂ ਹੈ ਨਹੀਂ ਉਹ ਤਾਂ ਲਿਖਾਂਗੇ ਖਿਆਲ ਇਹ ਰਹਿਣਾ ਕਿ ਉਹ ਲਿਖ ਰਿਹਾ ਹੈ ਤੁਹਾਡਾ ਖਿਆਲ ਇਹ ਰੱਖਣਾ ਉਹ ਲਿਖ ਰਿਹਾ ਹੈ ਮੇਰੀ ਅੰਗਲੀ ਤਾਕਤ ਨਹੀਂ ਹੈ ਬਹੁਤ ਸੰਦੋਸ਼ ਨਹੀਂ ਅੰਗਲੀ ਤਾਕਤ ਹੋ ਤਾਂ ਲਿਖ ਜਾ ਉਹ ਲਿਖ ਜਾ ਸੁਭਾਨ ਅੱਲਾ ਬਾਕੀ ਦਿਨ ਵਿੱਚ ਹਰ ਵੇਲੇ ਖਿਆਲ ਹੀ ਰੱਖਣਾ ਕਿ ਮੈਂ ਹਰ ਵਕਤੀ ਅੱਲਾਹ ਕਰਨਾ ਰਹਾਂ ਪੰਜ ਸੱਤ ਦਿਨ ਖਿਆਲ ਕਰ ਸੁਣੋ ਤਾਂ ਖਿਆਲ ਪੱਕਾ ਹੋ ਜਾਸੀ ਪੱਕਾ ਕਿਸ ਤਰ੍ਹਾਂ ਤੁਸੀਂ 3 ਵਜੇ ਫਲੈਟ ਤੋਂ ਜਾਣਾ ਹੈ ਕੱਲ੍ਹ ਜਾਣਾ ਹੈ ਸਾਰਾ ਕੰਮ ਕਾਜ ਆ ਲੇਕਿਨ ਧਿਆਨ ਤੋਂ 3 ਵਜੇ ਫਲੈਟ ਨਿਕਲਣਾ ਚਾਹੀਦਾ ਸਾਰਾ ਕੰਮ ਕਰ ਲਓ ਲੇਕਿਨ ਧਿਆਨ ਇੱਧਰ ਹੋਵੇ ਨਾ ਕਿ ਅੱਲਾਹ ਦਾ ਬੰਦਨਾ ਹੋਇਆ ਨਾ ਥੋੜ੍ਹੇ ਦਿਨ ਧਿਆਨ ਕਰ ਸੁਣੋ ਫਿਰ ਧਿਆਨ ਪੱਕਾ ਜੇ ਧਿਆਨ ਅੰਦਰ ਵੜ ਜਾਸੀ ਨਾ ਫਿਰ ਤੁਸੀਂ ਅਗਰ ਸਿਨੇਮਾ ਵੀ ਤੱਕ ਸੁਣੋ ਤਾਂ ਦਿਲ ਆਪਣੇ ਅੱਲਾਹ ਦਾ ਕਰਨਾ ਖਿਆਲ ਉੱਧਰ ਸੀ ਤਾਂ ਦਿਲ ਆਪਣੇ ਇੱਧਰ ਸੀ ਤਾਂ ਫਿਰ 24 ਘੰਟੇ ਅੱਲਾਹ ਦਾ ਸੀ ਤਾਂ ਖੁਦ ਹੀ ਅੱਲਾਹ ਦੀ ਤਰਫੋਂ ਦਾਇਤ ਮਿਲਣਾ ਸ਼ੁਰੂ ਹੋ ਗਿਆ ਸੀ ਅੱਲਾਹ ਤਾਲਾ ਕਹਿਣਾ ਕਿ ਮੈਂ ਜਿਸਕੀ ਚਾਹ ਹਦਾਇਤ ਦਿਆਂ ਜਿਸਕੀ ਚਾਹ ਗੁਮਰਾਹ ਕਰਾਂ ਕਹਿਣਾ ਬੇਸ਼ੱਕ ਇੱਕ ਆਦਮੀ ਨਮਾਜ਼ ਪੜ੍ਹਨਾ ਕਹਿਣਾ ਮੈਂ ਹਦਾਇਤ ਵਿੱਚ ਚੱਲਾਂਗਾ ਅਸਾਂ ਨਮਾਜ਼ਾਂ 'ਚ ਹਦਾਇਤ ਨਹੀਂ ਹੈ ਅਗਰ ਨਮਾਜ਼ਾਂ 'ਚ ਹਦਾਇਤ ਹੋਇਆ ਤਾਂ ਸਾਰੇ ਨਮਾਜ਼ ਇੱਕੋ ਮਾਰਨਾ ਅਤੇ ਸਾਰਾ ਫਿਤਨਾ ਨਮਾਜ਼ੀਆਂ ਵਿੱਚ ਆਇਆ ਹੋਣਾ ਬਦਲ ਫਿਰ ਕੇ ਬਣਾ ਛੋੜਿਆ ਇਹਨਾਂ ਮੈਨ ਫਸਾਦ ਨਮਾਜ਼ੀਆਂ ਵਿੱਚ ਹੋਣਾ ਅਗਰ ਹਦਾਇਤ ਹੈ ਤਾਂ ਸਾਰੇ ਇੱਕੋ ਹੋਣਾ ਫਿਰ ਕਹਿੰਦੇ ਹਦਾਇਤ ਦਾੜੀਆਂ ਵਿੱਚ ਆਏ ਦਾੜੀ 'ਚ ਹਦਾਇਤ ਕੋਈ ਨਹੀਂ ਸਾਰਾ ਫਰਾਡ ਦਾੜੀ ਵਾਲਿਆਂ ਵਿੱਚ ਹੈ ਅਗਰ ਹਦਾਇਤ ਹੈ ਤਾਂ ਨਾ ਦਿਲਾਂ ਵਿੱਚ ਅਗਰ ਤੁਸੀਂ ਅੱਲਾਹ ਦਾ ਹੈ ਦੇਸੀ ਤਾਂ ਤੁਸੀਂ ਅੱਲਾਹ ਦਾ ਕਰਨਾ ਸ਼ੁਰੂ ਕਰ ਦੇ ਸੋ ਅਤੇ ਜਦੋਂ ਅੱਲਾਹ ਦਾ ਕਰਨਾ ਸ਼ੁਰੂ ਕਰ ਦੇ ਸੋ ਸਾਫ਼ ਹੋ ਸੋ ਤਾਂ ਅੱਲਾਹ ਸੀ ਨਾ ਫਿਰ ਇਹ ਦਿਲ ਫਿਰ ਬੈਤੁਲਲਾਹ ਇਹ ਦਿਲ ਅਰਸ਼ ਮਾਲਕ ਸੁਭਾਨ ਅੱਲਾਹ ਤਾਂ ਸਫਾਈ ਹੋ ਸੀ ਤੁਹਾਨੂੰ ਤਾਂ ਹੀ ਅੱਲਾਹ ਸੀ ਨਾ ਹੁਣ ਇੱਥੇ ਕਿਸੇ ਕੋਈ ਬਿਲਾਸ ਤੋਂ ਪਹਿਲੇ ਝਾੜੂ ਵਾੜੂ ਦੇ ਸੋ ਤਾਂ ਫਿਰ ਅੰਦਰ ਆ ਸੀ ਨੇ ਮਹਿਮਾਨ ਤਾਂ ਉਸਕੀ ਮੂੰਹ ਨਾਲ ਸਾਫ਼ ਕਰ ਸੋ ਫਿਰ ਉਸਨੇ ਕਨੈਕਸ਼ਨ ਰਸੀਵ ਬੇਸ਼ੱਕ ਬਾਕੀ ਸਾਰਾ ਇਹੀ ਹੈ ਜਦੋਂ ਤੁਸੀਂ ਮੈਨੂੰ ਬਿਆਨ ਕੀਤਾ ਅਸਾਂ ਦਰਬਾਰ ਵੀ ਮੰਨਣੇ ਵਾਲੇ ਹਾਂ ਵਲੀਆਂ ਨਵੀਆਂ ਦੇ ਚੁੱਕਣੇ ਵਾਲੇ ਹਾਂ ਸਾਰਾ ਕਿਹਦਾ ਹੈ ਕਿ ਬਾਦ ਬਾ ਮਰਾ ਬੇਅ ਚੁੱਕ ਕੇ ਅੱਲਾਹ ਨੇ ਖਾਤਰ ਅਸਾਂ ਚੁੱਕਣਾ ਪਿਆ ਜਾਨ ਵੀ ਦੇਣਾ ਪੁੱਛਾ ਸੁਭਾਨ ਅੱਲਾਹ ਉਹ ਸਿਰਫ ਇਹ ਕੁਛ ਅਕੀਦੇ ਵਾਲੇ ਲੋਕ ਨੇ ਉਹ ਕਹਿੰਦੇ ਅਸਾਂ ਨਬੀ ਜੇ ਹਾਂ ਅਸਾਂ ਵਲੀ ਨੂੰ ਕਿਆ ਮੰਨਦੇ ਹਾਂ ਅਸਾਂ ਜਦੋਂ ਆਪਣੇ ਆਪ ਨੂੰ ਨਬੀ ਜਿਹਾ ਸਮਝਦੇ ਹਾਂ ਤਾਂ ਵਲੀ ਸਾਡੇ ਕੇ ਕਿਆ ਚੀਜ਼ ਹੈ ਅਸਾਂ ਇਸ ਚੀਜ਼ ਨੂੰ ਇਹ ਵੀ ਅੱਲਾਹ ਨੇ ਦੋਸਤ ਨੇ ਉਹ ਵੀ ਅੱਲਾਹ ਨੇ ਦੋਸਤ ਇਹ ਵੀ ਅਗਰ ਦੋਸਤ ਹੋਏ ਤਾਂ ਨਵੀਆਂ ਨਜ਼ਰੀ ਹੋਏ ਅਤੇ ਜਿਹਨਾਂ ਲੋਕਾਂ ਅੱਲਾਹ ਨਾਲ ਦੀਦਾਰ ਕਰ ਦਿੱਤਾ ਉਹ ਅੱਲਾਹ ਨੇ ਖਾਸ ਹੋ ਗਏ ਜਦ ਅੱਲਾਹ ਆਮ ਗੁਨਾਹਗਾਰ ਵੀ ਬਖਸ਼ ਸਕਣਾ ਤਾਂ ਆਪਣੇ ਖਾਸ ਸਬਰ ਕਿਆ ਉਹ ਕਰਮ ਨਾ ਕਰ ਸਕਦਾ ਬਲਕਿ ਕੁਛ ਵਲੀ ਤਾਂ ਸਾਡੇ ਤੋਂ ਚਲੇ ਜਾਣੇ ਕਿ ਹਜ਼ਰਤ ਹਸਨ ਬਸਰੀ ਨੇ ਅਜਾਜ ਬਿਨ ਯੂਸਫ ਨੇ ਸਿਰਫ ਕਦਮ ਪਹੁੰਚੋ ਮੈਂ ਤਾਂ ਉਸੇ ਤੋਂ ਫਿਰ ਅੱਲਾਹ ਤਾਲਾ ਬਖਸ਼ੋ ਮੈਂ ਉੱਥੇ ਗਿਆ ਨਾਰੇ ਇੱਥੇ ਅਫਰੀਕਾ ਉਹ ਇੱਕ ਆਦਮੀ ਆ ਗਿਆ ਬਾਕੀ ਮੰਨੇ ਦਰਬਾਰ ਵਾਲੇ ਉਹ ਆਖਣ ਲੱਗਾ ਕਿ ਦਰਬਾਰ ਕੀ ਚੁੰਮਣੇ ਕਿਉਂ ਨੇ ਮੈਂ ਤੂੰ ਗਿਆ ਕਾਫੀ ਗਿਆ ਹਜ ਕਰਨੇ ਕੇ ਗਿਆ ਤੂੰ ਅਜਰੇ ਅਸਵਤ ਕੀ ਚੁੰਮਿਆ ਕੀ ਚੁੰਮਿਆ ਮੈਂ ਅਜਰੇ ਅਸਵਤ ਵਹਿਸ਼ਤ ਤੂੰ ਆਇਆ ਪੱਥਰ ਆਇਆ ਤੂੰ ਉਸ ਕੀ ਚੁੰਮਿਆ ਇਹ ਜਿਹੜੇ ਅੱਲਾਹ ਕੋਲ ਹੋ ਕਸ਼ਨ ਇਹਨਾਂ ਪਰ ਤੂੰ ਨਫੀ ਕਰੇ ਸੁਭਾਨ ਅੱਲਾਹ ਉਹਦੇ ਮੁਤਲਕ ਹਜ਼ੂਰ ਸੱਲਾ ਵਾਲੀ ਸਲਮ ਨੇ ਫਰਮਾਇਆ ਕਿ ਜਿਹੜਾ ਇਹਨੂੰ ਗੋਸਾ ਦੇ ਉਹਨੂੰ ਮੇਰੇ ਸੱਜਿਆ ਗੋਸਾ ਦੇ ਔਰ ਅੰਦਰ ਉਮਰ ਰਜ਼ੀ ਅੱਲਾਹ ਤਾਲਾ ਆਪਣੇ ਖਿਲਾਫਤ ਦੇ ਦੌਰ ਦੇ ਵਿੱਚ ਖੁਲਾ ਰਹੇ ਔਰ ਸਾਹਮਣੇ ਖੜੇ ਹੋ ਗਏ ਨੇ ਦੁਨੀਆਂ ਦੇਖ ਰਹੀ ਫਰਮਾਇਆ ਹਜ਼ਰੇ ਅਸਮਤ ਤੂੰ ਇੱਕ ਪੱਥਰ ਹੈ ਤੂੰ ਨਾ ਮੇਰਾ ਨਫਾ ਕਰ ਸਕਦਾ ਨਾ ਮੇਰਾ ਨੁਕਸਾਨ ਕਰ ਸਕਦਾ ਲੇਕਿਨ ਮੇਰੀ ਗਰਦਨ ਕਦੇ ਵੀ ਨਾ ਚੁੱਕਦੀ ਅਗਰ ਮੇਰੇ ਨਬੀ ਨੇ ਤੈਨੂੰ ਗੋਸਾ ਨਾ ਉਸ ਸਿਰਫ ਉਸ ਸੁਨਤ ਨੂੰ ਪੂਰਾ ਕਰਨ ਵਾਸਤੇ ਸੁਹਾਗਾ ਜਿਹੜਾ ਨਾ ਉਹਨੂੰ ਗੋਸਾ ਦੇ ਰਹੇ ਨੇ ਤੇ ਹੁਣ ਤੱਕ ਦੁਨੀਆਂ ਦੇ ਰਹੀ ਬੜਾ ਨਿਸਬਤ ਹੈ ਪੱਥਰ ਨੂੰ ਸਮਝ ਕੇ ਨਹੀਂ ਪੱਥਰ ਕੋਲੋਂ ਨਫਾ ਨੁਕਸਾਨ ਕੀ ਹੋ ਸਕਦਾ ਜਿਸ ਤਰ੍ਹਾਂ ਕੁਰਾਨ ਹੈ ਉਸ ਕੀ ਗੋਸਾ ਦੇ ਨਹੀਂ ਨਫਾ ਨੁਕਸਾਨ ਕਰ ਸਕਦਾ ਗੁਫਤਗੂ ਸੁਣ ਲੈਣਾ ਕੁਰਾਨ ਕੀ ਗੋਸਾ ਦੇ ਰਹੇ ਉਸ ਨਾਲ ਜਿਹੜਾ ਗਲਾਫ ਹੈ ਉਸ ਕੀ ਗੋਸਾ ਦੇ ਰਹੇ ਤੇ ਗੁਲਾਫ ਹੀ ਗੋਸਾ ਦੇ ਰਹੇ ਅਸਲ ਚੀਜ਼ ਤਾਂ ਕੁਰਾਨ ਹੈ ਨਾ ਉਸ ਗੁਲਾਫ ਹੀ ਨਿਸਬਤ ਹੈ ਔਰ ਨਿਸਬਤ ਦੀ ਵਜ੍ਹਾ ਉਸ ਕਪੜੇ ਕੀ ਗੋਸਾ ਦੇ ਰਹੇ ਇਸੇ ਤਰ੍ਹਾਂ ਵਲੀਆਂ ਦੀ ਨਿਸਬਤ ਹੈ ਅੱਲਾਹ ਨਾਲ ਨਿਸਬਤ ਹੈ ਨਬੀ ਨਾਲ ਨਿਸਬਤ ਵਲੀ ਦਾ ਕੋਈ ਇਨਕਾਰ ਹੀ ਨਹੀਂ ਵਲੀ ਜਿਹੜੇ ਨੇ ਉਹਨਾਂ ਦਾ ਕੋਈ ਵੀ ਇਨਕਾਰ ਹੀ ਨਹੀਂ ਹੈ ਕੋਈ ਆਦਮੀ ਵੀ ਨਹੀਂ ਹੈ ਇਸ ਤਰ੍ਹਾਂ ਬੇਅਦਬ ਹੋ ਸਕਦਾ
ਗੁਸਤਾਖ ਹੋ ਸਕਦਾ ਕਿ ਇੱਕ ਆਦਮੀ ਜਿਹੜਾ ਹੈ ਅੱਲਾਹ ਪਾਕ ਨੇ ਉਹ ਅੱਲਾਹ ਦੇ ਕਰੀਬ ਹੈ ਜਾਂ ਅੱਲਾਹ ਪਾਕ ਦੇ ਅਹਕਾਮ ਨੂੰ ਮੰਨ ਰਿਹਾ ਅਤੇ ਉਹਦੇ ਉਹਦੀ ਜਿਹੜੀ ਹੈ ਉਹਦਾ ਇਹਤਰਾਮ ਜਾਂ ਇੱਜ਼ਤ ਜਿਹੜੀ ਉਹਦੇ ਦਿਲ 'ਚ ਨਾ ਹੋ। ਮੇਰੇ ਖਿਆਲ ਤੁਹਾਡੇ ਵਾਸਤੇ ਬਿਹਤਰ ਹੈ ਇਹ ਕੰਮ ਮੌਲੀਆਂ ਵਾਸਤੇ ਛੋੜੋ, ਮਸਲੇ ਮਸਲੇ ਆਪਣੀ ਨਮਾਜ਼ ਪੜ੍ਹੋ ਅਤੇ ਬਾਕੀ ਆਪਣੇ ਅੱਲਾਹ ਦਾ ਕੁਛ ਮਸਤੀ ਕਰੋ, ਆਪਣੇ ਕੰਮ ਕਾਜ ਕਰੋ, ਬਸ ਬਸ ਜੀ।